ਭਾਈ ਕਾਕਾ ਸਿੰਘ ਉੱਤੇ ਕਿਰਪਾ ਦ੍ਰਿਸ਼ਟੀ। ਗੱਲਾ ਢੇਰ ਨਾਮੇ ਨਗਰ ਦਾ, ਜੋ ਹੋਤੀ ਮੈਦਾਨ ਦੇ ਪਾਸ ਹੀ ਹੈ, ਇੱਕ ਕਾਕਾ ਸਿੰਘ ਨਾਮ ਦਾ ਪ੍ਰੇਮੀ ਹੁੰਦਾ ਸੀ, ਜੋ ਆਪਣੇ ਪਿੰਡ ਵਿੱਚ ਦੁਕਾਨ ਕਰਦਾ ਸੀ। ਖਿਆਲ ਬੜੇ ਚੰਗੇ ਸਨ, ਕਾਰ ਵਿਹਾਰ ਸੱਚਾ ਸੀ, ਲੋਕ ਬੜੇ ਪ੍ਰਸੰਨ ਸਨ। ਇੱਕ ਦਿਨ ਇਸ ਕਾਕਾ ਸਿੰਘ ਨੇ ਬਾਬਾ ਕਰਮ ਸਿੰਘ ਜੀ ਦੇ ਚਰਨਾਂ ਵਿੱਚ ਆ ਕੇ ਅਰਜ਼ ਕੀਤੀ, ਗਰੀਬ ਨਿਵਾਜ ਦਾਸ ਨੂੰ ਵੀ ਕਿਰਪਾ ਕਰਕੇ ਨਾਮ ਦੀ ਦਾਤ ਬਖਸ਼ੋ, ਮਨ ਪ੍ਰਭੂ ਸਿਮਰਨ ਵਿੱਚ ਜੁੜਿਆ ਰਹੇ, ਜਿਸ ਕਰਕੇ ਧਾਰਨ ਕੀਤਾ ਅਮੋਲਕ ਮਨੁੱਖਾ ਜਨਮ ਸਫਲਾ ਹੋਵੇ। ਉਸ ਦੀ ਬੇਨਤੀ ਸੁਣ ਕੇ ਦੀਨ ਦਿਆਲ ਪਰਮ ਕਿਰਪਾਲੂ ਬਾਬਾ ਕਰਮ ਸਿੰਘ ਜੀ ਮਹਾਰਾਜ ਨੇ ਉਸਦਾ ਹਿਰਦਾ ਰੂਪੀ ਬਰਤਨ ਸਾਫ਼ ਦੇਖਿਆ ਕਿ ਹਿਰਦਾ ਸ਼ੁੱਧ ਹੈ, ਉਪਦੇਸ਼ ਕਾਟ ਕਰੇਗਾ। ਮਹਾਤਮਾ ਤਾਂ ਅਧਿਕਾਰੀ ਦਾ ਹਿਰਦਾ ਦੇਖਦੇ ਹਨ ਕਿ ਸ਼ੁੱਧ ਹੈ ਜਾਂ ਅਸ਼ੁੱਧ। ਵਸਤੂ ਦਿੰਦਿਆਂ ਦੇਰ ਨਹੀਂ ਕਰਦੇ, ਪਰ ਅੱਗੇ ਸੰਭਾਲਣ ਦੀ ਸ਼ਕਤੀ ਹੋਵੇ। ਅਨ ਅਧਿਕਾਰੀ ਪ੍ਰਤੀ ਭਗਤ ਜੀ ਫਰਮਾਉਂਦੇ ਹਨ, ਰਾਮ ਪਦਾਰਥ ਪਾਏ ਕੈ ਕਬੀਰਾ ਗਾਂਠ ਨ ਖੋਲ, ਨਹੀਂ ਪਟਣ ਨਹੀਂ ਪਾਰਖੂ ਨਹੀਂ ਗਾਹਕ ਨਹੀਂ ਮੋਲ, ਤਥਾ ਵਿਣ ਗਾਹਕ ਗੁਣ ਵੇਚੀਐ ਤੋ ਗੁਣ ਸਹਕੋ ਜਾਏ, ਗੁਣ ਕਾ ਗਾਹਕ ਜੇ ਮਿਲੈ ਤੋ ਗੁਣ ਲਾਖ ਵਿਕਾਏ। ਪਹਿਲਾਂ ਸਤਪੁਰਸ਼ ਜਿਗਿਆਸੂ ਨੂੰ ਜਪ ਤਪ ਤਤਿਖਿਆ ਦੁਆਰਾ ਸੇਵਾ ਵਿੱਚ ਲਾ ਕੇ ਉਸ ਦਾ ਹਿਰਦਾ ਸ਼ੁੱਧ ਕਰਦੇ ਹਨ, ਫਿਰ ਨਾਮ ਦੀ ਦਾਤ ਬਖਸ਼ਦੇ ਹਨ। ਜਿਵੇਂ ਜ਼ਿਮੀਦਾਰ ਪਹਿਲਾਂ ਧਰਤੀ ਨੂੰ ਚੰਗੀ ਤਰ੍ਹਾਂ ਤਿਆਰ ਕਰਕੇ ਫਿਰ ਉਸ ਵਿੱਚ ਬੀਜ ਬੀਜਦਾ ਹੈ, ਬੰਜਰ ਵਿੱਚ ਬੋਇਆ ਬੀਜ ਵੀ ਨਿਫਲ ਜਾਂਦਾ ਹੈ, ਫਿਰ ਧਰਤੀ ਨੂੰ ਬਣਾ ਕੇ ਬੀਜ ਨਾ ਬੀਜੇ ਤਾਂ ਉਸ ਦੀ ਮਿਹਨਤ ਨਿਫਲ ਜਾਂਦੀ ਹੈ, ਕਿਉਂਕਿ ਉਸ ਵਿੱਚ ਘਾਹ ਫੂਸ ਤੇ ਝਾੜ ਹਰੇ ਹੋ ਜਾਂਦੇ ਹਨ, ਕਲਰੀ ਪੈ ਜਾਂਦੀ ਹੈ। ਜੈਸੇ ਧਰਤੀ ਸਾਧੈ ਬਹੁ ਬੇਦ ਬਿਨ ਬੀਜੈ ਨਹੀਂ ਜਾਮੈ, ਅਤੇ ਬਿਨ ਰੁੱਤ ਤੋਂ ਬੀਜਿਆ ਬੀਜ ਬਿਰਥਾ ਹੈ। ਕੁਰੁੱਤਾ ਬੀਜ ਬੀਜੇ ਨਹੀਂ ਜੰਮੈ, ਸਭ ਲਾਹਾ ਮੂਲ ਗਵਾਇੰਦਾ। ਇਸੇ ਤਰ੍ਹਾਂ ਬੁੱਧੀ ਰੂਪੀ ਧਰਤੀ ਵਿੱਚ ਇਸ ਨੂੰ ਸ਼ੁੱਧ ਕਰਕੇ ਨਾਮ ਰੂਪੀ ਬੀਜ ਬੀਜਣਾ ਸਫਲਾ ਹੈ, ਪਰ ਇਹ ਪੂਰਨ ਸਾਧੂਆਂ ਦੀ ਸੰਗਤ ਚੋਂ ਪ੍ਰਾਪਤ ਹੁੰਦਾ ਹੈ। ਉਸ ਸਮੇਂ ਕਲਪਾਣੀ ਦੇ ਕਿਨਾਰੇ ਬੈਠੇ ਸੰਤ ਜੀ ਨੇ ਇਸ ਦੀ ਬੇਨਤੀ ਸੁਣ ਕੇ ਅਤੇ ਇਸ ਨੂੰ ਇਲਾਹੀ ਵਸਤੂ ਦੇ ਲਾਇਕ ਜਾਣ ਕੇ ਅੰਮ੍ਰਿਤ ਰੂਪੀ ਉਪਦੇਸ਼ ਦੀ ਬਖਸ਼ਿਸ਼ ਕੀਤੀ ਅਤੇ ਕਿਹਾ, ਸਵੇਰੇ ਅੰਮ੍ਰਿਤ ਵੇਲੇ 2 ਵਜੇ ਜਾ ਕੇ ਇਸ਼ਨਾਨ ਤੋਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਅੰਮ੍ਰਿਤ ਰੂਪੀ ਬਾਣੀ ਮੁਕਤੀ ਦਾਤਾ ਸ੍ਰੀ ਜਪਜੀ ਸਾਹਿਬ ਜੀ ਦੇ 5 ਪਾਠ ਕਰਿਆ ਕਰੋ, ਫਿਰ ਦਿਨ ਚੜ੍ਹੇ ਤੱਕ ਇਕਾਗਰ ਮਨ ਦੁਆਰਾ ਗੁਰ ਸ਼ਬਦ ਦਾ ਅਭਿਆਸ ਕਰਿਆ ਕਰੋ। ਦਿਨ ਚੜ੍ਹੇ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰਨੀਆਂ ਅਤੇ ਕੀਰਤਨ ਸੁਣਨਾ, ਫਿਰ ਸੱਚ ਦਾ ਵਿਹਾਰ ਕਰਨਾ। ਆਏ ਅਭਿਆਗਤ ਸਿੱਖ ਸਾਧ ਦੀ ਰੋਟੀ ਕੱਪੜੇ ਦੁਆਰਾ ਸੇਵਾ ਕਰਨੀ, ਮੁੱਖੋਂ ਸੱਚ ਬੋਲਣਾ ਤੇ ਸੱਚ ਦਾ ਹੀ ਵਿਹਾਰ ਕਰਨਾ। ਸੱਚ ਵਾਲੇ ਦੀ ਸਦਾ ਜੈ ਹੁੰਦੀ ਹੈ, ਸੱਚ ਬੋਲਣ ਕਰਕੇ ਸਭ ਕਾਜ ਸੁਹੇਲੇ ਹੁੰਦੇ ਹਨ। ਜਾਓ ਗੁਰੂ ਕੇ ਲਾਲ, ਬੇੜੇ ਪਾਰ ਹੋ ਜਾਣਗੇ। ਕਾਕਾ ਸਿੰਘ ਜੀ, ਅੱਜ ਪੂਰਨ ਮਾਸ਼ੀ ਦਾ ਪੁਰਬ ਹੈ, ਇਹ ਮਹੂਰਤ ਨਛੱਤਰ ਤੁਹਾਡੀ ਮਦਦ ਕਰ ਰਹੇ ਹਨ। ਅੱਜ 21 ਬੀਬੀਆਂ 33 ਗੁਰਸਿੱਖਾਂ ਤੇ 1 ਤੁਸਾਂ ਨਾਮ ਅੰਮ੍ਰਿਤ ਨੂੰ ਪਾਨ ਕੀਤਾ ਹੈ, ਚੰਗੇ ਭਾਗ ਲੈ ਕੇ ਆਏ ਹੋ, ਤੁਹਾਡੇ ਅੰਦਰ ਨਾਮ ਵਸੇਗਾ, ਜੋ ਵੀ ਤੁਹਾਡੀ ਸੰਗਤ ਕਰੇਗਾ ਉਸ ਦਾ ਉਧਾਰ ਹੋ ਜਾਏਗਾ। ਇਹ ਹਜ਼ੂਰ ਦੇ ਬਚਨ ਸੁਣ ਕੇ ਸਾਚ ਵਖਰ ਕੇ ਵਾਪਾਰੀ ਵਿਰਲੇ, ਕਾਕਾ ਸਿੰਘ ਜੀ ਵੀ ਹਰੀ ਧਨ ਦੇ ਵਪਾਰੀ ਬਣ ਕੇ ਆਏ। ਹਰ ਰਸ ਸਾਧੂ ਹਾਟ ਸਮਾਏ, ਇਸ ਅਸਲੀ ਸੱਚੀ ਦੁਕਾਨ ਤੋਂ ਤਨ ਮਨ ਦੀ ਭੇਟਾ ਦੇ ਕੇ ਕਾਕਾ ਸਿੰਘ ਨੇ ਅਸਲੀ ਧਨ ਖਰੀਦਿਆ ਤੇ ਬਾਬਾ ਜੀ ਨੂੰ ਨਮਸਕਾਰ ਕਰ ਆਗਿਆ ਪਾ ਕੇ ਘਰ ਆ ਗਏ।
ਪਿੰਡ ਆ ਕੇ ਖੂਬ ਅਭਿਆਸ ਕੀਤਾ। ਬਸ ਫਿਰ ਕੀ ਸੀ, ਆਉਂਦਿਆਂ ਹੀ ਨਾਮ ਦੀ ਰੰਗਣ ਚੜ ਗਈ ਅਤੇ ਸੱਚਾ ਫਕੀਰ ਬਣ ਗਿਆ। ਇਸ ਦੇ ਸਿਮਰਨ ਦੀਆਂ ਸਾਰੇ ਇਲਾਕੇ ਵਿੱਚ ਧੁੰਮਾਂ ਪੈ ਗਈਆਂ। ਅੰਮ੍ਰਿਤ ਵੇਲਾ ਨਾਮ ਸਿਮਰਨ ਵਿੱਚ ਸਫਲਾ ਕਰਕੇ ਫਿਰ ਦਿਨ ਚੜੇ ਦੁਕਾਨਦਾਰੀ ਕਰਦੇ, ਪਰੰਤੂ ਕੇਵਲ ਨਿਰਵਾਹ ਵਾਸਤੇ ਹੀ। ਜਦੋਂ 2-4 ਦਿਨਾਂ ਦਾ ਰਾਸ਼ਨ ਜਮ੍ਹਾਂ ਹੋ ਜਾਂਦਾ ਫਿਰ ਦੁਕਾਨ ਨੂੰ ਬੰਦ ਕਰਕੇ ਕਈ ਕਈ ਦਿਨ ਇਕਾਂਤ ਜੰਗਲ ਵਿੱਚ ਜਾ ਬੈਠਣਾ ਤੇ ਭਜਨ ਕਰਨਾ। ਇਸ ਦਾ ਨੇਕ ਚੱਲਣ ਦੇਖ ਕੇ ਆਦਮ ਖੋਰ ਪਠਾਨ ਵੀ ਝੁੱਕ ਗਏ ਅਤੇ ਆਪਣੀ ਬੋਲੀ ਪਸ਼ਤੋ ਵਿੱਚ ਸਿਫਤ ਕਰਿਆ ਕਰਨ ਕਿ ਕਾਕਾ ਖਾਸੜੇ ਦੀਆਂ ਰਿਸ਼ਤਿਆਂ ਕਾਕਾ ਖਾਸੜੇ ਦੀ ਰਿਸ਼ਤਿਆਂ ਬਾਇਆ ਦਰੋਗ ਨਾਦੀ ਬਾਇਆ। ਕਾਕਾ ਸਿੰਘ ਭਲਾ ਆਦਮੀ ਹੈ, ਸਦਾ ਸੱਚ ਬੋਲਦਾ ਹੈ, ਕਦੇ ਝੂਠ ਨਹੀਂ ਬੋਲਦਾ। ਇਉਂ ਬਾਬਾ ਜੀ ਦੀ ਕਿਰਪਾ ਸਦਕਾ ਪਠਾਨ ਵੀ ਇਸ ਦਾ ਅਦਬ ਕਰਨ ਲੱਗ ਪਏ ਅਤੇ ਇਸ ਦੀ ਦੁਕਾਨ ਵਿੱਚੋਂ ਹੀ ਸੌਦਾ ਖਰੀਦਿਆ ਕਰਨ। ਅੰਤ ਨੂੰ ਸਦਾ ਸੱਚ ਵਾਲਿਆਂ ਦੀ ਹੀ ਵਡਿਆਈ ਤੇ ਜੈ ਹੁੰਦੀ ਹੈ। ਯਥਾ ਸੱਚੈ ਮਾਰਗੇ ਚੱਲਦਿਆਂ ਉਸ ਤੇ ਕਰੇ ਜਹਾਨ। ਇੱਕ ਸਮੇਂ ਬਾਬਾ ਜੀ ਦੀ ਹਜ਼ੂਰੀ ਵਿੱਚ ਦਸਵੀਂ ਦੇ ਜੋੜ ਮੇਲੇ ਤੇ ਕਾਕਾ ਸਿੰਘ ਨਾਲ ਬਹੁਤ ਸੰਗਤ ਆਈ, ਜਿਸ ਵਿੱਚ ਸਹਿਜਧਾਰੀ ਸਿੱਖ ਤੇ ਮੁਸਲਮਾਨ ਪਠਾਨ ਵੀ ਸਨ। ਬਾਬਾ ਜੀ ਪਾਸ ਪਹਿਲਾਂ ਹੀ ਕੰਸੋਆਂ ਪੁੱਜ ਗਈਆਂ ਸਨ ਕਿ ਤੁਹਾਡੇ ਚਰਨਾਂ ਚੋਂ ਵਰਸਾਏ ਭਾਈ ਕਾਕਾ ਸਿੰਘ ਦੀ ਸੰਗਤ ਨੇ ਕਈ ਮੁਸਲਮਾਨ ਵੀ ਗੁਰੂ ਘਰ ਦੇ ਪ੍ਰੇਮੀ ਬਣਾ ਦਿੱਤੇ ਹਨ। ਜਿਵੇਂ ਬੂਟੇ ਨੂੰ ਫਲ ਲੱਗਿਆ ਦੇਖ ਕੇ ਮਾਲੀ ਦਾ ਮਨ ਪ੍ਰਸੰਨ ਹੁੰਦਾ ਹੈ, ਇਮਤਿਹਾਨ ਚੋਂ ਵਿਦਿਆਰਥੀ ਨੂੰ ਫਸਟ ਆਇਆ ਜਾਣ ਕੇ ਸਕੂਲ ਦੇ ਮਾਸਟਰ ਦਾ ਮਨ ਪ੍ਰਸੰਨ ਹੁੰਦਾ ਹੈ, ਇਸੇ ਤਰ੍ਹਾਂ ਸੇਵਕ ਦੀ ਵਡਿਆਈ ਤੇ ਕਮਾਈ ਦੇ ਬਚਨ ਸੁਣ ਕੇ ਮਹਾਂਪੁਰਸ਼ਾਂ ਦਾ ਮਨ ਵੀ ਪ੍ਰਸੰਨ ਹੁੰਦਾ ਹੈ। ਉਸ ਸਮੇਂ ਲੰਗਰ ਅਸਥਾਨ ਦੇ ਹੇਠਲਾ ਪਾਸੇ ਕਲਪਾਣੀ ਦੇ ਪਾਸ ਦੀਵਾਨ ਸਜਿਆ ਹੋਇਆ ਸੀ, ਜਿੱਥੇ ਸਾਹਿਬਾਨ ਤਣੇ ਹੋਏ ਸਨ। ਸੁਨਹਿਰੀ ਪਾਲਕੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੀ। ਉਸ ਜਗ੍ਹਾ ਬਾਬਾ ਜੀ ਇੱਕ ਪਾਸੇ ਰਾਗੀ ਸਿੰਘਾਂ ਦੇ ਪਾਸ ਸਜੇ ਹੋਏ ਸੰਗਤਾਂ ਨੂੰ ਦਰਸ਼ਨ ਦੇ ਰਹੇ ਸਨ। ਗੁਰਬਾਣੀ ਦਾ ਅਖੰਡ ਕੀਰਤਨ ਹੋ ਰਿਹਾ ਸੀ। ਰੱਬੀ ਸਿਫਤ ਵਿੱਚ ਜੁੜੇ ਗੁਰੂ ਚਰਨਾਂ ਦੇ ਭੌਰੇ ਇਸ ਰੂਹਾਨੀ ਆਨੰਦ ਨੂੰ ਮਾਣ ਰਹੇ ਸਨ। ਇਸ ਸਮੇਂ ਜੋ ਅੰਮ੍ਰਿਤਮਈ ਨਾਮ ਦੀ ਵਰਖਾ ਦਾ ਆਨੰਦ ਗੁਰੂ ਪਿਆਰੇ ਲੈ ਰਹੇ ਸਨ, ਉਹ ਆਨੰਦ ਤਾਂ ਉਹ ਹੀ ਦੱਸ ਸਕਦੇ ਹਨ। ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪਰਵਾਨ, ਅਥਵਾ ਕਵਨ ਉਪਮਾ ਦਿਓ ਕਵਨ ਵਡਾਈ, ਨਾਨਕ ਖੇਨ ਖੇਨ ਵਾਰੇ। ਪਰ ਗੁਰੂ ਦਰਬਾਰ ਦੀ ਸੋਭਾ ਵੀ ਦੇਖਣ ਵਾਲਿਆਂ ਦੇ ਮਨਾਂ ਨੂੰ ਧੂ ਪਾਉਂਦੀ। ਸੰਗਤ ਦੀ ਬੜੀ ਭੀੜ ਜੁੜੀ ਸੀ। ਅਰਦਾਸੀਆ ਸਿੱਖ ਦਰਸ਼ਨ ਕਰਨ ਵਾਲੇ ਪ੍ਰੇਮੀਆਂ ਨੂੰ ਇੱਕ ਪਾਸੇ ਦੀ ਦਰਸ਼ਨ ਕਰਵਾ ਕੇ ਦੂਜੇ ਪਾਸੇ ਬਿਠਾਈ ਜਾਂਦੇ ਸੀ। ਹਜ਼ੂਰ ਦੀ ਭੇਟਾ ਮਾਇਆ ਬਸਤਰ ਬਰਤਨ ਪਤਾਸੇ ਮਿਸ਼ਰੀ ਬਦਾਮ ਇਲਾਇਚੀ ਆਦਿਕ ਪ੍ਰਸ਼ਾਦ ਦੇ ਪ੍ਰੇਮੀਆਂ ਵੱਲੋਂ ਢੇਰ ਲੱਗ ਗਏ। ਮੱਥਾ ਟੇਕਣ ਵਾਲਿਆਂ ਨੂੰ ਇਲਾਇਚੀਆਂ ਤੇ ਮਿਸ਼ਰੀ ਦਾ ਪ੍ਰਸ਼ਾਦ ਦਿੱਤਾ ਜਾਂਦਾ। ਦਰਸ਼ਨ ਕਰਨ ਵਾਲੇ ਪ੍ਰੇਮੀ ਆਪਣੇ ਆਪ ਨੂੰ ਧਨ ਸਮਝਦੇ। ਯਥਾ ਵੱਡੈ ਭਾਗ ਦੇਵੈ ਪਰਮੇਸਰ ਕੋਟ ਫਲਾ ਦਰਸ਼ਨ ਗੌਰ ਡੀਠੇ, ਅਥਵਾ ਮਹਿਮਾ ਸਾਧੂ ਸੰਗ ਕੀ ਸੁਨਹੋ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਰੇ ਨਿਰਮਲ ਭਏ ਚੀਤਾ, ਤਥਾ ਸਾਧ ਕੀ ਸੋਭਾ ਸਾਧ ਬਾਨੇ ਆਈ, ਨਾਨਕ ਸਾਧ ਪ੍ਰਭ ਭੇਦ ਨ ਪਾਈ, ਨਾਨਕ ਸਾਧ ਪ੍ਰਭ ਭੇਦ ਨ ਪਾਈ। ਧੰਨ ਭਾਗ ਹਨ ਦਰਸ਼ਨ ਕਰਨ ਵਾਲਿਆਂ ਦੇ, ਦਰਸ਼ਨ ਕਰਕੇ ਪ੍ਰੇਮੀਆਂ ਦਾ ਮਨ ਤ੍ਰਿਪਤ ਨਹੀਂ ਹੁੰਦਾ। ਸਾਰੀਆਂ ਸੰਗਤਾਂ ਸੰਤਾਂ ਦੇ ਦਰਸ਼ਨ ਕਰਕੇ ਨਿਹਾਲ ਹੋ ਰਹੀਆਂ ਹਨ। ਭਾਈ ਕਾਕਾ ਸਿੰਘ ਜੀ ਦੇ ਨਾਲ ਆਏ ਸਹਿਜਧਾਰੀ ਵੀਰ ਮੁਸਲਮਾਨ ਪਠਾਨ ਆਪੋ ਆਪਣੀ ਭੇਟਾ ਅਰਪ ਕੇ ਸ਼ਰਧਾ ਸਹਿਤ ਬਾਬਾ ਜੀ ਦੇ ਚਰਨ ਪਰਸ ਰਹੇ ਹਨ। ਜਦੋਂ ਕਾਕਾ ਸਿੰਘ ਦੀ ਵਾਰੀ ਆਈ ਉਹ ਤਾਂ ਸੰਤਾਂ ਦੇ ਚਰਨ ਨਾਲ ਹੀ ਲਿਪਟ ਗਿਆ, ਨੇਤਰਾਂ ਚੋਂ ਜਲ ਵਹਿ ਤੁਰਿਆ। ਮੈਂ ਨੀਰ ਵਹੇ ਵਹੇ ਚੱਲੈ ਜੀਓ, ਵੈਰਾਗ ਥੰਮਿਆ ਨਾ ਜਾਵੇ,
ਮਹਾਂਪੁਰਸ਼ਾਂ ਨੇ ਸੀਸ ਤੇ ਹੱਥ ਰੱਖਿਆ ਅਤੇ ਆਪਣੇ ਪਾਵਨ ਹੱਥਾਂ ਨਾਲ ਚਰਨਾਂ ਤੋਂ ਸੀਸ ਚੁੱਕ ਕੇ ਉੱਚਾ ਕੀਤਾ ਅਤੇ ਆਖਿਆ, ਗੁਰੂ ਪਿਆਰੇ, ਸਾਵਧਾਨ ਹੋਵੋ ਅਤੇ ਵੈਰਾਗ ਰੋਕੋ। ਬਾਬਾ ਜੀ ਦੇ ਕਥਨ ਅਨੁਸਾਰ ਇਸਨੇ ਧੀਰਜ ਧਰੀ ਅਤੇ ਜੋ ਧਰਮ ਦੀ ਕਿਰਤ ਚੋਂ ਦਸਵੰਧ ਕੱਢਿਆ ਸੀ ਉਹ ਮਾਇਆ ਭੇਟ ਕੀਤੀ। ਸੰਤਾਂ ਨੇ ਇਸ ਨੂੰ ਇਸ਼ਾਰਾ ਕਰਕੇ ਆਪਣੇ ਪਾਸ ਹੀ ਇੱਕ ਪਾਸੇ ਬਿਠਾ ਲਿਆ। ਹੋਰ ਵੀ ਨਾਲ ਦੇ ਸਾਥੀ ਭੇਟਾ ਅਰਪ ਕੇ ਹਜ਼ੂਰੀ ਵਿੱਚ ਬੈਠੇ ਪਾਵਨ ਦਰਸ਼ਨ ਕਰ ਰਹੇ ਸਨ। ਇਹਨਾਂ ਵਿੱਚੋਂ ਇੱਕ ਬੜਾ ਵੈਰਾਗ ਵਾਲਾ ਮੁਸਲਮਾਨ ਵੀ ਸੀ, ਜਿਸ ਦਾ ਪਿੱਛਾ ਕੰਧਾਰ ਦਾ ਸੀ। ਇਸ ਨੂੰ ਸਾਰੇ ਹੀ ਲੋਕੀ ਮੀਆਂ ਕੰਧਾਰੀ ਕਹਿ ਕੇ ਬੁਲਾਉਂਦੇ ਸਨ। ਇਹ ਸੰਤਾਂ ਦੀ ਭੇਟਾ ਕਰਨ ਲਈ ਬੜੇ ਸਿਦਕ ਨਾਲ ਕਾਲੀ ਉੱਨ ਦਾ ਹੱਥੀ ਕੱਤ ਕੇ ਇੱਕ ਬੜਾ ਮੁਲਾਇਮ ਆਸਣ ਤਿਆਰ ਕਰਕੇ ਲਿਆਇਆ ਸੀ। ਇਸ ਦੇ ਖਾਨਦਾਨ ਦੇ ਕਿਸੇ ਵੱਡੇ ਬਜ਼ੁਰਗ ਨੂੰ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਤੇ ਵਰ ਹੋਏ ਸਨ, ਜਿਸ ਕਰਕੇ ਇਹ ਵੀ ਗੁਰੂ ਘਰ ਦਾ ਬੜਾ ਸ਼ਰਧਾਲੂ ਤੇ ਪ੍ਰੇਮੀ ਸੀ। ਇਸ ਨੇ ਸੰਤਾਂ ਦੇ ਚਰਨ ਪਰਸੇ ਤੇ ਆਸਣ ਭੇਟ ਕੀਤਾ। ਸੰਤਾਂ ਨੇ ਇਸ ਦਾ ਪਿਆਰ ਦੇਖ ਕੇ ਬੜਾ ਸਤਿਕਾਰ ਕੀਤਾ ਤੇ ਪਾਸ ਬਿਠਾਇਆ ਅਤੇ ਇਸ ਮਹਾਂਪੁਰਸ਼ ਦੀ ਪਵਿੱਤਰ ਨਿਸ਼ਾਨੀ ਆਸਣ ਨੂੰ ਆਪਣੀ ਛਾਤੀ ਨਾਲ ਲਾ ਕੇ ਗੋਡਿਆਂ ਤੇ ਰੱਖ ਲਿਆ। ਫਿਰ ਇਸ ਨੂੰ ਵਰ ਦੇ ਕੇ ਨਿਹਾਲ ਕਰ ਦਿੱਤਾ। ਉਸ ਆਸਣ ਨੂੰ ਸੰਤ ਹਮੇਸ਼ਾ ਹੀ ਆਪਣੇ ਪਾਸ ਰੱਖਦੇ, ਕਿਉਂਕਿ ਭਜਨ ਕਰਨ ਵਾਲੇ ਫਕੀਰ ਨੇ ਬੜੇ ਚਾਹ ਨਾਲ ਬਣਾਇਆ ਸੀ। ਇਤਨੇ ਨੂੰ ਦੀਵਾਨ ਦੀ ਸਮਾਪਤੀ ਹੋਈ। ਅਰਦਾਸ ਤੋਂ ਬਾਅਦ ਕੜਾ ਪ੍ਰਸਾਦ ਦੀ ਦੇਗ ਵਰਤੀ। ਫਿਰ ਸੰਗਤ ਨੇ ਕੜਾ ਪ੍ਰਸਾਦ ਛਕਿਆ। ਸ਼ਾਮ ਦੇ ਵਕਤ ਸੰਤਾਂ ਨੂੰ ਪਾਲਕੀ ਵਿੱਚ ਅਸਵਾਰ ਕਰਾ ਕੇ ਬੈਂਡ ਵਾਜੇ ਤੇ ਨਰ ਸਿੰਘਿਆਂ ਦੀ ਘਨ ਘੋਰ ਨਾਲ ਸੰਗਤਾਂ ਆਪ ਜੀ ਨੂੰ ਗੁਫਾ ਵੱਲ ਬਰੇਤੀ ਤੇ ਲੈ ਆਈਆਂ। ਇਸ ਜਗ੍ਹਾ ਆਪ ਜੀ ਪਾਲਕੀ ਤੋਂ ਉਤਰ ਕੇ ਨਦੀ ਕਿਨਾਰੇ ਜਾ ਬੈਠੇ ਅਤੇ ਸੰਗਤ ਨੂੰ ਡੇਰੇ ਜਾਣ ਦੀ ਆਗਿਆ ਹੋਈ। ਹਰ ਰੋਜ਼ ਵਾਂਗ ਰਾਤ ਦੇ 11 ਵਜੇ ਸੰਤਾਂ ਵਾਸਤੇ ਬਾਹਰ ਹੀ ਦੁੱਧ ਤੇ ਪ੍ਰਸ਼ਾਦਾ ਆਇਆ। ਸਾਰੇ ਸਾਧੂਆਂ ਨੂੰ ਵੀ ਪੰਗਤਾਂ ਲਗਾ ਕੇ ਗੁਰੂ ਕਾ ਲੰਗਰ ਵਰਤਾਇਆ ਗਿਆ। ਸੰਤਾਂ ਸਮੇਤ ਪ੍ਰਸ਼ਾਦ ਛੱਕ ਕੇ ਸਾਰੇ ਹੀ ਬਿਰਾਜ ਗਏ। ਨਿਯਮ ਅਨੁਸਾਰ ਅੰਮ੍ਰਿਤ ਵੇਲੇ ਸਾਵਧਾਨ ਹੋ ਕੇ ਸੌਚ ਇਸ਼ਨਾਨ ਕੀਤਾ ਤੇ ਸਮਾਧੀ ਵਿੱਚ ਲੀਨ ਹੋ ਗਏ। ਦਿਨ ਚੜ੍ਹੇ ਡੇਰੇ ਤੋਂ ਪਾਲਕੀ ਆ ਗਈ। ਸੰਤਾਂ ਨੂੰ ਪਾਲਕੀ ਵਿੱਚ ਬਿਠਾ ਕੇ ਸੰਗਤਾਂ ਡੇਰੇ ਲੈ ਆਈਆਂ। ਸਭਨਾਂ ਨੇ ਦਰਸ਼ਨ ਕੀਤੇ। ਅੱਗੇ ਦੀਵਾਨ ਸਜਿਆ ਹੋਇਆ ਸੀ। ਗੁਰੂ ਮਹਾਰਾਜ ਨੂੰ ਨਮਸਕਾਰ ਕਰਕੇ ਬਾਬਾ ਜੀ ਤਾਬਿਆ ਸੱਜ ਗਏ। ਸਾਰੀ ਸੰਗਤ ਵੀ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਆਪਣਾ ਜਨਮ ਸਫਲਾ ਕਰ ਰਹੀ ਸੀ। 10 ਵਜੇ ਭੋਗ ਪਿਆ, ਅਰਦਾਸ ਹੋਈ, ਦੇਗ ਵਰਤੀ। ਬਾਬਾ ਜੀ ਬਾਹਰ ਪਲੰਗ ਤੇ ਆ ਸੱਜੇ। ਦਰਸ਼ਨ ਕਰਨ ਵਾਲੇ ਪ੍ਰੇਮੀਆਂ ਦੀ, ਅਰਜ਼ਾ ਕਰਨ ਵਾਲੇ ਦੁਨੀਆਦਾਰਾਂ ਦੀ, ਮੰਗਾਂ ਮੰਗਣ ਵਾਲੇ ਲੋੜਵੰਦਾਂ ਦੀ ਬੜੀ ਭੀੜ ਜੁੜੀ ਸੀ। ਇੱਕ ਪਾਸੇ ਭਾਈ ਅਤੇ ਦੂਜੇ ਪਾਸੇ ਮਾਈਆਂ ਬੈਠੀਆਂ ਸਨ। ਆਪੋ ਆਪਣੀ ਵਾਰੀ ਅਨੁਸਾਰ ਪ੍ਰੇਮੀ ਪਾਸ ਜਾ ਕੇ ਬੇਨਤੀਆਂ ਕਰਦੇ ਤੇ ਵਰਾਂ ਦੇ ਦਾਤੇ ਤੋਂ ਲੋੜਾਂ ਪੂਰੀਆਂ ਕਰਵਾਉਂਦੇ। ਜਦੋਂ ਭਾਈ ਕਾਕਾ ਸਿੰਘ ਦੀ ਵਾਰੀ ਆਈ ਤਾਂ ਇਸ ਨੇ ਅਰਜ਼ ਕੀਤੀ, ਗਰੀਬ ਨਿਵਾਜ, ਆਪ ਅੰਤਰਜਾਮੀ ਹੋ, ਮੇਰੀ ਲੜਕੀ ਵਰ ਪ੍ਰਾਪਤ ਹੋ ਗਈ ਹੈ। ਮੈਂ ਚਾਹੁੰਦਾ ਹਾਂ ਹਜ਼ੂਰ ਦੀ ਕਿਰਪਾ ਦਾ ਸਦਕਾ ਕਿਸੇ ਚੰਗੇ ਸਿੱਖ ਘਰਾਣੇ ਵਿੱਚ ਜੋ ਆਪ ਜੀ ਦੇ ਚਰਨਾਂ ਦਾ ਪ੍ਰੇਮੀ ਹੋਵੇ ਕਾਕੀ ਦਾ ਰਿਸ਼ਤਾ ਕਰਾਂ। ਕਿਉਂਕਿ ਭਾਈ ਕਾਕਾ ਸਿੰਘ ਜੀ ਦਾ ਕੰਮ ਗਰੀਬੀ ਦਾ ਸੀ ਤੇ ਹੋਰ ਵੀ ਕੋਈ ਪੂਰਨ ਗੁਰਸਿੱਖ ਲੜਕਾ ਚਾਹੁੰਦਾ ਸੀ। ਭਾਈ ਕਾਕਾ ਸਿੰਘ ਦੀ ਇਹ ਬੇਨਤੀ ਸੁਣ ਕੇ ਦਿਲਾਂ ਦੇ ਜਾਣਨ ਹਾਰ ਭੋਗ ਮੋਖ ਦੇ ਦਾਤੇ ਨੇ ਦੋਵੇਂ ਨੇਤਰ ਬੰਦ ਕਰ ਲਏ ਅਤੇ ਕੋਈ ਉੱਤਰ ਨਾ ਦਿੱਤਾ। ਪਿੱਛੇ ਦੱਸ ਆਏ ਹਾਂ ਕਿ 21 ਮਾਈਆਂ ਨੇ ਪੁੰਨਿਆ ਦੇ ਪੁਰਬ ਇੱਕੋ ਦਿਨ ਹੀ ਭਾਈ ਕਾਕਾ ਸਿੰਘ ਦੇ ਸਮੇਤ ਸੰਤਾਂ ਪਾਸੋਂ ਸ਼ਬਦ ਅੰਮ੍ਰਿਤ ਪਾਨ ਕੀਤਾ ਸੀ। ਉਹਨਾਂ ਵਿੱਚੋਂ ਬਾਬਾ ਜੀ ਪਾਸੋਂ ਨਾਮ ਦੀ ਦਾਤ ਪ੍ਰਾਪਤ ਕਰ ਚੁੱਕੀ ਇੱਕ ਬੀਮਾ ਨਾਮ ਦੀ ਮਾਈ, ਜੋ ਬਾਹਰੋਂ ਗਰੀਬ ਤੇ ਅੰਦਰੋਂ ਸੱਚੇ ਧਨ ਦੀ ਸ਼ਾਹੂਕਾਰ ਸੀ। ਯਥਾ ਭਾਗ ਠੜੇ ਹਾਰੇ ਸੰਤ ਤੁਮਾਰੇ ਜਿਨ ਘਰ ਧਨ ਹਾਰੇ ਨਾਮਾ, ਅਥਵਾ ਭਾਗ ਠੋ ਸੱਚਾ ਸੋਏ ਹੈ ਜਿਸ ਹਾਰੇ ਧਨ ਅੰਤਰ। ਉਸਦਾ ਛਬੀਲ ਸਿੰਘ ਨਾਮ ਦਾ ਪੁੱਤਰ ਪੂਰਨ ਗੁਰਸਿੱਖ ਤੇ ਬਾਬਾ ਜੀ ਦਾ ਅਸਲੀ ਸੇਵਕ ਪਾਸ ਹੀ ਬੈਠਾ ਸੀ। ਸੰਤਾਂ ਨੇ ਨੇਤਰ ਖੋਲੇ ਤੇ ਹੁਕਮ ਕੀਤਾ, ਭਾਈ ਕਾਕਾ ਸਿੰਘ ਦੇਖ, ਇਹ ਲੜਕਾ ਪਸੰਦ ਹੈ।
ਕਾਕਾ ਸਿੰਘ ਨੇ ਭਾਵਨਾ ਨਾਲ ਦੋਵੇਂ ਹੱਥ ਜੋੜ ਕੇ ਸਿਰ ਨਿਵਾ ਕੇ ਅਰਜ ਕੀਤੀ, ਮਹਾਰਾਜ ਜਿਸ ਵੱਲ ਆਪ ਦੀ ਨਜ਼ਰ ਪੈ ਗਈ ਉਸ ਵਰਗਾ ਹੋਰ ਕੌਣ ਹੋ ਸਕਦਾ ਹੈ। ਸੰਤਾਂ ਨੇ ਉਸੇ ਸਮੇਂ ਬੀਮਾ ਨਾਮੀ ਮਾਈ ਨੂੰ ਪਾਸ ਬੁਲਾਇਆ, ਜੋ ਮਾਈਆਂ ਵਿੱਚ ਦੂਰ ਬੈਠੀ ਦਰਸ਼ਨ ਕਰ ਰਹੀ ਸੀ। ਆਪਣੇ ਪਾਸੋਂ 125 ਰੁਪਇਆ ਨਕਦ ਅਤੇ ਸੇਰ ਗੁੜ ਉਸ ਦੀ ਝੋਲੀ ਵਿੱਚ ਪਾ ਕੇ ਵਧਾਈ ਦਿੱਤੀ ਅਤੇ ਆਖਿਆ, ਮਾਈ ਤੇਰੇ ਲੜਕੇ ਦੀ ਮੰਗਣੀ ਭਾਈ ਕਾਕਾ ਸਿੰਘ ਦੇ ਘਰ ਹੋ ਗਈ ਹੈ। ਦੋਹਾਂ ਧਿਰਾਂ ਨੇ ਅਗਲੀ ਪੂਰਨਮਾਸੀ ਨੂੰ ਤਿਆਰ ਹੋ ਕੇ ਡੇਰੇ ਆ ਜਾਣਾ, ਉਸ ਦਿਨ ਆਨੰਦ ਕਾਰਜ ਵੀ ਹੋ ਜਾਵੇਗਾ। ਮਾਈ ਨੇ ਹੱਥ ਜੋੜ ਕੇ ਅਰਜ਼ ਕੀਤੀ, ਇਹ ਗਰੀਬ ਨਿਵਾਜ, ਮੈਂ ਬੜੀ ਗਰੀਬਣੀ ਹਾਂ, ਮੇਰੇ ਵਿੱਚ ਇਤਨੇ ਵੱਡੇ ਘਰ ਦਾ ਰਿਸ਼ਤਾ ਲੈਣ ਦੀ ਤਾਕਤ ਕਿੱਥੇ। ਸੰਤਾਂ ਨੇ ਉੱਤਰ ਦਿੱਤਾ, ਮਾਈ ਤੂੰ ਤਾਂ ਬਹੁਤ ਅਮੀਰ ਹੈ, ਤੇਰੇ ਪਾਸ ਅਸਲੀ ਸੱਚਾ ਧਨ ਹੈ, ਜਾਓ ਘਰੋਂ ਹੋ ਆਓ ਅਤੇ ਆਉਣ ਵਾਲੀ ਅਗਲੀ ਪੂਰਨਮਾਸੀ ਨੂੰ ਭਾਈਚਾਰਾ ਲੈ ਕੇ ਡੇਰੇ ਆ ਜਾਣਾ, ਗੁਰੂ ਭਲੀ ਕਰੇਗਾ, ਸਭ ਕੁਛ ਡੇਰਿਓਂ ਹੋ ਜਾਵੇਗਾ, ਤੁਸੀਂ ਸਿਰਫ ਇੱਥੇ ਆ ਹੀ ਜਾਇਓ। ਬਾਬਾ ਜੀ ਦੇ ਬਚਨ ਸੁਣ ਕੇ ਮਾਈ ਨੇ ਅਤੇ ਨਾਲ ਦੇ ਸਾਥੀਆਂ ਨੇ ਸਿਰ ਨਿਵਾਇਆ, ਫਿਰ ਕੋਈ ਬਚਨ ਨਹੀਂ ਕੀਤਾ। ਇਤਨੇ ਨੂੰ ਦੀਵਾਨ ਸਮਾਪਤ ਹੋ ਗਿਆ। ਬਾਬਾ ਜੀ ਤੋਂ ਸੰਗਤਾਂ ਨੇ ਘਰਾਂ ਨੂੰ ਜਾਣ ਵਾਸਤੇ ਛੁੱਟੀਆਂ ਮੰਗੀਆਂ ਤਾਂ ਆਪ ਨੇ ਸਭ ਨੂੰ ਇੱਕ ਇੱਕ ਲਿਫਾਫਾ ਮਿਠਾਈ ਦਾ ਪ੍ਰਸ਼ਾਦ ਵਜੋਂ ਦੇ ਕੇ ਵਿਦਾ ਕੀਤਾ ਅਤੇ ਆਪ ਸੰਤ ਜੀ ਗੁਫਾ ਨੂੰ ਆ ਗਏ। ਇਉਂ ਸੰਤਾਂ ਦਾ ਹੁਕਮ ਮੰਨ ਕੇ ਦੋਵੇਂ ਤੇਤੇ ਪੁਤੇਤੇ ਪੂਰਨਮਾਸ਼ੀ ਦੇ ਦਿਹਾੜੇ ਹੋਤੀ ਡੇਰੇ ਪੁੱਜੇ। ਬਾਬਾ ਜੀ ਨੇ ਆਪ ਬਰਾਤ ਦਾ ਸਵਾਗਤ ਕੀਤਾ, ਸਾਰਿਆਂ ਨੂੰ ਜਲ ਪਾਣੀ ਛਕਾ ਕੇ ਰਿਹਾਇਸ਼ ਕਰਾਈ, ਫਿਰ ਗੁਰੂ ਕੇ ਲੰਗਰੋਂ ਪ੍ਰਸ਼ਾਦ ਛਕਾਇਆ। ਸਾਰੀ ਰਾਤ ਦੀਵਾਨ ਸਜਿਆ ਰਿਹਾ। ਅੰਮ੍ਰਿਤ ਵੇਲੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਸੰਤਾਂ ਨੇ ਸੁਭਾਗ ਜੋੜੀ ਦੇ ਆਨੰਦ ਕਾਰਜ ਕੀਤੇ। ਫਿਰ ਦੁਪਹਿਰ ਦੇ ਵੇਲੇ ਸਭਨਾਂ ਨੂੰ ਪ੍ਰਸ਼ਾਦ ਛਕਾ ਕੇ ਅਤੇ ਬੜੇ ਵਰ ਦੇ ਕੇ ਵਿਦਾ ਕੀਤਾ। ਇਉਂ ਸਾਰਾ ਇਲਾਕਾ ਸਹਿਤਾਰੀ ਸਿੱਖਾਂ ਦਾ ਬਾਬਾ ਜੀ ਦੀ ਸੰਗਤ ਦੁਆਰਾ ਨਿਹਾਲ ਹੋਇਆ। ਹੋਤੀ ਮਰਦਾਨ ਦੇ ਸਾਰੇ ਨਗਰਾਂ ਵਿੱਚ ਲੋਕੀ ਬਾਬਾ ਜੀ ਦਾ ਜਸ ਕਰਦੇ। ਸੁਆਬੀ, ਮੁਨੇਰੀ, ਤੁਡੇਰ, ਅਕੋੜਾ, ਇਲਾਕਾ ਪੋਠੋਹਾਰ, ਇਨ੍ਹਾਂ ਸਾਰੇ ਥਾਵਾਂ ਤੇ ਬੇਅੰਤ ਹੀ ਸਹਿਜਤਾਰੀ ਸਿੱਖੀ ਸਿਦਕ ਦੇ ਪੁਤਲੇ ਪੂਰਨ ਗੁਰੂ ਘਰ ਦੇ ਸ਼ਰਧਾਲੂ ਹੋਏ ਹਨ। ਦੋਸ਼ੀ, ਡਾਕੂਆਂ ਤੇ ਕਿਰਪਾਲਤਾ। ਦਸਵੀਂ ਦਾ ਜੋੜ ਮੇਲਾ ਸਮਾਪਤ ਹੋ ਗਿਆ। ਕੁਝ ਸੰਗਤ ਤਾਂ ਆਗਿਆ ਪਾ ਕੇ ਵਾਪਸ ਘਰਾਂ ਨੂੰ ਚਲੀ ਗਈ ਅਤੇ ਕੁਝ ਕੁ ਪ੍ਰੇਮੀ ਅਜੇ ਡੇਰੇ ਹੀ ਠਹਿਰੇ ਸਨ। ਦਸਵੀਂ ਤੋਂ ਦੂਜੇ ਦਿਨ ਕੁਝ ਕੁ ਮਾਈਆਂ ਰਾਤ ਦੇ ਸਮੇਂ ਕੋਠੇ ਤੇ ਸੁੱਤੀਆਂ ਪਈਆਂ ਸਨ। ਉਹਨਾਂ ਵਿੱਚੋਂ ਇੱਕ ਮਾਈ ਦੇ ਕੰਨਾਂ ਵਿੱਚ ਸੋਨੇ ਦੀਆਂ ਵਾਲੀਆਂ ਸਨ, ਜਿਨ੍ਹਾਂ ਨੂੰ ਦਿਨ ਦੇ ਸਮੇਂ ਪਠਾਣਾ ਦੇ ਇੱਕ ਟੋਲੇ ਨੇ ਵੇਖ ਲਿਆ ਸੀ ਅਤੇ ਮਾਈ ਨੂੰ ਨਿਗਾਹ ਵਿੱਚ ਤਾੜ ਕੇ ਰੱਖਿਆ ਕਿ ਮਾਈ ਕਦੋਂ ਘਰ ਨੂੰ ਜਾਂਦੀ ਹੈ ਜਾਂ ਰਾਤ ਨੂੰ ਕਿਸ ਜਗ੍ਹਾ ਸੌਂਦੀ ਹੈ। ਗਰਮੀ ਦੇ ਦਿਨ ਸਾਰੀ ਸੰਗਤ ਬਾਹਰ ਹੀ ਸੌਂਦੀ ਸੀ। ਜਦੋਂ ਰਾਤ ਦੇ 2 ਵਜੇ ਤਾਂ ਉਸ ਪਠਾਣਾ ਦੇ ਟੋਲੇ ਚੋਂ 2 ਪਠਾਣ ਆਏ। ਭਾਵੇਂ ਪਹਿਰਾ ਬੜਾ ਸਖਤ ਹੁੰਦਾ ਸੀ ਪਰ ਇਹ ਦੋਵੇਂ ਰਾਤ ਨੂੰ ਮੁਸਾਫਰ ਬਣ ਕੇ ਉੱਥੇ ਹੀ ਸੌਂ ਗਏ। ਇਹਨਾਂ ਨੇ ਮਾਈ ਨੂੰ ਸੁੱਤਿਆਂ ਜਾਣ ਕੇ ਚੁਪੀਤੇ ਹੀ ਕੰਨਾਂ ਦੀਆਂ ਵਾਲੀਆਂ ਵਿੱਚ ਤਾਰਾਂ ਪਾ ਕੇ ਬੰਨ ਦਿੱਤੀਆਂ। ਐਸਾ ਫੁਰਤੀ ਨਾਲ ਕੰਮ ਕੀਤਾ ਕਿ ਮਾਈ ਨੂੰ ਕੁਝ ਪਤਾ ਹੀ ਨਾ ਲੱਗਾ ਅਤੇ ਆਪ ਪਿੱਛੇ ਹਟ ਗਏ। ਜਦੋਂ ਦੂਰ ਜਾ ਕੇ ਉਹਨਾਂ ਨੇ ਤਾਰ ਖਿੱਚੀ ਤਾਂ ਵਾਲੀਆਂ ਸਮੇਤ ਮਾਈ ਦੇ ਕੰਨ ਦਾ ਹੇਠਲਾ ਹਿੱਸਾ ਨਾਲੋਂ ਹੀ ਟੁੱਟ ਕੇ ਆ ਗਿਆ। ਮਾਈ ਦੀਆਂ ਚੀਕਾਂ ਨਿਕਲ ਗਈਆਂ। ਪਾਸ ਸੁੱਤਿਆਂ ਦੀ ਜਾਗ ਖੁੱਲ ਗਈ, ਸਾਰੇ ਹਾਹਾਕਾਰ ਮੱਚ ਗਈ। ਉਹ ਪਠਾਨ ਤਾਂ ਵਾਲੀਆਂ ਲੈ ਕੇ ਦੌੜ ਗਏ ਪਰ ਸਾਰੇ ਨਾਕਾਬੰਦੀ ਹੋ ਗਈ। ਫੌਜੀ ਪਹਿਰਾ ਲੱਗਾ ਸੀ, ਰਾਹ ਰੋਕ ਕੇ ਗਏ, ਮਸਾਲਾ ਜਗ੍ਹਾ ਲਾਈਆਂ। ਇਕੱਲੇ ਇਕੱਲੇ ਨੂੰ ਫੜ ਕੇ ਲੱਗੇ ਆਪਣੇ ਪਰਾਏ ਦੀ ਪਰਖ ਕਰਨ। ਅਖੀਰ ਨੂੰ ਦੋਵੇਂ ਹੀ ਪਠਾਨ ਕਾਬੂ ਆ ਗਏ। ਫੌਜੀ ਸਿੰਘਾਂ ਨੇ ਉਹਨਾਂ ਦੀਆਂ ਪਗੜੀਆਂ ਨਾਲ ਹੀ ਮੁਸ਼ਕਾਂ ਬੰਨ ਲਈਆਂ ਅਤੇ ਮਕਾਨ ਅੰਦਰ ਵਾੜ ਕੇ ਤਾਲਾ ਲਗਾ ਦਿੱਤਾ। ਫਿਰ ਜਦੋਂ ਮਾਈ ਕੋਲ ਜਾ ਕੇ ਦੇਖਿਆ ਤਾਂ ਇੱਕ ਕੰਨ ਦਾ ਹੇਠਲਾ ਹਿੱਸਾ ਨਹੀਂ ਸੀ ਤੇ ਉਸ ਵਿੱਚੋਂ ਬੜਾ ਖੂਨ ਵਹਿ ਰਿਹਾ ਸੀ। ਮਾਈ ਬੜੀ ਦੁਖੀ ਹੋ ਕੇ ਜ਼ੋਰ ਦੀ ਚਿਲਾ ਰਹੀ ਸੀ। ਉਸ ਸਮੇਂ ਡਾਕਟਰ ਨੂੰ ਬੁਲਾ ਕੇ ਮੱਲਮ ਪੱਟੀ ਕਰਵਾਈ ਅਤੇ ਗਰਮ ਦੁੱਧ ਨਾਲ ਦਵਾਈ ਦਿੱਤੀ। ਬਿਸਤਰਾ ਕਮਰੇ ਵਿੱਚ ਕਰਵਾਇਆ। ਸਵੇਰੇ ਸੰਤਾਂ ਦੀ ਪਾਲਕੀ ਆਈ, ਦੀਵਾਨ ਸਜਿਆ।
ਲੱਗੀਆਂ ਪ੍ਰੇਮੀਆਂ ਵੱਲੋਂ ਅਰਜ਼ਾਂ ਹੋਣ ਤਾਂ ਉਸੇ ਸਮੇਂ ਫੌਜੀ ਸਿੰਘਾਂ ਨੇ ਮੁਸ਼ਕਾਂ ਸਮੇਤ ਦੋਵੇਂ ਪਠਾਨ ਪੇਸ਼ ਕੀਤੇ ਅਤੇ ਮਾਈ ਦੀਆਂ ਵਾਲੀਆਂ ਵਾਲੀ ਸਾਰੀ ਵਾਰਤਾ ਸੁਣਾਈ ਤੇ ਅਰਜ਼ ਕੀਤੀ। ਮਹਾਰਾਜ, ਇਹਨਾਂ ਨੇ ਬੜਾ ਮਹਾਪਾਪ ਕੀਤਾ ਹੈ, ਸਖ਼ਤ ਸਜ਼ਾ ਦੇ ਭਾਗੀ ਹਨ, ਆਪ ਹੁਕਮ ਕਰੋ ਕੀ ਸਜ਼ਾ ਦਿੱਤੀ ਜਾਵੇ। ਸੰਤਾਂ ਨੇ ਬਚਨ ਕੀਤਾ, ਇਹਨਾਂ ਦੀਆਂ ਮੁਸ਼ਕਾਂ ਖੋਲ ਦਵੋ। ਪਹਿਰੇਦਾਰ ਅਤੇ ਸੰਗਤਾਂ ਨੇ ਅਰਜ਼ ਕੀਤੀ, ਮਹਾਰਾਜ ਮੁਸ਼ਕਾਂ ਨਾ ਖੋਲੋ, ਫਿਰ ਤਾਂ ਇਹ ਭੱਜ ਜਾਣਗੇ, ਆਪ ਹੁਕਮ ਕਰੋ ਪੁਲਿਸ ਦੇ ਹਵਾਲੇ ਕਰ ਥਾਣੇ ਭੇਜ ਦਈਏ ਤਾਂ ਕੁਝ ਹੋਸ਼ ਆਵੇ ਕਿ ਸਾਧੂਆਂ ਦੇ ਡੇਰੇ ਦੀ ਕਿਵੇਂ ਬੇਅਦਬੀ ਕੀਤੀ ਜਾਂਦੀ ਹੈ। ਫਿਰ ਸੰਤਾਂ ਨੇ ਹੁਕਮ ਕੀਤਾ, ਮੁਸ਼ਕਾਂ ਖੋਲ ਦੇਵੋ, ਇਹ ਭੱਜਣਗੇ ਨਹੀਂ, ਫਿਰ ਫਿਕਰ ਨਾ ਕਰੋ। ਬਾਬਾ ਜੀ ਦੇ ਬਚਨ ਸੁਣ ਕੇ ਸੰਗਤ ਬੜੀ ਹੈਰਾਨ ਸੀ, ਪਠਾਣਾ ਦੀਆਂ ਮੁਸ਼ਕਾਂ ਖੋਲ ਦਿੱਤੀਆਂ। ਜਦੋਂ ਦਰਗਾਹੀ ਮੁਲਜ਼ਮ ਪਠਾਣਾ ਨੇ ਬਾਬਾ ਜੀ ਦਾ ਉਦਾਰ ਹਿਰਦਾ ਤੱਕਿਆ ਤਾਂ ਇਹਨਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਸੰਤਾਂ ਦੇ ਪੁੱਛਣ ਕਰਕੇ ਇਹਨਾਂ ਨੇ ਆਪਣਾ ਅਪਰਾਧ ਸੱਚ ਸੱਚ ਦੱਸ ਦਿੱਤਾ ਕਿ ਅਸੀਂ ਗੁਨਾਹਗਾਰ ਹਾਂ, ਆਪ ਬਖਸ਼ਣ ਹਾਰੇ ਹੋ, ਜੋ ਵੀ ਸਜ਼ਾ ਦੇਵੋ ਅਸੀਂ ਭੁਗਤਣ ਲਈ ਤਿਆਰ ਹਾਂ। ਉਧਰੋਂ ਮਾਈ ਵੱਲ ਵੇਖਿਆ ਤਾਂ ਉਸਦਾ ਇੱਕ ਕੰਨ ਟੁੱਟਿਆ ਹੋਇਆ ਸੀ, ਜਿਸ ਦੇ ਉੱਪਰ ਪੱਟੀ ਬੱਧੀ ਸੀ। ਕੰਨ ਦੇ ਵਾਲੀਆਂ ਵੀ ਤੰਦੀਆਂ ਨਾਲ ਬੱਧੀਆਂ ਪੇਸ਼ ਕੀਤੀਆਂ। ਉਧਰੋਂ ਸੰਤਾਂ ਨੇ ਪਠਾਣਾ ਦਾ ਹਿਰਦਾ ਸਾਫ਼ ਤੱਕਿਆ, ਸੋਚਿਆ ਜਦੋਂ ਲੋਹਾ ਅੱਗ ਵਿੱਚ ਪੈ ਕੇ ਨਰਮ ਹੋ ਜਾਂਦਾ ਹੈ ਫਿਰ ਉਸ ਨੂੰ ਮੋੜ ਕੇ ਜੋ ਵੀ ਚੀਜ਼ ਬਣਾਉਣੀ ਚਾਹੋ ਬਣਾਈ ਜਾ ਸਕਦੀ ਹੈ। ਭਾਈ ਰਾਮ ਸਿੰਘ ਨੂੰ ਹੁਕਮ ਕੀਤਾ ਕਿ 2 ਦਸਤਾਰੇ, 4 ਰੁਪਏ, 4 ਸੇਰ ਮਿਠਾਈ ਲੈ ਆ। ਬਾਬਾ ਜੀ ਦਾ ਇਹ ਬਚਨ ਸੁਣ ਕੇ ਭਾਈ ਰਾਮ ਸਿੰਘ ਨੇ ਸਾਰੀ ਚੀਜ਼ਾਂ ਹਾਜ਼ਰ ਕੀਤੀਆਂ। ਉਸ ਸਮੇਂ ਪਤਿਤ ਪਾਵਨ ਮਿਹਰਾਂ ਦੇ ਸਾਈਂ ਬਾਬਾ ਜੀ ਨੇ ਉਹਨਾਂ ਪਠਾਨਾਂ ਦੇ ਤਾਈਂ 1-1 ਦਸਤਾਰਾ, 2-2 ਸੇਰ ਮਿਠਾਈ ਅਤੇ 2-2 ਰੁਪਏ ਦੇ ਕੇ ਆਖਿਆ, ਘਰ ਚਲੇ ਜਾਓ, ਇਹ ਫਕੀਰਾਂ ਦਾ ਡੇਰਾ ਹੈ, ਫਿਰ ਐਸਾ ਕੰਮ ਨਾ ਕਰਨਾ। ਇਹ ਕੌਤਕ ਦੇਖ ਕੇ ਸੰਗਤਾਂ ਹੈਰਾਨ ਰਹਿ ਗਈਆਂ ਤੇ ਮੁਖੀ ਸਿੱਖਾਂ ਨੇ ਅਰਜ਼ ਕੀਤੀ, ਗਰੀਬ ਨਿਵਾਜ, ਆਪ ਇਹ ਕੀ ਉਲਟਾ ਕੰਮ ਕਰ ਰਹੇ ਹੋ? ਆਪ ਤਾਂ ਕੇਵਲ ਛੱਡ ਹੀ ਨਹੀਂ ਰਹੇ, ਨਾਲ ਬਖਸ਼ਿਸ਼ ਪਏ ਕਰਦੇ ਹੋ। ਇਹਨਾਂ ਨੇ ਕੱਲ ਫੇਰ ਆ ਕੇ ਇੱਥੇ ਚੋਰੀ ਕਰਨੀ ਹੈ, ਇਹਨਾਂ ਨੂੰ ਥਾਣੇ ਭੇਜੋ। ਸੰਤਾਂ ਨੇ ਮੁਸਕਰਾ ਕੇ ਉੱਤਰ ਦਿੱਤਾ, ਸੰਗਤ ਜੀ, ਸਾਦੀ ਦ੍ਰਿਸ਼ਟੀ ਸਾਧੂ ਤੇ ਚੋਰ ਦੋਹਾਂ ਲੋਕਾਂ ਲਈ ਇੱਕੋ ਜਿਹੀ ਹੈ, ਜੋ ਸਾਡੇ ਪਾਸ ਪ੍ਰਸ਼ਾਦ ਹੈ ਉਹ ਵੀ ਦੋਹਾਂ ਵਾਸਤੇ ਇੱਕ ਹੈ, ਗੁਰੂ ਕਾ ਲੰਗਰ ਵੀ ਇੱਕੋ ਜਿਹਾ ਹੈ, ਪਰਮੇਸ਼ਰ ਤੋਂ ਬੇਮੁਖ ਲੋਕ ਸਾਰੇ ਹੀ ਚੋਰ ਹਨ, ਯਥਾ ਤੇ ਤਸਕਰ ਜੋ ਨਾਮ ਨ ਲੇ ਵਹੇ ਵਾਸਹੇ ਕੋਟ ਪੰਚਾਸਾ, ਅਥਵਾ ਨਾਮ ਦੁਰਾਏ ਚੱਲੈ ਸੋ ਚੋਰ। ਵਾਹਿਗੁਰੂ ਦੇ ਰੰਗ ਦੇਖੇ ਉਹਨਾਂ ਪਠਾਣਾ ਤੇ ਸੰਤਾਂ ਦੀ ਮਿਹਰ ਭਰੀ ਨਿਗਾਹ ਹੋਈ ਤਾਂ ਕੀਤੇ ਹੋਏ ਸਾਰੇ ਗੁਨਾਹ ਅੱਗੇ ਆ ਗਏ, ਲੱਗੇ ਧਾਹਾਂ ਮਾਰਨ ਤੇ ਕੀਤੇ ਕਰਮਾਂ ਤੇ ਪਸ਼ਚਾਤਾਪ ਕਰਨ। ਉਹਨਾਂ ਨੇ ਹੱਥ ਜੋੜ ਕੇ ਚਰਨ ਫੜ ਕੇ ਫੇਰ ਅਰਜ਼ ਕੀਤੀ, ਅਸੀਂ ਇਤਨੇ ਵੱਡੇ ਮਹਾਂਪਾਪੀ ਗੁਨਾਹਾਂ ਦੇ ਭਰੇ ਹੀ, ਸਾਡੇ ਗੁਨਾਹਾਂ ਨੂੰ ਕੋਈ ਵੀ ਦੁਨੀਆਦਾਰ ਨਹੀਂ ਬਖਸ਼ ਸਕਦਾ, ਪਰ ਆਪ ਕੇਵਲ ਸਾਡੇ ਗੁਨਾਹ ਹੀ ਨਹੀਂ ਬਖਸ਼ਦੇ, ਉਲਟਾ ਸਾਨੂੰ ਮਠਿਆਈ, ਰੁਪਏ ਅਤੇ ਪੱਗਾਂ ਦੇਂਦੇ ਪਏ ਹੋ। ਸਾਡੇ ਅੱਲਾ, ਅਸੀਂ ਹੁਣ ਘਰਾਂ ਨੂੰ ਨਹੀਂ ਜਾਣਾ, ਤੇਰੇ ਦਰ ਤੇ ਕੂਕਰ ਬਣ ਕੇ ਇੱਥੇ ਹੀ ਸੇਵਾ ਕਰਾਂਗੇ, ਅਸੀਂ ਤੇਰੇ ਮੁਰੀਦ ਹੋ ਗਏ, ਹੁਣ ਸਾਨੂੰ ਚਰਨਾਂ ਚੋਂ ਨਾ ਤੱਕੋ। ਬ੍ਰਹਮ ਗਿਆਨੀ ਕੈ ਦ੍ਰਿਸ ਟੇ ਸਮਾਨ, ਜੈਸੇ ਰਾਜ ਰੰਕ ਕੋ ਲਾਗੈ ਤੁਲ ਪਵਾਨ। ਉਸ ਦਿਨ ਤੋਂ ਬਾਅਦ ਉਹ ਦੋਵੇਂ ਹੀ ਪਠਾਨ ਆਪਣੇ ਘਰ ਨਹੀਂ ਗਏ ਅਤੇ ਡੇਰੇ ਦੇ ਪਸ਼ੂ ਚਾਰਨ ਲੱਗ ਪਏ, ਇਉਂ ਸੇਵਾਦਾਰ ਬਣ ਕੇ ਆਪਣਾ ਜੀਵਨ ਸਫਲ ਕੀਤਾ। ਉੱਧਰ ਮਾਈ ਦੁਖੀ ਹੋ ਕੇ ਬੜਾ ਰੁਦਨ ਕਰੇ, ਡਾਕਟਰ ਨੂੰ ਸੱਦਿਆ, ਉਸ ਨੇ ਕੰਨ ਤੋਂ ਬਧੀ ਹੋਈ ਪੱਟੀ ਖੋਲ ਦਿੱਤੀ ਪਰ ਖੂਨ ਨਾ ਰੁਕੇ, ਫਿਰ ਵਗ ਪਿਆ ਤਾਂ ਸੰਤਾਂ ਨੇ ਆਪਣੇ ਪਾਵਨ ਹੱਥਾਂ ਨਾਲ ਕੰਨ ਦਾ ਟੁੱਟਿਆ ਹੋਇਆ ਹਿੱਸਾ ਨਾਲ ਜੋੜ ਕੇ ਫਿਰ ਪੱਟੀ ਬੰਨ੍ਹ ਦਿੱਤੀ ਅਤੇ ਹੁਕਮ ਕੀਤਾ ਕਿ ਦੁੱਧ ਘਿਓ ਪੀਣਾ, ਕਾਲੀ ਮਿਰਚ ਖਾਣੀ, ਅੱਜ ਤੋਂ 8ਵੇਂ ਦਿਨ ਪੱਟੀ ਖੋਲ ਦੇਣੀ, ਜਾਓ ਰਾਜੀ ਹੋ ਜਾਵੇਗੀ। ਉਸ ਦੀਆਂ ਵਾਲੀਆਂ ਦੇ ਮਿਠਾਈ ਵੀ ਮਾਈ ਨੂੰ ਦਿੱਤੀ ਅਤੇ ਵਰ ਦੇ ਕੇ ਨਿਹਾਲ ਕੀਤਾ, ਫਿਰ ਸਾਰੀ ਸੰਗਤ ਵਿੱਚ ਆਖਿਆ, ਇਹ ਸਾਧੂਆਂ ਦਾ ਅਸਥਾਨ ਹੈ,
ਇੱਥੇ ਹਾਰ ਸ਼ਿੰਗਾਰ ਲਾ ਕੇ ਆਉਣ ਦਾ ਕੀ ਕੰਮ? ਅੱਗੇ ਵਾਸਤੇ ਕੋਈ ਵੀ ਮਾਈ ਭਾਈ ਸਰੀਰ ਤੇ ਗਹਿਣੇ ਅਤੇ ਬਹੁਤ ਚਮਕੀਲੇ ਰੰਗਦਾਰ ਬਸਤਰ ਪਾ ਕੇ ਦਰਸ਼ਨਾਂ ਨੂੰ ਨਾ ਆਵੇ, ਸਦਾ ਸਾਦਾ ਲਿਬਾਸ ਪਹਿਨ ਕੇ ਆਵੇ। ਸੰਤਾਂ ਦੀ ਆਗਿਆ ਪਾ ਕੇ ਸਾਰੀ ਸੰਗਤ ਤੇ ਮਾਈ ਵਿਦਾ ਹੋਈ। ਇਹ ਦਖਨੇਰ ਨਗਰ ਦੀ ਸੀ। ਘਰ ਆ ਕੇ ਇਸ ਨੇ ਦੱਸੇ ਅਨੁਸਾਰ ਦੁੱਧ ਘਿਓ ਪੀਤਾ ਤੇ ਨਿੱਕੀਆਂ ਮਿਰਚਾਂ ਵੀ ਖਾਧੀਆਂ। ਜਦੋਂ ਅੱਠਵੇਂ ਦਿਨ ਪੱਟੀ ਖੋਲ੍ਹੀ ਤਾਂ ਕੰਨ ਦਾ ਦੂਸਰਾ ਹਿੱਸਾ ਵੀ ਨਾਲ ਜੁੜਿਆ ਹੋਇਆ ਬਿਲਕੁਲ ਠੀਕ ਸੀ। ਮਾਈ ਦਾ ਸਾਰਾ ਦੁੱਖ ਦੂਰ ਹੋ ਗਿਆ। ਹਜ਼ੂਰ ਦਾ ਪਵਿੱਤਰ ਵਾਕ ਹੈ, ਪਰਮੇਸ਼ਰ ਦੀ ਸ਼ਰਨ ਪਿਆ ਸਾਧ ਸੰਗਤ ਦੀ ਕਿਰਪਾ ਦੁਆਰਾ ਸਾਰੇ ਸਰੀਰਕ ਤੇ ਮਾਨਸਿਕ ਦੁੱਖ ਦੂਰ ਹੋ ਜਾਂਦੇ ਹਨ। ਯਥਾ ਕਾਟੇ ਕਾਸਟ ਪੂਰੇ ਗੁਰਦੇਵ ਸੇਵਕ ਕੌ ਦੀਨੀ ਆਪਣੀ ਸੇਵ, ਯਥਾ ਅਕਿਰਤ ਘਣਾ ਕਾ ਕਰੇ ਉਧਾਰ ਪ੍ਰਭ ਮੇਰਾ ਹੈ ਸਦਾ ਦਯਾਰ। ਧੰਨ ਹਨ ਬਾਬਾ ਕਰਮ ਸਿੰਘ ਜੀ, ਰਾਕਸ਼ਸਾਂ ਤੋਂ ਦੇਵਤੇ ਬਣਾਉਣ ਵਾਲੇ। ਅਬਦੁਲ ਗੁਫਾਰ ਖਾਂ ਤੇ ਕਿਰਪਾ। ਗੜੀ ਕਪੂਰਾ ਦੇ ਪਾਸ ਇੱਕ ਸ਼ਾਬਾਜ਼ਗੜ੍ਹ ਨਾਮ ਦਾ ਪਿੰਡ ਹੈ। ਆਮ ਤੌਰ ਤੇ ਦਿੱਲੀ ਤੋਂ ਪਿਸ਼ੌਰ ਤੇ ਕਾਬੁਲ ਜਾਣ ਵਾਲੀ ਪਹਿਲਾਂ ਇਹੋ ਹੀ ਸਿੱਧੀ ਸੜਕ ਹੁੰਦੀ ਸੀ। ਆਮ ਤੌਰ ਤੇ ਕਹਾਵਤ ਹੈ ਕਿ ਹਿੰਦੁਸਤਾਨ ਘਰ ਤੇ ਪੰਜਾਬ ਇਸ ਦੇ ਅੰਦਰ ਪ੍ਰਵੇਸ਼ ਹੋਣ ਵਾਲਾ ਦਰਵਾਜ਼ਾ ਹੈ। ਪੰਜਾਬ ਦਰਵਾਜ਼ੇ ਤੋਂ ਲੰਘਦੇ ਲੁਟੇਰੇ ਇਸ ਜਗ੍ਹਾ ਜ਼ਰੂਰ ਹੀ ਪਾਏਦਾਨ ਤੇ ਪੈਰ ਝਾੜ ਕੇ ਲੰਘਦੇ ਭਾਵ ਲੁੱਟ ਮਾਰ ਕਰਦੇ। ਉਸ ਸਮੇਂ ਇਸ ਜਗ੍ਹਾ ਤੋਂ ਦੋ ਹੀ ਤਰ੍ਹਾਂ ਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਸਨ, ਜਾਂ ਆਉਣ ਸਮੇਂ ਘੋੜਿਆਂ ਦੇ ਪੈਰਾਂ ਦੀਆਂ ਟਾਪਾਂ ਤੇ ਜਾਂ ਵਾਪਸ ਮੁੜਨ ਸਮੇਂ ਬੰਨੀਆਂ ਹੋਈਆਂ ਅਬਲਾਂ ਦੀਆਂ ਚੀਕਾਂ। ਜਦੋਂ ਪੰਜਾਬ ਚੋਂ ਸਿੰਘ ਸਿੰਘਣੀਆਂ ਤੇ ਹਿੰਦੂਆਂ ਨੂੰ ਲੁੱਟ ਕੁੱਟ ਕੇ ਜ਼ਾਲਮ ਮੁੰਡੇ ਕੁੜੀਆਂ ਬੰਨ ਕੇ ਲਿਜਾਂਦੇ ਤਾਂ ਪਹਿਲਾਂ ਇਸ ਪਿੰਡ ਠਹਿਰ ਕੇ ਫਿਰ ਅੱਗੇ ਰਵਾਨਾ ਹੁੰਦੇ। ਇਸ ਨਗਰ ਦੇ ਚੁਫੇਰੇ ਕਿਲੇ ਦੀ ਸ਼ਕਲ ਤੇ ਸੁੰਦਰ ਪਹਾੜੀਆਂ ਦਾ ਕੋਟ ਹੈ, ਜਿਸ ਦੀ ਸੀਨਰੀ ਮਨ ਨੂੰ ਮੋਹਣ ਵਾਲੀ ਹੈ। ਇੱਥੋਂ ਇੱਕ ਅਬਦੁਲ ਗਫਾਰ ਖਾਨ ਨਾਮ ਦਾ ਖਾਂ ਸਾਹਿਬ ਪਠਾਨ ਬੜੀ ਜਾਇਦਾਦ ਦਾ ਮਾਲਕ ਤੇ ਮਹਾਨ ਜ਼ਾਲਮ ਇਲਾਕੇ ਵਿੱਚ ਮਸ਼ਹੂਰ ਸੀ। ਬਾਬਾ ਜੀ ਤੋਂ ਵਰਸਾਏ ਡਾਕਟਰ ਦੀਵਾਨ ਸਿੰਘ ਜੀ ਹੋਤੀ ਦੇ ਚੰਗੇ ਚਾਲ ਚੱਲਣ ਵਾਲੇ ਗੁਰਸਿੱਖ ਸਨ। ਹੋਤੀ ਦੇ ਖਾਨ ਸਾਹਿਬ ਖਵਾਜ਼ਾ ਮੁਹੰਮਦ ਖਾਨ ਦਾ ਵੀ ਡਾਕਟਰ ਜੀ ਨਾਲ ਚੰਗਾ ਪ੍ਰੇਮ ਸੀ। ਕਈ ਵਾਰ ਸੰਤ ਅਤਰ ਸਿੰਘ ਜੀ, ਭਾਈ ਹੀਰਾ ਸਿੰਘ ਜੀ, ਸੰਤ ਭਾਗ ਸਿੰਘ ਜੀ ਆਦਿਕ ਮਹਾਂਪੁਰਸ਼ਾਂ ਦਾ ਇਹਨਾਂ ਅਸਥਾਨਾਂ ਤੇ ਡਾਕਟਰ ਸਾਹਿਬ ਕੀਰਤਨ ਵੀ ਕਰਵਾਇਆ ਕਰਦੇ ਸਨ। ਹੋਤੀ ਦਾ ਖਾਂ ਤੇ ਡਾਕਟਰ ਦੀਵਾਨ ਸਿੰਘ ਵੀ ਇਸ ਸ਼ਾਬਾਜ਼ਗੜੀ ਵਾਲੇ ਪਠਾਨ ਦੇ ਜਾਣੂ ਸਨ। ਇੱਕ ਸਮੇਂ ਇਸ ਸ਼ਾਬਾਜ਼ਗੜੀ ਪਿੰਡ ਦੇ ਖਾਂ ਸਾਹਿਬ ਅਬਦੁਲ ਗਫਾਰ ਖਾਂ ਦੀ ਨਿਗਾਹ ਕਿਸੇ ਹੋਰ ਖਾਂ ਦੀ ਸੁੰਦਰ ਬੇਗਮ ਤੇ ਚਲੀ ਗਈ। ਸਤਿਗੁਰਾਂ ਦੇ ਹੁਕਮ ਅਨੁਸਾਰ ਸੁੰਦਰ ਰੂਪ ਅਤੇ ਕਾਮ ਦੀ ਸ਼ੁਰੂ ਤੋਂ ਹੀ ਪ੍ਰੀਤੀ ਹੈ। ਰੂਪੈ ਕਾਮੈ ਦੋਸਤੀ ਮਨ ਕਾਬੂ ਵਿੱਚ ਨਾ ਰਿਹਾ। ਉਸ ਸਮੇਂ ਅੰਦਰ ਮੰਦ ਵਾਸ਼ਨਾ ਪੈਦਾ ਹੋ ਗਈ। ਇਸ ਨੂੰ ਪੂਰੀਆਂ ਕਰਨ ਦੇ ਉਪਾਅ ਕਰਨ ਲੱਗਾ। ਕਾਲੇ ਇਲਮ ਦੇ ਜਾਣੂ ਮੌਲਵੀ ਤੇ ਕਾਜ਼ੀ ਲੱਗੇ ਕਲਾਮਾਂ ਪੜ੍ਹਨ, ਧਾਗੇ ਤਵੀਤ ਤੇ ਜਾਦੂ ਟੂਣੇ ਕਰਨ, ਪਰ ਕੋਈ ਵੀ ਯਤਨ ਸਫਲ ਨਾ ਹੋਇਆ। ਅੱਠੇ ਪਹਿਰ ਇਸ ਹੀ ਖਿਆਲ ਵਿੱਚ ਲੱਗਿਆ ਰਹੇ। ਦਿਨ ਬ ਦਿਨ ਸਰੀਰ ਕਮਜ਼ੋਰ ਹੁੰਦਾ ਜਾ ਰਿਹਾ ਸੀ, ਭਾਵੇਂ ਇਸ ਦੀਆਂ ਆਪਣੀਆਂ ਵੀ ਉੱਚੇ ਘਰਾਂ ਦੀਆਂ ਸੁੰਦਰ ਤੇ ਨੌਜਵਾਨ ਚਾਰ ਬੇਗਮਾਂ ਸਨ, ਪੰਜ ਪੁੱਤਰ ਤੇ ਤਿੰਨ ਧੀਆਂ ਸਨ। ਇਤਨੇ ਪਰਿਵਾਰ ਵਾਲੇ ਨੂੰ ਵੀ ਕਾਮ ਵਾਸ਼ਨਾ ਨੇ ਘੇਰ ਲਿਆ। ਹਜ਼ੂਰ ਦਾ ਪਵਿੱਤਰ ਬਚਨ ਹੈ, ਹੇ ਕਾਮੰ ਨਰਕ ਬਿਸਰਾਮੰ ਬਹੁ ਜੋਨੀ ਪ੍ਰਮਾਵਣਹ ਚਿਤ ਹਰਣੰ ਤ੍ਰੈ ਲੋਕ ਗਮਨ ਗਮੰ ਜਪ ਤਪ ਸੀਲ ਬਿਦਾਰਣਹ ਅਲਪ ਸੁਖ ਅਵਿਤ ਚੰਚਲ ਊਚ ਨੀਚ ਸਮਾਵਣਹ ਤਵ ਭੈ ਬਿਮੁੰਚਤ ਸਾਧ ਸੰਗਮ ਓਟ ਨਾਨਕ ਨਾਰਾਇਣਹ। ਅਥਵਾ ਛੇਵੈ ਕਾਮ ਨ ਪੁੱਛੈ ਜਾਤੇ।
ਇਸ ਕਾਮ ਨੇ ਪਰਾਸੁਰ ਤੇ ਸ੍ਰਿੰਗੀ ਜੈਸੇ ਬੜੇ ਬੜੇ ਰਿਸ਼ੀ ਮੁਨੀ ਜਪੀ ਤਪੀ ਭਰਮਾ ਦਿੱਤੇ। ਇਹ ਵਿਚਾਰਾ ਖਾਂ ਕਿਸੇ ਗਿਣਤੀ ਵਿੱਚ ਹੈ, ਕਿਸ ਗਿਣਤੀ ਵਿੱਚ ਹੈ? ਖਾਂ ਦਾ ਮਨ ਬਹੁਤ ਦੁਖੀ ਹੋ ਰਿਹਾ ਹੈ, ਭਾਵੇਂ ਉਸ ਦੇ ਬੀਵੀਆਂ ਬੱਚੇ ਇਸ ਗੱਲ ਤੋਂ ਜਾਣੂ ਹਨ, ਪਰ ਇਹਨਾਂ ਦਾ ਇਸ ਪਾਪ ਕਰਮ ਤੋਂ ਬਚਾਉਣ ਲਈ ਕੋਈ ਵਸ ਨਹੀਂ ਸੀ। ਚੱਲਦਾ ਸਿਰਫ ਖੁਦਾ ਅੱਗੇ ਹੀ ਸਿਜਦੇ ਤੇ ਅਰਜ਼ਾਂ ਕਰਦੇ ਸਨ ਕਿ ਐ ਅੱਲਾ ਪਾਕ, ਇਸ ਮੰਦ ਵਾਸ਼ਨਾ ਤੋਂ ਇਸ ਦਾ ਮਨ ਮੋੜ। ਇੱਥੇ ਇੱਕ ਗੁਰੂ ਘਰ ਦਾ ਪ੍ਰੇਮੀ ਭਾਈ ਰਾਮਦਾਸ ਨਾਮ ਕਰਕੇ ਇਸੇ ਖਾਂ ਸਾਹਿਬ ਦਾ ਮੁਖਤਿਆਰ ਸੀ। ਨੌਕਰਾਂ ਚੋਂ ਮੁਖੀ ਜਾਣ ਕੇ ਖਾਂ ਸਾਹਿਬ ਇਸ ਨੂੰ ਆਪਣੇ ਦਿਲ ਦੀ ਗੁਪਤ ਗੱਲ ਵੀ ਦੱਸ ਦਿੰਦਾ। ਅੱਜ ਵੀ ਇਸ ਖਾਂ ਸਾਹਿਬ ਨੇ ਬੜਾ ਦੁਖੀ ਹੋ ਕੇ, ਜਿਸ ਦਾ ਹਿਰਦਾ ਇਸ ਮੰਦ ਵਾਸ਼ਨਾ ਕਰਕੇ ਤਪ ਰਿਹਾ ਸੀ, ਰਾਮਦਾਸ ਨੂੰ ਪਾਸ ਬੁਲਾਇਆ ਅਤੇ ਇਸ ਦੇ ਪਾਸ ਆਪਣੇ ਦਿਲ ਦਾ ਭੇਦ ਖੋਲ ਕੇ ਸਤਿਕਾਰ ਨਾਲ ਪੁੱਛਿਆ ਕਿ ਮੈਨੂੰ ਕਿਸੇ ਕਾਮਲ ਫਕੀਰ ਦੀ ਦੱਸ ਪਾ, ਜਿਸ ਦੇ ਬਚਨਾਂ ਨਾਲ ਮੇਰਾ ਮਨੋਰਥ ਪੂਰਾ ਹੋ ਜਾਵੇ। ਭਾਈ ਰਾਮਦਾਸ ਬਾਬਾ ਜੀ ਦੀ ਦਾ ਪੂਰਨ ਸ਼ਰਧਾਲੂ ਸੀ। ਇਸ ਨੇ ਅਰਜ਼ ਕੀਤੀ, ਹੇ ਖਾਨ ਸਾਹਿਬ, ਇਸ ਵਕਤ ਬਾਬਾ ਕਰਮ ਸਿੰਘ ਜੀ ਕਾਮਲ ਫਕੀਰ ਹਨ। ਜੋ ਵੀ ਪ੍ਰੇਮੀ ਭਾਵੇਂ ਹਿੰਦੂ ਹੋਵੇ ਭਾਵੇਂ ਮੁਸਲਮਾਨ, ਜੋ ਵੀ ਉਹਨਾਂ ਪਾਸ ਜਾ ਕੇ ਆਪਣੀ ਮਨੋਰਥ ਸਿੱਧੀ ਲਈ ਅਰਜ਼ ਕਰਦਾ ਹੈ, ਉਹ ਕਿਸੇ ਨੂੰ ਖਾਲੀ ਨਹੀਂ ਮੋੜਦੇ, ਸਭਨਾਂ ਦੀਆਂ ਮਨੋ ਕਾਮਨਾ ਪੂਰੀਆਂ ਕਰਦੇ ਹਨ। ਤੁਸੀਂ ਇੱਕ ਵਾਰ ਸ਼ਰਧਾ ਧਾਰ ਕੇ ਉਹਨਾਂ ਪਾਸ ਪੁੱਜੋ, ਤੁਹਾਡੇ ਤੇ ਵੀ ਉਹ ਰਹਿਮਤ ਕਰਨਗੇ। ਪਰ ਜਾਣਾ ਰਾਤ ਦੇ 10 ਵਜੇ ਇਕੱਲਿਆਂ ਪਾਸ। ਉਸ ਵੇਲੇ ਉਹ ਨਦੀ ਕਿਨਾਰੇ ਇਕਾਂਤ ਬੈਠੇ ਹੁੰਦੇ ਹਨ ਅਤੇ ਤੁਹਾਡਾ ਕੰਮ ਵੀ ਇਕਾਂਤ ਸਮੇਂ ਦੱਸਣ ਵਾਲਾ ਹੈ। ਆਪਣੇ ਮੁਖੀ ਅਤੇ ਪੂਰਨ ਇਤਬਾਰੀ ਮੁਲਾਜ਼ਮ ਭਾਈ ਰਾਮਦਾਸ ਦੇ ਪਾਸੋਂ ਇਹ ਬਚਨ ਸੁਣ ਕੇ ਖਾਂ ਸਾਹਿਬ ਦਾ ਮਨ ਬੜਾ ਪ੍ਰਸੰਨ ਹੋਇਆ। ਦਿਨ ਦਾ ਸਮਾਂ ਮਸਾਂ ਹੀ ਲੰਘਿਆ, ਜਦ ਸ਼ਾਮ ਹੋਈ ਤਾਂ ਇਹ 5-7 ਆਦਮੀ ਲੈ ਕੇ ਹੋਤੀ ਡੇਰੇ ਵੱਲ ਨੂੰ ਆਇਆ। ਡੇਰੇ ਆ ਕੇ ਪੁੱਛਿਆ ਕਿ ਇਸ ਵੇਲੇ ਪੀਰ ਜੀ ਦਾ ਦਰਸ਼ਨ ਕਿੱਥੇ ਹੋਵੇਗਾ। ਗੁਰਸਿੱਖਾਂ ਨੇ ਆਖਿਆ, ਬਾਹਰ ਨਦੀ ਦੇ ਕੰਢੇ ਬੈਠੇ ਹਨ, ਉੱਥੇ ਚਲੇ ਜਾਓ। ਉਸ ਸਮੇਂ ਆਪਣੇ ਨਾਲ ਦੇ ਆਦਮੀਆਂ ਸਮੇਤ ਇਹ ਰਾਤ ਦੇ 10 ਵਜੇ ਕਲਪਾਣੀ ਦੇ ਕਿਨਾਰੇ ਬਾਬਾ ਜੀ ਪਾਸ ਪੁੱਜਾ। ਸਭਨਾਂ ਦੇ ਦਿਲਾਂ ਦੀ ਜਾਣਨ ਹਾਰੇ ਉਸ ਸਮੇਂ ਸਾਰੇ ਸਾਧੂਆਂ ਤੋਂ ਕੁਝ ਕੁ ਦੂਰ ਫਾਸਲੇ ਤੇ ਜਾ ਬੈਠੇ। ਹੋਰ ਸਾਧੂ ਆਪਸ ਵਿੱਚ ਥੋੜੇ ਥੋੜੇ ਫਾਸਲੇ ਤੇ ਬੈਠੇ ਸਨ। ਇਸ ਖਾਂ ਨੇ ਪਾਸ ਜਾ ਕੇ ਇੱਕ ਸਾਧੂ ਨੂੰ ਪੁੱਛਿਆ ਕਿ ਬਾਬਾ ਜੀ ਕਿੱਥੇ ਬੈਠੇ ਹਨ। ਸਾਧੂਆਂ ਨੇ ਦੱਸਿਆ ਕਿ ਕਲਪਾਣੀ ਦੇ ਕੰਢੇ ਸਿੱਧ ਆਸਣ ਲਾਈ ਅਲਾਹੀ ਜੋਤ ਉਹ ਹੀ ਬੈਠੇ ਹਨ। ਜਦੋਂ ਇਹ ਖਾਂ ਆਪਣੇ ਨਾਲ ਦੇ ਹਥਿਆਰਬੰਦ ਹਾਥੀਆਂ ਸਮੇਤ, ਜੋ ਕਿ ਡਾਕੂ ਜਾਪਦੇ ਸਨ, ਇਸ ਸਾਧੂ ਪਾਸੋਂ ਬਾਬਾ ਕਰਮ ਸਿੰਘ ਜੀ ਮਹਾਰਾਜ ਦਾ ਪਤਾ ਪੁੱਛ ਰਿਹਾ ਸੀ, ਉਸ ਸਮੇਂ ਸਾਰੇ ਸਾਧੂਆਂ ਦਾ ਧਿਆਨ ਇਸੇ ਪਾਸੇ ਗਿਆ ਕਿ ਇਸ ਵੇਲੇ ਰਾਤ ਦੇ ਵਕਤ ਬਾਬਾ ਜੀ ਦਾ ਕਿਹੜਾ ਪ੍ਰੇਮੀ ਦਰਸ਼ਨਾਂ ਨੂੰ ਆਇਆ ਹੈ, ਤੇ ਸਾਰੇ ਹੀ ਡਰ ਗਏ ਕਿ ਇਹ ਤਾਂ ਹਥਿਆਰਬੰਦ ਡਾਕੂ ਹਨ। ਉਹਨਾਂ ਵਿੱਚੋਂ ਇੱਕ ਸਾਧੂ ਨੇ ਦੌੜ ਕੇ ਬਾਬਾ ਜੀ ਪਾਸ ਅਰਜ਼ ਕੀਤੀ, ਗਰੀਬ ਨਿਵਾਜ, ਡਾਕਾ ਆ ਗਿਆ। ਉਸ ਸਾਧੂ ਦੀ ਬੇਨਤੀ ਸੁਣ ਕੇ ਬਾਬਾ ਜੀ ਨੇ ਉੱਤਰ ਦਿੱਤਾ ਕਿ ਡਰੋ ਨਾ, ਕੋਈ ਡਾਕਾ ਨਹੀਂ ਆਉਂਦਾ, ਉਹਨਾਂ ਨੂੰ ਆਉਣ ਦਿਓ। ਇਤਨੇ ਨੂੰ ਨਾਲ ਦੇ ਸਾਥੀਆਂ ਨੂੰ ਪਿੱਛੇ ਰੋਕ ਕੇ ਇਕੱਲੇ ਹੀ ਖਾਂ ਸਾਹਿਬ ਨੇ ਸੰਤਾਂ ਦੇ ਚਰਨ ਫੜ ਕੇ ਸਲਾਮ ਕੀਤੀ। ਅੰਤਰਯਾਮੀ ਦਾਤੇ ਨੇ ਆਖਿਆ, ਆਓ ਖਾਂ ਸਾਹਿਬ, ਇਸ ਵਕਤ ਕਿਵੇਂ ਆਉਣਾ ਹੋਇਆ? ਤਾਂ ਖਾਂ ਸਾਹਿਬ ਨੇ ਬਾਬਾ ਜੀ ਅੱਗੇ ਆਪਣੀ ਸਾਰੀ ਹਾਲਤ ਰੋ ਰੋ ਕੇ ਦੱਸੀ ਕਿ ਹੇ ਫਕੀਰ ਸਾਈਂ, ਆਪ ਅੱਲਾ ਦਾ ਰੂਪ ਹੋ, ਮੇਰੇ ਮਨ ਦਾ ਮਨੋਰਥ ਕਿਤੋਂ ਵੀ ਪੂਰਾ ਨਹੀਂ ਹੋਇਆ, ਆਪ ਕਿਰਪਾ ਕਰਕੇ ਪੂਰਾ ਕਰੋ, ਨਹੀਂ ਤਾਂ ਮੈਂ ਹੁਣੇ ਹੀ ਤੁਹਾਡੇ ਸਾਹਮਣੇ ਆਪਣਾ ਗਲਾ ਕੱਟ ਕੇ ਮਰ ਜਾਵਾਂਗਾ। ਖਾਂ ਦੀ ਇਹ ਅਰਜ਼ ਸੁਣ ਕੇ ਤੇ ਦੁਖੀ ਹਿਰਦਾ ਜਾਣ ਕੇ ਹਜ਼ੂਰ ਨੇ ਉਸਨੂੰ ਧੀਰਜ ਦਿੱਤਾ ਅਤੇ ਕਿਹਾ, ਖਾਂ ਸਾਹਿਬ, ਖੁਦਕਸ਼ੀ ਨਾ ਕਰੋ, ਇਹ ਤਾਂ ਮਾਮੂਲੀ ਗੱਲ ਹੈ, ਖੁਦਾ ਭਲੀ ਕਰੇਗਾ, ਪਰ ਅਸੀਂ ਜੋ ਉਪਾਅ ਦੱਸੀਏ ਉਹ ਕਰਨਾ ਪਵੇਗਾ। ਬਾਬਾ ਜੀ ਦੇ ਬਚਨ ਸੁਣ ਕੇ ਖਾਂ ਦਾ ਮਨ ਗਦਗਦ ਹੋ ਗਿਆ। ਉਸ ਨੇ ਸਿਰ ਝੁਕਾਇਆ ਅਤੇ ਹੱਥ ਜੋੜ ਕੇ ਅਰਜ਼ ਕੀਤੀ, ਹੇ ਗਰੀਬ ਪਰਵਰ, ਜੋ ਵੀ ਆਪ ਹੁਕਮ ਕਰੋ ਬੰਦਾ ਮੰਨਣ ਲਈ ਤਿਆਰ ਹੈ। ਖਾਂ ਸਾਹਿਬ ਦੀ ਅਰਜ਼ ਸੁਣ ਕੇ
ਅਰਸ਼ਾਂ ਕੁਰਸ਼ਾਂ ਦੇ ਮਾਲਕ ਗਰੀਬਾਂ ਨੂੰ ਨਿਵਾਜਣ ਵਾਲੇ ਸੂਰਬੀਰ ਬਚਨਾਂ ਦੇ ਬਲੀ ਦਾਤੇ ਨੇ। ਸੂਰਬੀਰ ਬਚਨ ਕੇ ਬਲੀ ਕੌਲਾ ਬਪੁਰੀ ਸੰਤੀ ਛਲੀ। ਜਿਨ੍ਹਾਂ ਨੇ ਪੰਜਾਂ ਦੁਸ਼ਮਣਾਂ ਦਾ ਆਭਾਵ ਕੀਤਾ ਹੈ, ਜੇਨ ਮੇਲ ਮਾਰੇ ਪੰਜ ਸੂਰਬੀਰ, ਐਸੋ ਕੌਣ ਬਲੀ ਰੇ। ਜੇਨ ਪੰਜ ਮਾਰ ਬਿਦਾਰ ਗੁਦਾਰੇ, ਸੂ ਪੂਰਾ ਇਹ ਕਲੀ ਰੇ। ਅਤੇ ਕਬੀਰ ਸਤਿਗੁਰ ਸੂਰਮੇ ਬਾਹਿਆ ਬਾਨ ਜੋ ਏਕ ਹੁਕਮ ਕੀਤਾ। ਖਾਨ ਸਾਹਿਬ, ਸਵੇਰੇ 3 ਵਜੇ ਜਾ ਕੇ ਇਸ਼ਨਾਨ ਕਰਕੇ ਮਸਜਿਦ ਪੁੱਜੋ ਅਤੇ ਆਪਣੇ ਮੁਖੋਂ ਅੱਲਾ ਦਾ ਜਾਪ ਕਰੋ। ਨਿਮਾਜ਼ ਪੜ੍ਹਨ ਸਮੇਂ ਨਿਮਾਜ਼ਾਂ ਪੜ੍ਹੋ। ਇਸ ਤਰ੍ਹਾਂ ਦਾ ਜਾਪ 40 ਦਿਨ ਕਰੋ ਅਤੇ ਇਕਾਂਤ ਰਹੋ। ਘਰ ਨਹੀਂ ਜਾਣਾ, ਸ਼ਰਾਬ ਤੇ ਗੋਸ਼ਤ ਨਹੀਂ ਵਰਤਣਾ। ਦਿਨ ਚੜ੍ਹੇ ਤੋਂ ਆਪਣੇ ਹੁਜ਼ਰੇ ਵਿੱਚ ਆ ਜਾਣਾ। ਸਾਰਾ ਦਿਨ ਅੱਲਾ ਪਾਕ ਨੂੰ ਯਾਦ ਕਰਦੇ ਰਹਿਣਾ, ਖੁਦਾ ਭਲੀ ਕਰੇਗਾ। ਇਉਂ ਪਤਿਤ ਪਾਵਨ ਕਲੂਕ ਸੰਤਾਂ ਦਾ ਦਰਸ਼ਨ ਕਰ। ਅਨੇਕ ਬਿਗਨ ਤੇ ਸਾਧੂ ਰਾਖੈ, ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ। ਅਥਵਾ ਜੋ ਜੋ ਸਰਣ ਪਰੈ ਸਾਧੂ ਕੀ, ਸੋ ਪਾਰ ਗਰਾਮੀ ਕੀਆ। ਹੁਕਮ ਸੁਣ ਕੇ ਸਿਰ ਝੁਕਾਇਆ, ਪਾਵਨ ਚਰਨਾਂ ਤੇ ਮੱਥਾ ਰੱਖ ਕੇ ਸਿਜਦਾ ਕੀਤਾ। ਆਗਿਆ ਪਾ ਸਾਥੀਆਂ ਸਮੇਤ ਘਰ ਪੁੱਜਾ। ਬਾਬਾ ਜੀ ਦਾ ਹੁਕਮ 3 ਵਜੇ ਜਾਗਣ ਦਾ ਸੀ, ਪਰ ਇਸ ਨੂੰ ਨੀਂਦ ਕਿੱਥੇ। 1 ਵਜੇ ਹੀ ਮਸਜਿਦ ਵਿੱਚ ਆ ਗਿਆ। ਇਸ਼ਨਾਨ ਕਰਕੇ ਲੱਗਾ ਉੱਚੀ ਉੱਚੀ ਖੁਦਾ ਖੁਦਾ ਕਰਨ। ਮੌਲਵੀ ਦਾ ਘਰ ਪਾਸ ਹੀ ਸੀ। ਉਸ ਦੀ ਜਾਗ ਖੁੱਲੀ ਤੇ ਆਵਾਜ਼ ਸੁਣੀ। ਸੋਚਿਆ, ਇਸ ਵਕਤ ਕੌਣ ਹੈ ਜੋ ਸੌਣ ਵੀ ਨਹੀਂ ਦਿੰਦਾ। ਉਸਨੇ ਉੱਠ ਕੇ ਕੌੜੇ ਬਚਨ ਵੀ ਬੋਲੇ ਤੇ ਖਾਨ ਨੂੰ ਮੁਸਾਫਰ ਜਾਣ ਕੇ ਗਾਲਾਂ ਵੀ ਕੱਢੀਆਂ। ਰਾਤ ਦੇ ਹਨੇਰੇ ਕਰਕੇ ਪਛਾਣ ਨਾ ਸਕਿਆ, ਪਰ ਖਾਨ ਨੂੰ ਆਪਣੀ ਖੁਦਾ ਦੀ ਯਾਦ ਵਿੱਚ ਜੁੜਿਆ ਕੁਝ ਵੀ ਪਤਾ ਨਾ ਲੱਗਾ। ਰਾਤ ਬਤੀਤ ਹੋਈ ਅਤੇ ਸਵੇਰੇ ਨਮਾਜ਼ ਸਮੇਂ ਇਸਨੇ ਨਮਾਜ਼ ਵੀ ਪੜ੍ਹੀ। ਦਿਨ ਚੜ੍ਹੇ ਆਪਣੇ ਹਜ਼ੂਰੇ ਵਿੱਚ ਆ ਗਿਆ। ਦੂਸਰੇ ਦਿਨ ਫਿਰ ਉਸੇ ਟਾਈਮ ਜਾ ਕੇ ਖੁਦਾ ਖੁਦਾ ਕਰਨ ਲੱਗਾ। ਮੌਲਵੀ ਨੂੰ ਪਤਾ ਲੱਗ ਗਿਆ ਕਿ ਇਹ ਤਾਂ ਖਾਨ ਸਾਹਿਬ ਹੈ। ਜਦ ਦਿਨ ਚੜ੍ਹੇ ਖਾਨ ਨਮਾਜ਼ ਪੜ੍ਹ ਕੇ ਜਾਣ ਲੱਗਿਆ ਤਾਂ ਮੌਲਵੀ ਨੇ ਮੁਆਫ਼ੀ ਮੰਗੀ ਕਿ ਮੈਂ ਹਨੇਰੇ ਆਪ ਨੂੰ ਪਛਾਣ ਨਾ ਸਕਿਆ ਅਤੇ ਮੁਸਾਫ਼ਰ ਜਾਣ ਕੇ ਗਾਲਾਂ ਕੱਢੀਆਂ, ਮੈਨੂੰ ਮੁਆਫ਼ੀ ਦੇ ਦਿਓ। ਖਾਨ ਸਾਹਿਬ ਨੇ ਆਖਿਆ, ਕੌਣ ਹੈ, ਕੀ ਕਹਿ ਰਿਹਾ ਹੈ? ਬੇਫਿਕਰ ਰਹੋ, ਮੈਂ ਤਾਂ ਕੁਝ ਸੁਣਿਆ ਹੀ ਨਹੀਂ। ਤੈਂ ਕੀ ਆਖਿਆ ਸੀ? ਉਧਰੋਂ ਘਰ ਵਿੱਚ ਭਾਈ ਰਾਮਦਾਸ ਤੇ ਤੋਂ ਇਸ ਦੀਆਂ ਬੇਗਮਾਂ ਨੂੰ ਪਤਾ ਲੱਗਾ ਕਿ ਖਾਨ ਸਾਹਿਬ ਬਾਬਾ ਕਰਮ ਸਿੰਘ ਜੀ ਪਾਸ ਗਏ ਸਨ ਤੇ ਉਹਨਾਂ ਨੇ ਮਸਜਿਦ ਵਿੱਚ ਜਾਣ ਦਾ ਹੁਕਮ ਕੀਤਾ ਹੈ। ਹੁਣ ਖਾਨ ਸਾਹਿਬ ਇਸ ਪਾਪ ਕਰਮ ਤੋਂ ਬਚ ਜਾਵੇਗਾ ਕਿਉਂਕਿ ਉਸ ਨੂੰ ਕਾਮਲ ਫਕੀਰ ਮਿਲ ਗਿਆ ਹੈ। ਇਉਂ ਬਾਬਾ ਜੀ ਦੇ ਹੁਕਮ ਅਨੁਸਾਰ ਖਾਨ ਸਾਹਿਬ ਨੂੰ ਮਸਜਿਦ ਵਿੱਚ ਜਾਂਦਿਆਂ 4 ਦਿਨ ਹੋ ਗਏ। ਸਾਰੇ ਨਗਰ ਵਿੱਚ ਧੁੰਮਾਂ ਪੈ ਗਈਆਂ ਕਿ ਜੋ ਖਾਨ ਸਾਹਿਬ ਈਦ ਵਾਲੇ ਦਿਨ ਵੀ ਮਸੀਤ ਨਹੀਂ ਸੀ ਆਇਆ, ਨਾ ਕਦੇ ਨਮਾਜ਼ ਹੀ ਪੜ੍ਹੀ ਸੀ, ਹੁਣ ਸਾਰੀ ਸਾਰੀ ਰਾਤ ਬੰਦਗੀ ਕਰਦਾ ਹੈ, ਨਮਾਜ਼ਾਂ ਪੜ੍ਹਦਾ ਰਹਿੰਦਾ ਹੈ, ਬੜਾ ਨੇਕ ਬਣ ਗਿਆ ਹੈ। ਫਿਰ ਕੀ ਸੀ, ਸਾਰੇ ਦੁਸ਼ਮਣ ਵੀ ਮਿੱਤਰ ਹੋ ਗਏ। ਘੋੜਿਆਂ ਤੇ ਕਾਠੀਆਂ ਪਾ ਕੇ ਫੁੱਲਾਂ ਦੇ ਹਾਰ ਲੈ ਕੇ ਦਰਸ਼ਨਾਂ ਲਈ ਮਸਜਿਦ ਦੇ ਬੂਹੇ ਅੱਗੇ ਭੀੜ ਲੱਗੀ ਰਹਿੰਦੀ। ਜਦੋਂ ਖਾਂ ਮਸੀਤ ਚੋਂ ਬਾਹਰ ਆਇਆ ਤਾਂ ਲੋਕਾਂ ਨੇ ਹਾਰਾਂ ਨਾਲ ਉਸ ਦਾ ਗਲਾ ਭਰ ਦਿੱਤਾ ਅਤੇ ਘੋੜੇ ਤੇ ਅਸਵਾਰ ਕਰਾ ਕੇ ਹੁਜ਼ਰੇ ਵਿੱਚ ਲੈ ਗਏ। ਉਸ ਸਮੇਂ ਖਾਨ ਸਾਹਿਬ ਨੇ ਰਾਮਦਾਸ ਨੂੰ ਹੁਕਮ ਕੀਤਾ ਕਿ ਹਿੰਦੂਆਂ ਵਾਸਤੇ ਗੁਰਦੁਆਰੇ ਚਾਹ ਤਿਆਰ ਕਰਕੇ ਪਿਲਾਇਆ ਕਰੋ। ਮੁਸਲਮਾਨ ਪਠਾਨਾਂ ਦੀ ਚਾਹ ਦਾ ਇੰਤਜ਼ਾਮ ਇਸ ਨੇ ਆਪਣੇ ਘਰ ਕਰ ਦਿੱਤਾ। ਦੁਨੀਆ ਦਰਸ਼ਨਾਂ ਵਾਸਤੇ ਉਲਟ ਪਈ। ਅੱਜ 6ਵਾਂ ਦਿਨ ਹੈ। ਖੁਦਾ ਦਾ ਜਾਪ ਕਰਦੇ ਨੂੰ ਮਸਜਿਦ ਵਿੱਚ ਬੈਠਿਆਂ ਖਾਨ ਨੇ ਵਿਚਾਰ ਕੀਤੀ ਕਿ ਮੇਰੀਆਂ ਚੰਗੇ ਘਰ ਦੀਆਂ 4 ਬੇਗਮਾਂ ਹਨ ਜੋ ਸਦਾ ਹੁਕਮ ਮੰਨ ਕੇ ਮੇਰੀ ਸੇਵਾ ਕਰਦੀਆਂ ਹਨ ਅਤੇ ਬੜੇ ਸੁੰਦਰ ਪੁੱਤਰ ਧੀਆਂ ਹਨ। ਹੋਰ ਕਿਹੜੀ ਗੱਲ ਦੀ ਮੈਨੂੰ ਭੁੱਖ ਹੈ ਜੋ ਬੁਰੇ ਖਿਆਲਾਂ ਚ ਪਵਾਂ ਅਤੇ ਮੰਦ ਵਾਸ਼ਨਾ ਪੂਰਤੀ ਲਈ ਖੁਦਾ ਨੂੰ ਯਾਦ ਕਰਾਂ। ਭਾਵੇਂ ਮੈਂ ਬੁਰੇ ਖਿਆਲਾਂ ਨੂੰ ਲੈ ਕੇ ਅੱਲਾ ਨੂੰ ਯਾਦ ਕੀਤਾ ਹੈ, ਫਿਰ ਵੀ ਦੁਨੀਆ ਮੇਰਾ ਕਿਤਨਾ ਅਦਬ ਕਰਦੀ ਹੈ। ਦੁਸ਼ਮਣੀ ਕਰਨ ਵਾਲੇ ਵੀ ਹੁਣ ਸੱਜਣ ਬਣ ਕੇ ਸਿਜਦੇ ਕਰਦੇ ਹਨ।
ਉਸ ਸਮੇਂ ਖਾਨ ਸਾਹਿਬ ਵਜਦ ਵਿੱਚ ਆ ਕੇ ਕਹਿਣ ਲੱਗਾ, ਵਾਹ ਮੇਰੇ ਮੁਰਸ਼ਦ, ਵਾਹ ਮੇਰੇ ਅੱਲਾਹ, ਮੈਨੂੰ ਕੈਸੇ ਚੰਗੇ ਰਸਤੇ ਲਾਇਆ ਹੈ। ਨੇਤਰ ਹੰਝੂਆਂ ਨਾਲ ਤਰ ਹੋ ਗਏ। ਆਪਣੇ ਨੌਕਰ ਰਾਮਦਾਸ ਨੂੰ ਕਹਿਣ ਲੱਗਾ, ਰਾਮਦਾਸ, ਮੈਂ ਤੇਰੇ ਕਦਮਾਂ ਦੀ ਧੂੜ ਚੁੰਮਾਂ ਜੋ ਤੂੰ ਮੇਰੇ ਤੇ ਪਰਉਪਕਾਰ ਕੀਤਾ। ਐਸਾ ਕਾਮਲ ਮੁਰਸ਼ਦ ਸੱਚਾ ਪੀਰ ਦੱਸਿਆ। ਕਹਿੰਦਾ ਹੈ, ਤੌਬਾ ਮੇਰੇ ਅੱਲਾ ਦੀ, ਮੈਂ ਉਸ ਪਠਾਨ ਦੀ ਬੇਗਮ ਦਾ ਹੁਣ ਸੁਪਨੇ ਵਿੱਚ ਵੀ ਖਿਆਲ ਨਹੀਂ ਕਰਾਂਗਾ। ਹੇ ਗੁਨਾਹਗਾਰਾਂ ਤੇ ਰਹਿਮਤ ਕਰਨ ਵਾਲੇ ਦਾਤਾ, ਤੂੰ ਕੈਸਾ ਚੰਗਾ ਹੈ। ਹੇ ਮੇਰੇ ਖੁਦਾ, ਤੂੰ ਹਰ ਪਲ ਮੈਨੂੰ ਯਾਦ ਰਹੇ, ਕਦੀ ਵੀ ਨਾ ਭੁੱਲੀ, ਪਾਪਾ ਤੋਂ ਬਚਾਈ, ਮੇਰੇ ਐਬਾਂ ਵੱਲ ਨਾ ਤੱਕੀ, ਆਪਣੇ ਦਰੋਂ ਬਖਸ਼ਿਸ਼ਾਂ ਦੇ ਪੈਰਾਂ ਦੀ ਖਾਕ ਦੇਵੀ। ਹੇ ਅੱਲਾ ਪਾਕ, ਆਪਣੇ ਸਰੂਪ ਪੂਰਨ ਪੀਰ ਤੇ ਦਰਸ਼ਨ ਬਖਸ਼। ਇਉਂ ਖਾਨ ਜਿਵੇਂ ਜਿਵੇਂ ਭਗਤੀ ਕਰੇ, ਮਨ ਦੇ ਖਿਆਲ ਬਦਲੀ ਜਾਣ, ਯਥਾ ਬੋਧ ਦੇ ਬਦਲੀ ਸੇਹ ਦੇ ਪਾਈ। ਚੰਦਰ ਮਣੀ ਗਨਕਾਂ ਵਾਂਗੂ ਖਿਆਲ ਪਲਟ ਗਏ। ਉਸ ਉੱਪਰ ਵੀ ਕਿਸੇ ਰੱਬੀ ਬੰਦੇ ਦੀ ਮਿਹਰ ਹੋਈ ਸੀ। ਭਾਈ ਗੁਰਦਾਸ ਸਾਹਿਬ ਜੀ ਲਿਖਦੇ ਹਨ, ਗਨਕਾ ਪਾਪਨ ਹੋਏ ਕੈ, ਪਾਪਾਂ ਦਾ ਗਲ ਹਾਰ ਪਰੋਤਾ, ਮਹਾਂਪੁਰਖ ਅਚਾਨ ਚੱਕ, ਗਣਕਾ ਵਾੜੇ ਆਏ ਖਲੋਤਾ, ਦੁਰਮਤ ਦੇਖ ਦਿਆਲ ਹੋਏ, ਹੱਥੋਂ ਉਸਨੋ ਦਿੱਤੋਸ ਤੋਤਾ, ਰਾਮ ਨਾਮ ਉਪਦੇਸ਼ ਕਰ, ਖੇਲ ਗਿਆ ਦੇ ਵਣਜ ਸੌਤਾ, ਲਿਵ ਲਾਗੀ ਤਿਸ ਤੋਤਿਓ, ਨਿਤ ਪੜਾਏ ਕਰੈ ਅਸੋਤਾ। ਪਤਿਤ ਉਧਾਰਨ ਰਾਮ ਨਾਮ, ਦੁਰਮਤ ਪਾਪ ਕਲੇਵਰ ਧੋਤਾ, ਅੰਤ ਕਾਲ ਜਮ ਜਾਲ ਤੋੜ, ਨਰਕੈ ਵਿੱਚ ਨ ਖਾਦ ਸੋ ਗੋਤਾ, ਗਈ ਬੈਕੁੰਠ ਬਿਬਾਣ ਚੜ, ਨਾਉ ਨਾਰਾਇਣ ਛੋਤ ਅਛੋਤਾ, ਥਾਉ ਨਿਥਾਵੇ ਮਾਣ ਮਨੋਤਾ, ਥਾਉ ਨਿਥਾਵੇ ਮਾਣ ਮਨੋਤਾ। ਖੋਟੀ ਮਤ ਦੇਖ ਕੇ ਸੰਤਾਂ ਨੇ ਰਾਮ ਨਾਮ ਪੜਿਆ, ਤੋਤਾ ਬਖਸ਼ ਕੇ ਗਨਕਾ ਤਾਰ ਦਿੱਤੀ। ਇਸੇ ਤਰ੍ਹਾਂ ਖਾਨ ਸਾਹਿਬ ਦੇ ਮਨ ਚੋਂ ਪਾਪ ਨਿਕਲ ਗਿਆ, ਹਿਰਦਾ ਬਿਲਕੁਲ ਸਾਫ ਤੇ ਸ਼ੁੱਧ ਹੋ ਗਿਆ। ਯਥਾ ਕੋਟ ਅਪਰਾਧ ਸਾਧ ਸੰਗੇ ਮਿਟੈ, ਸੰਤ ਕਿਰਪਾ ਤੇ ਜਮ ਤੇ ਛੁੱਟੈ। ਇਸ ਦੀ ਬੜੀ ਮਹਿਮਾ ਹੋਣ ਲੱਗੀ। ਦਰਸ਼ਨਾਂ ਲਈ ਅਨੇਕਾਂ ਹੀ ਪਠਾਨ ਪਠਾਣੀਆਂ, ਹਿੰਦੂ ਤੇ ਮੁਸਲਮਾਨ ਮਸਜਿਦ ਤੋਂ ਬਾਹਰ ਖੜੇ ਉਡੀਕਦੇ ਰਹਿੰਦੇ। ਜਦੋਂ ਖਾਨ ਨੇ ਮਸੀਤ ਚੋਂ ਬਾਹਰ ਆਉਣਾ ਤਾਂ ਲੋਕੀ ਫੁੱਲਾਂ ਦੀ ਵਰਖਾ ਕਰਨ, ਅਦਬ ਨਾਲ ਹੁਜ਼ਰੇ ਵਿੱਚ ਲਿਆਉਣ। ਉਧਰ ਖਾਨ ਸਾਹਿਬ ਨੇ ਸਭ ਲੋਕਾਂ ਲਈ ਚਾਹ ਪ੍ਰਸ਼ਾਦੇ ਤੇ ਲੰਗਰ ਦਾ ਪੂਰਾ ਇੰਤਜ਼ਾਮ ਕਰ ਦਿੱਤਾ। ਜਦੋਂ ਇਸ ਨੂੰ ਜਾਪ ਕਰਦਿਆਂ 11 ਦਿਨ ਹੋ ਗਏ ਤਾਂ ਮਨ ਬਿਲਕੁਲ ਸਾਫ਼ ਹੋ ਗਿਆ। ਸੋਚਦਾ ਹੈ, ਮੈਂ ਕਿਸੇ ਪਾਪ ਵਾਸਤੇ ਬੰਦਗੀ ਕੀਤੀ ਤਾਂ ਵੀ ਲੋਕਾਂ ਨੇ ਮੇਰਾ ਕਿਤਨਾ ਅਦਬ ਕੀਤਾ। ਦੁਨੀਆਂ ਦਰਸ਼ਨਾਂ ਵਾਸਤੇ ਆਉਂਦੀ ਹੈ, ਹੁਣ ਮੈਨੂੰ ਕਿਸ ਚੀਜ਼ ਦੀ ਭੁੱਖ ਹੈ? ਕਿਉਂ ਨਾ ਮੰਦੇ ਖਿਆਲ ਛੱਡ ਕੇ ਸੱਚੇ ਦਿਲ ਨਾਲ ਖੁਦਾ ਦੀ ਬੰਦਗੀ ਕਰਾਂ। ਇਉਂ ਪੱਕਾ ਮਨ ਬਣਾ ਕੇ ਫਿਰ ਰਾਤ ਦੇ 10 ਵਜੇ ਬਾਬਾ ਜੀ ਦੇ ਪਾਸ ਪੁੱਜਾ। ਪਾਵਨ ਚਰਨਾਂ ਤੇ ਸੀਸ ਰੱਖ ਕੇ ਨਮਸਕਾਰ ਕੀਤੀ ਅਤੇ ਬੜਾ ਵੈਰਾਗ ਕੀਤਾ। ਇਸ ਦੀ ਹਾਲਤ ਦੇਖ ਕੇ ਅੰਤਰਜਾਮੀ ਦਾਤੇ ਨੇ ਪੁੱਛਿਆ, ਕਿਉਂ ਖਾਨ ਸਾਹਿਬ, ਕਿਸ ਤਰ੍ਹਾਂ ਆਏ ਹੋ? ਕੀ 40 ਦਿਨ ਪੂਰੇ ਹੋ ਗਏ? ਤਾਂ ਬਾਬਾ ਜੀ ਦੇ ਚਰਨ ਫੜ ਕੇ ਅਰਜ਼ ਕੀਤੀ, ਨਹੀਂ ਮੇਰੇ ਅੱਲਾ, ਅੱਜ 11 ਦਿਨ ਹੋਏ ਹਨ। ਐ ਮੇਰੇ ਦਾਤਾ, ਆਪ ਜੀ ਦੀ ਕਿਰਪਾ ਨਾਲ ਹੁਣ ਮੇਰੇ ਮਨ ਦੇ ਖਿਆਲ ਬਦਲ ਗਏ ਹਨ। ਉਹ ਖਾਨ ਦੀ ਬੇਗਮ ਨੂੰ ਮੈਂ ਭੈਣ ਦੀ ਨਿਗਾਹ ਨਾਲ ਵੇਖਦਾ ਹਾਂ। ਹੇ ਅੱਲਾ ਦਾ ਨੂਰ, ਸੱਚੇ ਫਕੀਰ, ਆਪ ਧਨ ਹੋ। ਧਨ ਹਨ ਆਪ ਜੀ ਦੇ ਮਾਤਾ ਪਿਤਾ, ਜਿਨ੍ਹਾਂ ਦੇ ਘਰ ਵਿੱਚ ਆਪ ਪ੍ਰਗਟ ਹੋਏ। ਧਨ ਹੈ ਇਹ ਹੋਤੀ ਮਰਦਾਨ ਦੀ ਧਰਤੀ, ਜਿੱਥੇ ਆਪ ਜੀ ਦੇ ਸੋਹਣੇ ਚਰਨ ਪਏ ਅਤੇ ਮੇਰੇ ਜੈਸੇ ਅਨੇਕਾਂ ਹੀ ਪਾਪੀ ਤਰ ਗਏ। ਯਥਾ ਪਾਰਸ ਮੈਂ ਅਰ ਸੰਤ ਮੈਂ, ਵੱਡੋ ਅੰਤਰੋ ਜਾਨ, ਵਹ ਲੋਹਾ ਕੰਚਨ ਕਰੈ, ਵਹ ਕਰ ਹੈ ਆਪ ਸਮਾਨ। ਵਿਚਾਰ ਮਾਲਾ ਅਥਵਾ ਅਨਕ ਬਿਗਨ ਤੇ ਸਾਧੂ ਰਾਖੈ, ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ,
ਕਬਿਤ ਧੰਨ ਬਾਬਾ ਕਰਮ ਸਿੰਘ ਖਾਨ ਉੱਤੇ ਮਿਹਰ ਕੀਤੀ, ਅੰਦਰੋਂ ਵਿਕਾਰਾਂ ਤਾਈ ਮਾਰ ਕੇ ਤੈ ਕੱਢਿਆ, ਲੈ ਕੇ ਖਿਆਲ ਜਿਹੜਾ ਕਰਦਾ ਸੀ ਬੰਦਗੀ ਨੂੰ, ਬੰਦਗੀ ਪ੍ਰਤਾਪ ਨਾਲ ਖੋਟਾਂ ਤਾਈ ਛੱਡਿਆ, ਹਿੰਦੂ ਤੇ ਮੁਸਲਮਾਨ ਆਵੇ ਜੋ ਸ਼ਰਨ ਚੱਲ, ਜਾਵਦਾ ਨਾ ਖਾਲੀ ਭਾਵੇਂ ਔਗਣਾਂ ਦਾ ਡੰਡਿਆ, ਅਬਦੁਲ ਗੁਫਾਰ ਤਾਈ ਕਰਕੇ ਨਿਹਾਲ ਸੰਤਾਂ, ਨਾਮ ਦਾ ਖਜ਼ਾਨਾ ਹੋਰ ਸਭਨਾਂ ਨੂੰ ਵੰਡਿਆ। ਇਉਂ ਜਦੋਂ ਸੰਤਾਂ ਨੇ ਖਾਨ ਦੀ ਨਿਮਰਤਾ ਤੱਕੀ ਤਾਂ ਹੁਕਮ ਕੀਤਾ, ਹੇ ਖਾਨ ਸਾਹਿਬ, ਇਸ ਵਾਸਤੇ ਹੀ ਤੈਨੂੰ ਖੁਦਾ ਦੇ ਰਸਤੇ ਲਾਇਆ ਹੈ, ਸਾਡੇ ਪਾਸ ਖੁਦਾ ਦਾ ਨਾਮ ਹੀ ਅਸਲੀ ਔਸ਼ਧੀ ਹੈ, ਪਰ ਦਵਾਈ ਖਾਧੀ ਤਾਂ ਰਾਸ ਆਉਂਦੀ ਹੈ। ਜੇ ਪੂਰਾ ਪੂਰਾ ਪਰਹੇਜ਼ ਰੱਖੇ ਅਤੇ ਲਾਇਕ ਡਾਕਟਰ ਨੂੰ ਮਿਲ ਕੇ ਦਵਾਈ ਲਵੇ, ਡਾਕਟਰ ਵੀ ਰੋਗੀ ਦੇ ਰੋਗ ਦਾ ਜਾਣੂ ਤੇ ਔਸ਼ਧੀ ਦੀ ਪਰਖ ਕਰਨ ਵਾਲਾ ਹੋਵੇ, ਯਥਾ ਰੋਗ ਦਾਰੂ ਦੋਵੈ ਬੁੱਝੈ ਤਾ ਵੈਦ ਸੁਜਾਨ। ਫਿਰ ਡਾਕਟਰ ਆਪ ਅਰੋਗ ਹੋਵੇ, ਕਈ ਡਾਕਟਰ ਹੀ ਰੋਗੀ ਹੁੰਦੇ ਹਨ, ਉਹ ਮਰੀਜ਼ ਨੂੰ ਕਿਵੇਂ ਰਾਜ਼ੀ ਕਰ ਸਕਣਗੇ। ਯਥਾ ਰੋਗ ਗਵਾ ਇਹ ਆਪਣਾ ਨਾਨਕ ਵੈਦ ਸਦਾਏ। ਸੰਤਾਂ ਰੂਪੀ ਡਾਕਟਰਾਂ ਪਾਸ ਤਾਂ ਨਾਮ ਦੀ ਦਾਰੂ ਹੈ, ਜੇ ਖੁਦਾ ਦਾ ਨਾਮ ਹੀ ਕੰਮ ਨਾ ਕਰੇ ਤਾਂ ਫਿਰ ਨਾਮ ਵਿੱਚ ਕੀ ਵਡਿਆਈ। ਤੂੰ ਸੰਤਾਂ ਦੇ ਦੁਆਰੇ ਆਇਆ ਹੈ, ਸੰਤ ਵੀ ਕੈਸੇ, ਹਰ ਕੇ ਸੰਤ ਪ੍ਰਿਯ ਪ੍ਰੀਤਮ ਪ੍ਰਭ ਕੇ ਤਾਕੈ ਹਰ ਹਰ ਗਾਈਐ, ਨਾਨਕ ਈਹਾ ਸੁਖ ਆਗੈ ਮੁਖ ਉਜਲ ਸੰਗ ਸੰਤਨ ਕਹਿ ਪਾਈਐ। ਤੈਨੂੰ ਹੀਰੇ ਮੋਤੀਆਂ ਦਾ ਵਪਾਰੀ ਬਣਾ ਦਿੱਤਾ ਹੈ, ਜੋ ਪਹਿਲਾਂ ਕੱਚ ਤੇ ਕੌਡੀਆਂ ਦਾ ਖਰੀਦਦਾਰ ਸੀ। ਅਸੀਂ ਖੋਟੀਆਂ ਵਾਸ਼ਨਾ ਪੂਰੀਆਂ ਕਰਨ ਵਾਸਤੇ ਸੰਤ ਨਹੀਂ ਬਣੇ, ਸਗੋਂ ਖੋਟ ਕੱਢਣ ਵਾਸਤੇ ਸੰਤ ਬਣੇ ਹਾਂ। ਯਥਾ ਕਾਰ ਹੁਕਮ ਮਸਤਕ ਹੱਥ ਧਾਰੇ ਵਿੱਚ ਮਾਰ ਕੱਢੀਆਂ ਬੁਰਿਆਈਆਂ, ਜਾਓ ਕਰੋ ਅੱਲਾ ਨੂੰ ਯਾਦ ਤੇ ਕਰਾਓ ਹੋਰਨਾਂ ਤੋਂ ਬੰਦਗੀ, ਗਰੀਬਾਂ ਮਸਕੀਨਾਂ ਵਾਸਤੇ ਲੰਗਰ ਲਗਵਾ ਦਿਓ, ਨਾਮ ਜਪੋ ਧਰਮ ਦੀ ਕਿਰਤ ਕਰੋ ਤੇ ਵੰਡ ਕੇ ਛਕੋ, ਘਰ ਵਿੱਚ ਨਿਰਲੇਪ ਰਹੋ, ਹਿੰਦੂ ਮੁਸਲਮਾਨਾਂ ਨੂੰ ਇੱਕ ਜੈਸਾ ਜਾਣੋ, ਪੱਖ ਅਪੱਖ ਯੋਗ ਅਯੋਗ ਪਦਾਰਥ ਦਾ ਨਿਰਣਾ ਕਰਕੇ ਵਰਤੋ, ਜਾਓ ਨਿਹਾਲ ਹੋ ਗਏ। ਬਾਬਾ ਜੀ ਦੇ ਇਹ ਬਚਨ ਸੁਣ ਕੇ ਸੱਚਮੁੱਚ ਹੀ ਖਾਂ ਦਾ ਮਨ ਪਾਰਸ ਬਣ ਗਿਆ। ਕਚਹੋ ਕੰਚਨ ਪਾਇਓ ਸਬਦ ਗੁਰ ਸ੍ਰਵਣ ਹੈ ਸੁਣਿਓ, ਤਥਾ ਲੋਹੋ ਹੋਇਓ ਲਾਲ ਨਦਰ ਸਤ ਗੁਰ ਜਾਦੇ ਧਾਰੈ। ਆਗਿਆ ਪਾ ਕੇ ਘਰ ਆ ਗਿਆ ਤੇ ਆਪਣੇ ਖੇਤ ਵਿੱਚ ਹੀ ਮੰਦਰ ਤੇ ਮਸੀਤ ਬਣਾ ਦਿੱਤੇ, ਗੁਰਦੁਆਰਾ ਤਿਆਰ ਕਰਵਾਇਆ, ਲੋਕਾਂ ਵਾਸਤੇ ਅੱਡੋ ਅੱਡੀ ਲੰਗਰ ਜਾਰੀ ਕਰ ਦਿੱਤੇ, ਆਪ ਬਾਹਰ ਰਹਿ ਕੇ ਖੁਦਾ ਦਾ ਜਾਪ ਕਰਿਆ ਕਰੇ। ਇਉਂ ਬੜਾ ਉੱਘਾ ਫਕੀਰ ਬਣ ਗਿਆ। ਇਸ ਦੀ ਸੰਗਤ ਨੇ ਹੋਰ ਵੀ ਅਨੇਕਾਂ ਦਾ ਭਲਾ ਕੀਤਾ। ਯਥਾ ਹਰ ਇੱਕ ਹੱਥ ਆਇਆ ਵਰਸਾਣੇ ਬਹੁਤ ਤੇਰੇ ਤਿਸ ਲਾਗੇ ਮੁਕਤ ਭਏ ਘਨੇਰੇ। ਇਹ ਹੈ ਪੂਰੇ ਗੁਰਾਂ ਤੇ ਸੰਤਾਂ ਦੀ ਵਡਿਆਈ। ਧੰਨ ਹਨ ਬਾਬਾ ਕਰਮ ਸਿੰਘ ਜੀ ਮਹਾਂਪਾਪੀ ਨੂੰ ਸੱਚਾ ਫਕੀਰ ਬਣਾਉਣ ਵਾਲੇ। ਹਰਿਦੁਆਰ ਦਾ ਕੁੰਭ ਸੰਮਤ 1924 ਬਿਕਰਮੀ ਦੇ ਕੁੰਭ ਮੇਲੇ ਤੇ ਹਰਿਦੁਆਰ ਨੂੰ ਜਾਂਦੇ ਹੋਏ ਕੁਝ ਕੁ ਸਾਧੂ, ਜਿਨ੍ਹਾਂ ਨਾਲ ਉਹਨਾਂ ਦਾ ਮਹੰਤ ਵੀ ਸੀ, ਬਾਬਾ ਜੀ ਦੀ ਮਹਿਮਾ ਤੇ ਵਡਿਆਈ ਸੁਣ ਕੇ ਹੋਤੀ ਮਰਦਾਨ ਦਰਸ਼ਨ ਕਰਨ ਲਈ ਆਏ। ਬਾਹਰੋਂ ਹੀ ਰਣ ਸਿੰਘਿਆਂ ਦੀ ਆਵਾਜ਼ ਤੇ ਗੁਰਬਾਣੀ ਦੇ ਸ਼ਬਦਾਂ ਦੀ ਧੁਨੀ ਕਰਦੇ ਆ ਰਹੇ ਸਨ। ਅੱਗੇ ਬਾਬਾ ਜੀ ਦਾ ਦੀਵਾਨ ਸਜਿਆ ਹੋਇਆ ਸੀ। ਇਸ ਸੰਤ ਮੰਡਲੀ ਨੇ ਪਾਸ ਪੁੱਜ ਕੇ ਫੁੱਲ ਤੇ ਇਲਾਚੀਆਂ ਦਾ ਪ੍ਰਸ਼ਾਦ ਭੇਟਾ ਕਰਕੇ ਚਰਨ ਪਰਸੇ ਅਤੇ ਗਲੇ ਵਿੱਚ ਫੁੱਲਾਂ ਦੇ ਹਾਰ ਪਾ ਕੇ ਭਾਵਨਾ ਨਾਲ ਮੱਥਾ ਟੇਕਿਆ। ਬਾਬਾ ਜੀ ਨੇ ਸਭਨਾਂ ਦਾ ਆਦਰ ਕੀਤਾ ਤੇ ਆਖਿਆ,
आओ भगवान बड़ी कृपा कीती है जो इत्थे आ आप जैसे जंगम तीर्था ने दर्शन बख्शिया। संत का संग वड भागी पाई है। सारी संत मंडली नू अपने पास बिठाया ते जदों दीवान दी समाप्ति हुई ता आप जी ने छोटे संत बाबा लाल सिंह जी नू हुकम कीता के सारे संतां दा डेरा करवाओ, जल पानी ते प्रसाद छकाओ अते होर भी हरेक तरह दी सेवा दा ध्यान रखना। इयों संत लाल सिंह जी दी ड्यूटी ला के आप बाबा जी ता उस समय बाहर नदी किनारे गुफा वल चले गए। बाबा जी दा दर्शन करके बचन सुन के सारी संत मंडली बड़ी प्रसन्न हुई। संत लाल सिंह जी भी बड़े चाह नाल सारे महापुरुषां दी सेवा करन लगे, लोड़ींदा समान पास पहुंचा दिते ते होर सेवादार निगरानी वास्ते छड़ दिते। संतन स्यों मेरी लेवा देवी, संतन स्यों ब्योहारा, संतन स्यों हम लाहा खाटिया, हारे भगत भरे भंडारा। अंग 614। इस पावन उपदेश दे धारण करता बाबा जी जदों भी बाहरों आवन कुछ समा संतां पास बैठन सेवा पुछन अते जदों बाहर गुफा वल जावन फिर भी मिलके दर्शन करके जावन। आप जी दा मिठ बोलना सुभा अते डेरे दी मर्यादा तक के सारे ही साधु बड़े प्रसन्न हुए, बड़ियां खुशियां दे दिहाड़े लंघे। जदों इन्हां नूं इत्थे रहिंदिआं काफी दिन हो गए तां सारी संत मंडली दे प्रेरे श्री महंत ने बाबा जी पास अर्ज कीती कि गरीब निवाज, असीं सारे ही अपने अस्थान तों हरिद्वार कुंभ ते पहुंचण दा संकल्प करके चले हां। इस पावन जगह ते आप जी दे दर्शन करके मन बड़ा प्रसन्न होया है। हुण आप जी आग्या बख्शो तां कि मेले दी भीड़ तो पहला पहला पहुंच जाइए। महंत साहब दी एह बेनती सुन के संतां ने बचन कीता, महापुरशो तुसी तां खुद तीर्थ रूप हो। कहे कबीर हो भया उदास, तीर्थ बड़ा के हारे का दास। मन उपराम क्यों हो गया, तुहाडे वास्ते तां हर थां विच आनंद ही आनंद है। संतन को आनंद सागल ही जाई, इत्थे ही दर्शन बख्शो। इन्हां ने फिर अर्ज कीती, महाराज हरिद्वार जाण दा जरूर ही संकल्प है, सो सानू आग्या बख्श के पूरा करो। संता कहा, चंगा, अजे तां बहुत दिन बाकी हन, कुछ दिन होर ठहरो, फिर जिस तरह दा हुक्म करोगे मन लवांगे। इस तरह कुछ दिन होर लंघे तां इन्हां ने फिर अर्ज कीती, जी हुण कृपा करो ते आग्या बख्शो, नहीं तां फिर बहुत भीड़ हो जावेगी। नाल दी संत मंडली बड़ी काली पई। जदों महंत साहब ने इस तरह बेनती कीती तां अंतरजामी बाबा करम सिंह जी बोले, संत जी क्यों काहल पए करदे हो, इत्थे ही दर्शन दिओ। इस साल तां कुंभ दा मेला भरना ही नहीं, बड़ी गड़बड़ हो जावेगी अते बीमारी भी पै जानी है। जिहड़े गए हन ओह भी पहलां ही वापस आ जाणगे। तुहानूं गुरु नानक देव साहिब जी दी मेहर नाल इत्थे ही कुंभ दा मेला ते गंगा जी दा इशनान करवा देंगे। बाबा जी दे बचन सुन के जो तां साधु श्रद्धावान सन, बचना ते विश्वास रखण वाले ओह तां रुक गए, बाकी दे हठ करके चले गए। चेतर दी मस्या नूं सूरज ग्रहण लगना सी। नवें समत तों ही बड़ा पारी इकट्ठ हो गया। वैसाखी वाले दिन कुंभ दे इशनान विच अजे 8 दिन बाकी सन। सारे तारां खड़क गईयां कि हरिद्वार बहुत भीड़ दे कारण बीमारी पै गई है अते लोकी रस्तियां विचों ही वापस मोड़े गए हन। ता जान वाले रुक गए अते वापस आउण वालियां विचों भी कुछ ता अपने घरां नूं परत गए अते कईयां ने इह ख्याल कीता कि चलो घरों ता चल ही पए हां, चलो जे हरिद्वार नहीं जा सके ता होती मरदान बाबा जी दे दर्शन ही कर चलिए, क्योंकि साधु दा दर्शन ही सारे तीर्थां दा इशनान है। इउं जाण के सारे पासे तों संगतां होती दे डेरे आ इकट्ठियां होईयां। इधरों जानी जान दाते बाबा जी ने पहला ही सेवादारां नूं कह के डेरे दे कमरे ठीक करवा रखे सन अते गाइड पलटन चों बहुत सारे तंबू
ਸਾਹਿਬਾਨ ਤੇ ਛੋਲਦਾਰੀਆਂ ਮੰਗਵਾ ਕੇ ਲਗਵਾ ਛੱਡੀਆਂ ਸਨ। ਲੰਗਰ ਵਾਸਤੇ ਰਸਦ ਪਾਣੀ ਵੀ ਪਹਿਲਾਂ ਹੀ ਕਾਫੀ ਜਮ੍ਹਾਂ ਕਰਵਾ ਲਿਆ ਸੀ। ਇਸ ਇਲਾਕੇ ਦੇ ਪਿੰਡਾਂ ਵਿੱਚੋਂ ਵੀ ਮਿੱਠਾ, ਦਾਲ, ਘਿਓ ਤੇ ਆਟਾ ਵੀ ਲੰਗਰ ਵਾਸਤੇ ਪ੍ਰੇਮੀਆਂ ਦੇ ਘਰਾਂ ਚੋਂ ਆ ਗਿਆ। ਨਗਰਾਂ ਦੇ ਸੇਵਾਦਾਰ ਜਿਨ੍ਹਾਂ ਦੀਆਂ ਜੋੜ ਮੇਲੇ ਵਾਸਤੇ ਪਹਿਲਾਂ ਹੀ ਡਿਊਟੀਆਂ ਲਾ ਰੱਖੀਆਂ ਸਨ, ਉਹ ਵੀ ਆਪੋ ਆਪਣੀ ਸੇਵਾ ਤੇ ਹਾਜ਼ਰ ਹੋ ਗਏ। ਕਿਸੇ ਨੂੰ ਪੰਡਾਲ ਦੀ ਸੇਵਾ ਦਿੱਤੀ ਹੋਈ ਸੀ, ਕਿਸੇ ਨੂੰ ਲੰਗਰ ਦਾ ਇੰਚਾਰਜ ਬਣਾਇਆ ਹੋਇਆ ਸੀ, ਕੋਈ ਦੇਗ ਦੀ ਰਸਦ ਫੜਦਾ, ਕੋਈ ਪਹਿਰੇ ਤੇ ਸਾਵਧਾਨ ਸੀ। ਸੰਤਾਂ ਨੇ ਹੁਕਮ ਕੀਤਾ ਕਿ ਅੱਠੇ ਪਹਿਰ ਲੋਹ ਤਪਦੀ ਰਹੇ, ਹਰ ਸਮੇਂ ਪ੍ਰਸ਼ਾਦਾ ਤਿਆਰ ਮਿਲੇ ਅਤੇ ਦੀਵਾਨ ਵੀ ਰਾਤ ਦਿਨੇ ਸਜਿਆ ਰਹੇ। ਇਸ ਸੰਤ ਸਮਾਗਮ ਵਿੱਚ ਬੜੇ ਕਰਨੀ ਕਮਾਈ ਵਾਲੇ ਮਹਾਂਪੁਰਸ਼ ਤੇ ਹੋਰ ਬੇਅੰਤ ਗੁਣੀ ਗਿਆਨੀ, ਲੈਕਚਰਾਰ ਤੇ ਰਾਗੀ ਢਾਡੀ ਪੁੱਜੇ ਸਨ। ਤਿੰਨੇ ਦਿਨ ਇੱਕ ਰਸ ਅੱਠੇ ਪਹਿਰ ਕਥਾ ਕੀਰਤਨ ਤੇ ਗੁਰੂ ਜਸ ਦਾ ਪ੍ਰਵਾਹ ਜਾਰੀ ਰਿਹਾ। ਹਰਿਦੁਆਰ ਤੋਂ ਵਾਪਸ ਆਏ ਸਾਧੂਆਂ ਦਾ ਅਤੇ ਗ੍ਰਹਿਸਥੀ ਭਗਤਾਂ ਦਾ ਯਥਾ ਯੋਗ ਆਦਰ ਕੀਤਾ ਗਿਆ। ਇਹ ਗੁਰੂ ਕੇ ਲੰਗਰੋਂ ਪ੍ਰਸ਼ਾਦਾ ਛੱਕ ਕੇ ਦੀਵਾਨ ਅਸਥਾਨ ਵਿੱਚ ਕਥਾ ਕੀਰਤਨ ਦਾ ਲਾਭ ਪ੍ਰਾਪਤ ਕਰ ਰਹੇ ਸਨ। ਇਉਂ ਸੁਹਾਵਣਾ ਸਮਾਂ ਸਫਲਾ ਹੋ ਰਿਹਾ ਸੀ। ਚੇਤਰ ਦਾ ਮਹੀਨਾ ਸਮਾਪਤ ਹੋ ਗਿਆ ਤੇ ਕੁੰਭ ਦੇ ਇਸ਼ਨਾਨ ਵਾਲਾ ਪੂਰਬੀ ਦਾ ਦਿਨ ਵੈਸਾਖ ਦੀ ਸੰਗਰਾਂਦ ਆ ਗਈ। ਕੁੰਭ ਤੋਂ ਬਿਨਾਂ ਵੀ ਦੋ ਮੇਲੇ ਤਾਂ ਬਾਬਾ ਜੀ ਦੀ ਹਜ਼ੂਰੀ ਵਿੱਚ ਉਂਝ ਵੀ ਬੜੇ ਭਾਰੀ ਭਰਦੇ ਹੁੰਦੇ ਸਨ। ਵੈਸਾਖੀ ਦਾ ਪੂਰਬ ਅਤੇ ਅਸੂਵਦੀ ਦਸਵੀਂ ਦਾ ਜੋੜ ਮੇਲਾ। ਸੰਤ ਮੰਡਲੀ ਨੂੰ ਗੰਗਾ ਜੀ ਦੇ ਇਸ਼ਨਾਨ। ਵੈਸਾਖੀ ਦਾ ਦਿਨ ਹੈ, ਸੰਗਤ ਦਾ ਬੇਅੰਤ ਇਕੱਠ ਜੁੜਿਆ ਹੈ। ਖੁੱਲੀ ਜਗ੍ਹਾ ਬਰੀਤੀ ਤੇ ਸੁੰਦਰ ਸਟੇਜ ਬਣਾ ਕੇ ਉੱਪਰ ਸਾਹਿਬਾਨ ਤਾਣ ਦਿੱਤੇ, ਜਿਨ੍ਹਾਂ ਦੇ ਹੇਠ ਅਰਸ਼ੀ ਦਾਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਸੀ। ਇਉਂ ਹਜ਼ੂਰ ਦਾ ਰੂਹਾਨੀ ਦੀਵਾਨ ਸਜਿਆ। ਬਾਬਾ ਜੀ ਆਪ ਵੀ ਸੰਗਤ ਨੂੰ ਦਰਸ਼ਨ ਦੇ ਰਹੇ ਸਨ। ਉੱਚੀ ਜਗ੍ਹਾ ਤੇ ਰਾਗੀ ਕੀਰਤਨ ਕਰ ਰਹੇ ਸਨ। ਲੰਗਰ ਵਿੱਚ ਮਾਲਪੂੜੇ, ਖੀਰ ਤੇ ਕੜਾਹ, ਪੂਰੀਆਂ, ਦਾਲ, ਸਬਜ਼ੀ, ਮਿੱਠਾ, ਚਟਨੀ ਤੇ ਅਚਾਰ ਵਰਤ ਰਿਹਾ ਸੀ। ਸਵੇਰ ਦੇ 4 ਵਜੇ ਤੋਂ ਦੀਵਾਨ ਸਜਿਆ, ਸ਼ਾਮ ਦੇ 5 ਵਜੇ ਸਮਾਪਤ ਹੋਇਆ। ਅਰਦਾਸ ਤੋਂ ਉਪਰੰਤ ਸੰਗਤ ਬਾਬਾ ਜੀ ਨੂੰ ਪਾਲਕੀ ਵਿੱਚ ਅਸਵਾਰ ਕਰਾ ਕੇ ਛੱਪਰੀਆਂ ਤੱਕ ਲੈ ਗਈ। ਲੰਗਰ ਉਸੇ ਤਰ੍ਹਾਂ ਖੁੱਲ੍ਹਾ ਵਰਤਦਾ ਰਿਹਾ। ਇੱਥੇ ਆ ਕੇ ਸੰਤਾਂ ਨੇ ਇਸ਼ਨਾਨ ਕੀਤਾ। ਸੋਦਰ ਦੇ ਪਾਠ ਉਪਰੰਤ ਸਾਰੀ ਸੰਤ ਮੰਡਲੀ ਤੇ ਬਾਬਾ ਜੀ ਵਾਸਤੇ ਪ੍ਰਸ਼ਾਦ ਇੱਥੇ ਬਾਹਰ ਹੀ ਆ ਗਿਆ ਅਤੇ ਸਭਨਾਂ ਨੂੰ ਛਕਾਇਆ। ਫਿਰ ਸੰਤ ਜੀ ਮਹਾਰਾਜ ਕਾਫੀ ਰਾਤ ਗਈ ਤੋਂ ਕਲਪਾਣੀ ਦੇ ਕੰਢੇ ਜਾ ਬੈਠੇ ਅਤੇ ਮਹੰਤ ਜੀ ਸਮੇਤ ਸਾਰੀ ਸੰਤ ਮੰਡਲੀ ਨੂੰ ਪਾਸ ਬੁਲਾ ਕੇ ਬੜੇ ਸਤਿਕਾਰ ਨਾਲ ਪੁੱਛਿਆ, ਕਿਉਂ ਸੰਤ ਜੀ, ਕੁੰਭ ਦਾ ਮੇਲਾ ਹੋਇਆ ਕਿ ਨਹੀਂ? ਸੰਤਾਂ ਦੀ ਰਸਨਾ ਤੋਂ ਇਹ ਪਾਵਨ ਬਚਨ ਸੁਣ ਕੇ ਸਾਰੇ ਸਾਧੂਆਂ ਨੇ ਅਰਜ਼ ਕੀਤੀ, ਗਰੀਬ ਨਿਵਾਜ, ਗੁਣੀਆਂ ਗਿਆਨੀਆਂ ਦੇ ਵਖਿਆਨ ਵੀ ਸੁਣੇ, ਆਪ ਜੀ ਦਾ ਪਾਵਨ ਦਰਸ਼ਨ ਵੀ ਕੀਤਾ, ਪਰ ਅੱਜ ਜੋ ਪੂਰਬੀ ਦੇ ਸਮੇਂ ਗੰਗਾ ਜੀ ਦੇ ਇਸ਼ਨਾਨ ਦਾ ਮਹਾਤਮ ਸੀ, ਉਹ ਤਾਂ ਹੁਣ ਰਹਿ ਗਿਆ, ਹੋ ਨਹੀਂ ਸਕਿਆ। ਬਾਬਾ ਜੀ ਨੇ ਉਹਨਾਂ ਦੇ ਮਨ ਦੀ ਅਭਿਲਾਸ਼ਾ ਜਾਣ ਕੇ ਕਿ ਇਹ ਅਜੇ ਕਰਮ ਕਾਂਡ ਵਿੱਚ ਹੀ ਫਸੇ ਹਨ, ਤੀਰਥ ਇਸ਼ਨਾਨ ਦੀ ਮਹਿਮਾ ਸੰਤ ਦਰਸ਼ਨ ਨਾਲੋਂ ਵਿਸ਼ੇਸ਼ ਸਮਝਦੇ ਹਨ, ਉਸ ਸਮੇਂ ਆਪ ਜੀ ਜਿਸ ਜਗ੍ਹਾ ਤੇ ਬੈਠੇ ਸਨ ਉਸ ਥਾਂ ਤੋਂ ਉੱਠੇ, ਮਹੰਤ ਸਾਹਿਬ ਨੂੰ ਨਾਲ ਲੈ ਕੇ ਕੁਝ ਅੱਗੇ ਜਾ ਕੇ ਪਾਣੀ ਦੇ ਕੰਢੇ ਖਲੋ ਗਏ ਤੇ ਬਚਨ ਕੀਤਾ ਕਿ ਜੇ ਇਸ਼ਨਾਨ ਕਰਨ ਦਾ ਹੀ ਖਿਆਲ ਹੈ ਤਾਂ ਬੁਲਾਓ ਸਾਰੀ ਸੰਤ ਮੰਡਲੀ ਨੂੰ, ਗੰਗਾ ਜੀ ਦਾ ਇਸ਼ਨਾਨ ਕਰਵਾ ਕੇ ਉਹਨਾਂ ਦੇ ਮਨ ਦੀ ਇਹ ਇੱਛਾ ਵੀ ਪੂਰੀ ਕਰ ਦਿੰਦੇ ਹਾਂ। ਹਜ਼ੂਰ ਦੇ ਕਥਨ ਅਨੁਸਾਰ ਅੰਗ 890 68 ਤੀਰਥ ਜਹ ਸਾਧ ਪਾਗ ਧਾ ਰਹੇ ਤਹ ਬੈਕੁੰਠ ਜਹ ਨਾਮ ਉਚ ਰਹੇ। ਜਿੱਥੇ ਆਪ ਖੜੇ ਸੀ ਉੱਥੇ ਥਾਂ ਤੇ ਉਸੇ ਥਾਂ ਤੇ 2 ਫੁੱਟ ਡੂੰਘਾ ਖੱਡਾ ਪਟਵਾਇਆ, ਬਸ ਫੇਰ ਕੀ ਸੀ? ਉਸ ਸਮੇਂ ਗੰਗਾ ਜੀ ਦੇ ਨਿਰਮਲ ਜਲ ਦਾ ਚਸ਼ਮਾ ਫੁੱਟ ਪਿਆ। ਸਾਰੇ ਸਾਧੂਆਂ ਨੂੰ ਆਖਿਆ ਕਿ ਬਸਤਰ ਉਤਾਰੋ ਤੇ ਇਸ਼ਨਾਨ ਕਰੋ। ਇਹ ਫੁਆਰਾ ਪੁੱਟੇ ਟੋਏ ਤੋਂ 3 ਫੁੱਟ ਉੱਚਾ ਵਗਣ ਲੱਗ ਪਿਆ। ਸਾਰੀ ਸੰਤ ਮੰਡਲੀ ਬੜੀ ਪ੍ਰਸੰਨ ਹੋਈ। ਇਹਨਾਂ ਦੇ ਨਾਲ ਸੰਤ ਤਾਰਾ ਸਿੰਘ ਜੀ ਨੇ ਵੀ ਇਸ਼ਨਾਨ ਕੀਤਾ, ਜਿਨ੍ਹਾਂ ਦੇ ਸ਼ਿਸ਼ ਪੰਡਿਤ ਪ੍ਰੇਮ ਸਿੰਘ ਜੀ ਹਰਿਦੁਆਰ ਵਾਲੇ ਸਨ। ਜਦੋਂ ਸਾਰੇ ਸਾਧੂ ਇਸ਼ਨਾਨ ਕਰ ਚੁੱਕੇ ਤਾਂ ਬਾਬਾ ਜੀ ਨੇ ਪੁੱਛਿਆ, ਕਿਉਂ ਸੰਤ ਜੀ, ਇਸ਼ਨਾਨ ਹੋ ਗਏ? ਸੱਚਮੁੱਚ ਇਹ ਗੰਗਾ ਜਲ ਹੀ ਸੀ ਜਾਂ ਕੋਈ ਹੋਰ ਪਾਣੀ? ਹਜ਼ੂਰ ਦੇ ਇਹ ਬਚਨ ਸੁਣ ਕੇ ਸਾਰੇ ਸਾਧੂਆਂ ਦੇ ਨੇਤਰਾਂ ਚੋਂ ਜਲ ਵਹਿ ਤੁਰਿਆ।
ਚਰਨੀ ਡਿੱਗੇ ਅਰਜ਼ ਕੀਤੀ, ਆਪ ਕਲਯੁਗ ਦੇ ਨਿਤ ਅਵਤਾਰ ਹੋ ਅਤੇ ਧੰਨਤਾ ਯੋਗ ਹੋ, ਸਾਡੀਆਂ ਸਭ ਆਸ਼ਾ ਪੂਰੀਆਂ ਕਰ ਦਿੱਤੀਆਂ। ਆਪ ਜੀ ਦੀ ਮਹਿਮਾ ਕਹਿਣ ਸੁਣਨ ਤੋਂ ਬਾਹਰ ਹੈ। ਫਿਰ ਸੰਤਾਂ ਨੇ ਉਸ ਚੱਲ ਰਹੇ ਪਰਿਵਾਰ ਨੂੰ ਹੱਥ ਨਾਲ ਬੰਦ ਕਰਕੇ ਰੇਤੇ ਵਿੱਚ ਬਿਠਾ ਦਿੱਤਾ ਅਤੇ ਕਿਹਾ, ਜਾਓ ਆਪਣੇ ਵਿਸ਼ਾਲ ਪ੍ਰਵਾਹ ਵਿੱਚ ਜਾ ਰਲੋ। ਇਹ ਬਚਨ ਸੁਣਦਿਆਂ ਸਾਰ ਸਭਨਾਂ ਦੇ ਦੇਖਦਿਆਂ ਦੇਖਦਿਆਂ ਹੀ ਉਹ ਗੰਗਾ ਧਾਰ ਅਲੋਪ ਹੋ ਗਈ। ਇਹ ਵਾਰਤਾ ਪੰਡਿਤ ਤਾਰਾ ਸਿੰਘ ਜੀ ਤੇ ਸੰਤ ਬੱਗਾ ਸਿੰਘ ਜੀ ਨੇ ਤੁਡੇਰ ਨਗਰ ਕਥਾ ਕਰਦਿਆਂ ਸੰਗਤ ਨੂੰ ਸੁਣਾਈ ਸੀ। ਕੈਮਲਪੁਰ ਵਾਲੇ ਭਾਈ ਲਾਲ ਸਿੰਘ ਜੀ ਰਾਗੀ ਉਸ ਜਗ੍ਹਾ ਗ੍ਰੰਥੀ ਸਨ, ਉਹਨਾਂ ਤੋਂ ਦਾਸ ਨੂੰ ਪਤਾ ਲੱਗਾ। ਰਾਤ ਲੰਘੀ, ਸਵੇਰੇ ਸਾਰੀ ਹੀ ਸੰਤ ਮੰਡਲੀ ਨੂੰ ਪੂਰਬੀ ਦੇ ਇਸ਼ਨਾਨ ਕਰਵਾਉਣ ਵਾਲੀ ਵਾਰਤਾ ਦਾ ਪਤਾ ਲੱਗ ਗਿਆ ਅਤੇ ਲੱਗੇ ਪ੍ਰੇਮੀ ਸੰਤਾਂ ਦੀ ਜੈ ਜੈਕਾਰ ਕਰਨ ਅਤੇ ਉਸ ਜਗ੍ਹਾ ਤੇ ਦਰਸ਼ਨ ਕਰਨ ਵੀ ਆਏ ਜਿੱਥੇ ਸੰਤਾਂ ਨੇ ਗੰਗਾ ਦਾ ਪ੍ਰਭਾਵ ਪ੍ਰਗਟ ਕੀਤਾ ਸੀ। ਦੀਦਾਰ ਕਰਕੇ ਸਭਨਾਂ ਦੇ ਮਨ ਗਦਗਦ ਹੋ ਗਏ। ਵਜਦ ਵਿੱਚ ਆ ਕੇ ਲੱਗੇ ਜੋਟੀਆਂ ਨਾਲ ਇਹ ਸ਼ਬਦ ਪੜਨ, ਬਿਲਾਵਲੋ ਮਹੱਲਾ ਪੰਜਵਾਂ, ਐਸੀ ਦੀਖਿਆ ਜਨ ਸਿਓ ਮੰਗਾ, ਤੁਮਰੋ ਧਿਆਨ ਤੁਮਾਰੋ ਰੰਗਾ, ਤੁਮਰੀ ਸੇਵਾ ਤੁਮਾਰੇ ਅੰਗਾ, ਰਹਾਓ ਜਨ ਕੀ ਟਹਲ ਸੰਭਾਖੁਨ ਜਨ ਸਿਓ, ਊਠਨ ਬੈਠਨ ਜਨ ਕੈ ਸੰਗਾ, ਜਨ ਚਰ ਰਜ ਮੁਖ ਮਥ ਹੈ ਲਾਗੀ, ਆਸਾ ਪੂਰਨ ਅਨਤ ਤਰੰਗਾ, ਜਨ ਪਾਰ ਬ੍ਰਹਮ ਜਾ ਕੀ ਨਿਰਮਲ ਮਹਿਮਾ, ਜਨ ਕੇ ਚਰਨ ਤੀਰਥ ਕੋਟ ਗੰਗਾ, ਜਨ ਕੀ ਧੂਰ ਕੀਓ ਮਜਨ ਨਾਨਕ, ਜਨਮ ਜਨਮ ਕੇ ਹਰੇ ਕਲੰਗਾ। ਅਥਵਾ ਹਰ ਕੀ ਕਥਾ ਹੋਤ ਹੈ ਜਹਾਂ, ਗੰਗਾ ਵੀ ਜਲ ਆਵਤ ਤਹਾਂ। ਇਉਂ ਸਭਨਾਂ ਨੂੰ ਨਿਸ਼ਚਾ ਹੋ ਗਿਆ ਕਿ ਸੰਤਾਂ ਦੀ ਮਹਿਮਾ ਬੇਅੰਤ ਹੈ, ਵੇਦ ਵੀ ਅੰਤ ਨਹੀਂ ਪਾ ਸਕਦੇ। ਨਾਮ ਜਪਣ ਵਾਲੇ ਦੇ ਚਰਨਾਂ ਵਿੱਚ 68 ਤੀਰਥ ਵਸਦੇ ਹਨ। ਨਾਮ ਸੁਣਨ ਵਾਲੇ ਅਤੇ ਜੀਵਾਂ ਦੇ ਉੱਪਰ ਤਰਸ ਕਰਨ ਵਾਲੇ ਨੂੰ 68 ਤੀਰਥਾਂ ਦੇ ਇਸ਼ਨਾਨ ਦਾ ਫਲ ਮਿਲਦਾ ਹੈ। ਸੁਣੇ ਹੈ 68 ਕਾ ਇਸ਼ਨਾਨ, ਅਥਵਾ 68 ਤੀਰਥ ਸਗਲ ਪੁੰਨ ਜੀ ਦਇਆ ਪਰਵਾਨ। ਉਸ ਤੋਂ ਬਾਅਦ ਬਾਹਰੋਂ ਆਈ ਸੰਤ ਮੰਡਲੀ ਤੇ ਸੰਗਤ ਬਾਬਾ ਜੀ ਦੀਆਂ ਖੁਸ਼ੀਆਂ ਤੇ ਆਗਿਆ ਪਾ ਕੇ ਹਜ਼ੂਰ ਤੋਂ ਪ੍ਰਸ਼ਾਦ ਲੈ ਕੇ ਨਮਸਕਾਰ ਕਰਕੇ ਵਿਦਾ ਹੋਈ। ਕਣਕ ਚੋਰੀ ਹੋਣੀ। ਇੱਕ ਦਿਨ ਛੋਟੇ ਸੰਤ ਲਾਲ ਸਿੰਘ ਜੀ ਨੇ, ਜੋ ਸੰਤਾਂ ਦੇ ਸੇਵਕ ਸਨ, ਬਾਬਾ ਜੀ ਪਾਸ ਅਰਜ਼ ਕੀਤੀ, ਮਹਾਰਾਜ ਆਪ ਅੰਤਰਜਾਮੀ ਹੋ, ਦੋ ਕੋਠੇ ਕਣਕ ਦੇ ਭਰੇ ਪਏ ਸਨ, ਅੱਜ ਤੱਕਿਆ ਇੱਕ ਤਾਂ ਬਿਲਕੁਲ ਖਾਲੀ ਹੈ, ਸਾਰੀਆਂ ਕਣਕ ਦੀਆਂ ਬੋਰੀਆਂ ਚੋਰੀ ਹੋ ਗਈਆਂ ਅਤੇ ਦੂਜੇ ਕੋਠੇ ਵਾਲੀ ਕਣਕ ਦਾ ਆਟਾ ਬਣਿਆ ਪਿਆ ਹੈ, ਉਸ ਨੂੰ ਵੀ ਘੁਣ ਲੱਗ ਗਿਆ ਹੈ, ਜਿਸ ਨੇ ਸਾਰੀ ਕਣਕ ਖਰਾਬ ਕਰ ਦਿੱਤੀ ਹੈ। ਅੱਜ ਲੰਗਰ ਵਾਸਤੇ ਪਿਸਾਉਣੀ ਸੀ ਪਰ ਹੈ ਨਹੀਂ, ਹਜ਼ੂਰ ਦਾ ਕੀ ਹੁਕਮ ਹੈ? ਦੀਨ ਦਿਆਲ ਸੰਤ ਜੀ ਇਹ ਵਾਰਤਾ ਸੁਣ ਕੇ ਬੜੇ ਹੱਸੇ ਅਤੇ ਉੱਤਰ ਦਿੱਤਾ, ਭਾਈ ਜੀ ਤੁਸਾਂ ਵੀ ਤਾਂ ਉਸ ਕਣਕ ਨੂੰ ਸਾਫ਼ ਕਰਕੇ ਆਟਾ ਪਿਸਾ ਕੇ ਪ੍ਰਸ਼ਾਦ ਤਿਆਰ ਕਰਕੇ ਵਰਤਾਉਣਾ ਸੀ, ਹੁਣ ਉਹ ਆਪੇ ਵਰਤ ਗਈ ਅਤੇ ਤੁਸੀਂ ਸਾਰੇ ਕੰਮਾਂ ਤੋਂ ਛੁੱਟ ਗਏ। ਚੋਰ ਵੀ ਆਪੇ ਪਿਸਾ ਕੇ ਪ੍ਰਸ਼ਾਦ ਪਕਾ ਕੇ ਛਕਣਗੇ ਅਤੇ ਘੁਣਾ ਵੀ ਆਪ ਹੀ ਆਟਾ ਬਣਾ ਕੇ ਛਕ ਰਿਹਾ ਹੈ, ਤੁਸੀਂ ਵੀ ਉਸ ਨੂੰ ਵਰਤਾਉਣਾ ਹੀ ਸੀ, ਸੋ ਚੰਗਾ ਹੋਇਆ ਜੋ ਆਪੇ ਹੀ ਵਰਤ ਗਈ। ਗੁਰੂ ਕੇ ਲੰਗਰ ਦੀ ਚਿੰਤਾ ਨਾ ਕਰੋ, ਇਹ ਗੁਰੂ ਨਾਨਕ ਪਾਤਸ਼ਾਹ ਜੀ ਦਾ ਲੰਗਰ ਹੈ, ਉਹ ਆਪੇ ਹੀ ਕਿਸੇ ਦਾਨੀ ਨੂੰ ਪ੍ਰੇਰ ਕੇ ਹੋਰ ਕਣਕ ਭੇਜ ਦੇਣਗੇ, ਤੁਸੀਂ ਬੇਫਿਕਰ ਰਹੋ। ਅੰਗ 272 ਬ੍ਰਹਮ ਗਿਆਨੀ ਕੈ ਦ੍ਰਿਸਟ ਸਮਾਨ, ਜੈਸੇ ਰਾਜ ਰੰਕ ਕੌ ਲਾਗੈ ਤੋਲੇ ਪਵਾਨ। ਬ੍ਰਹਮ ਗਿਆਨ ਦੇ ਦਾਤੇ ਸੰਤ ਬਾਬਾ ਕਰਮ ਸਿੰਘ ਜੀ ਮਹਾਰਾਜ ਦੀ ਪਾਵਨ ਰਸਨਾ ਤੋਂ ਇਹ ਅਮੋਲਕ ਬਚਨ ਸੁਣ ਕੇ ਸਾਰੀ ਸੰਗਤ ਤੇ ਭਾਈ ਲਾਲ ਸਿੰਘ ਜੀ ਗਦਗਦ ਹੋ ਗਏ। ਬਾਬਾ ਜੀ ਨੂੰ ਮੱਥਾ ਟੇਕ ਕੇ ਜਦੋਂ ਡੇਰੇ ਵਾਪਸ ਆਏ ਤਾਂ ਕੀ ਵੇਖਦੇ ਹਨ
ਕਿ ਤਾਜੇ ਪਿਸਾਏ ਆਟੇ ਦਾ ਗੱਡਾ ਬੂਹੇ ਅੱਗੇ ਖੜਾ ਹੈ। ਸਾਰੇ ਆਖਣ ਧੰਨ ਓਏ ਸੰਤ ਜਿਨ ਐਸੀ ਜਾਨੀ। ਅੰਗ 873। ਸੇਠ ਹੀਰਾਨੰਦ ਨੇ ਅਰੋਗ ਹੋਣਾ। ਗੜੀ ਕਪੂਰੇ ਦਾ ਵਾਸੀ ਸੇਠ ਹੀਰਾਨੰਦ ਬਾਬਾ ਜੀ ਦਾ ਬੜਾ ਸ਼ਰਧਾਲੂ ਤੇ ਪੂਰਨ ਸਿਦਕੀ ਸਿੱਖ ਸੀ। ਇਹ ਕਿਸੇ ਪੂਰਵਲੇ ਕਰਮਾਂ ਕਰਕੇ ਇੱਕਦਮ ਬਿਮਾਰ ਹੋ ਗਿਆ। ਇਸ ਦੇ ਬਚਣ ਦੀ ਕੋਈ ਆਸ ਨਾ ਰਹੀ। ਸਿਆਣੇ ਸਿਆਣੇ ਵੈਦ ਸੱਦੇ, ਇਲਾਜ ਕਰਵਾਇਆ, ਪਰ ਕੋਈ ਫਰਕ ਨਾ ਪਿਆ। ਬਿਮਾਰੀ ਅਗਾਂਹ ਹੀ ਵਧਦੀ ਗਈ। ਅਖੀਰ ਨੂੰ ਸਰੀਰ ਬੇਹੋਸ਼ ਤੇ ਸੁੰਨ ਹੋ ਕੇ ਆਕੜ ਗਿਆ। ਅੰਤ ਸਮਾਂ ਜਾਣ ਕੇ ਸੰਬੰਧੀਆਂ ਨੇ ਇਸ ਨੂੰ ਮੰਜੇ ਤੋਂ ਥੱਲੇ ਉਤਾਰ ਕੇ ਧਰਤੀ ਤੇ ਲਿਟਾ ਦਿੱਤਾ। ਹੇਤੂ ਸੱਜਣ ਪਾਸ ਬੈਠ ਕੇ ਰੁਦਨ ਕਰਨ ਲੱਗੇ। ਉਹਨਾਂ ਵਿੱਚੋਂ ਕੁਝ ਕੁ ਸੰਬੰਧੀ ਦੌੜ ਕੇ ਬਾਬਾ ਜੀ ਪਾਸ ਡੇਰੇ ਆਏ। ਹਜ਼ੂਰ ਦੀਵਾਨ ਵਿੱਚ ਸੰਗਤ ਨੂੰ ਦਰਸ਼ਨ ਦੇ ਰਹੇ ਸਨ। ਇਹਨਾਂ ਨੇ ਪਾਵਨ ਚਰਨਾਂ ਤੇ ਸੀਸ ਰੱਖ ਕੇ ਮੱਥਾ ਟੇਕਿਆ। ਫਿਰ ਬੜੀ ਨਿਮਰਤਾ ਨਾਲ ਅਰਜ਼ ਕੀਤੀ, ਦਾਤਾ ਜੀ, ਸੇਠ ਹੀਰਾਨੰਦ ਸਖਤ ਬਿਮਾਰ ਹੈ, ਬਚਣ ਦੀ ਕੋਈ ਉਮੀਦ ਨਹੀਂ। ਵੈਦ ਫਕੀਰ ਵੀ ਆਪਣਾ ਵਾਹ ਵੇਲਾ ਲਾ ਚੁੱਕੇ ਹਨ। ਹਜ਼ੂਰ ਦੇ ਦਰ ਦੀ ਸ਼ਰਨ ਤੱਕੀ ਹੈ, ਆਪ ਕਿਰਪਾ ਕਰਕੇ ਆਪਣੇ ਸੇਵਕ ਦੀ ਜਾਨ ਬਚਾਓ। ਸੁਭਾਵਕ ਹੀ ਸੰਤਾਂ ਨੇ ਹੁਕਮ ਕੀਤਾ, ਛੇਤੀ ਜਾਓ, ਹੀਰਾਨੰਦ ਨੂੰ ਖੁੱਲੇ ਜਲ ਦੀਆਂ ਗਾਗਰਾਂ ਪਾ ਕੇ ਮੂਲ ਮੰਤਰ ਦਾ ਜਾਪ ਕਰਦਿਆਂ ਇਸ਼ਨਾਨ ਕਰਵਾਓ। ਬਾਅਦ ਵਿੱਚ ਮਿਸ਼ਰੀ ਤੇ ਮੱਖਣ ਖਵਾ ਦੇਣਾ, ਠੀਕ ਹੋ ਜਾਵੇਗਾ। ਬਾਬਾ ਜੀ ਦੀ ਪਾਵਨ ਰਸਨਾ ਤੋਂ ਇਹ ਬਚਨ ਸੁਣ ਕੇ ਸਾਰੇ ਹੀ ਬੜੇ ਪ੍ਰਸੰਨ ਹੋਏ। ਆਗਿਆ ਪਾਈ, ਨਮਸਕਾਰ ਕਰਕੇ ਸਾਰੇ ਹੀ ਘਰ ਆ ਗਏ। ਜਦੋਂ ਪਰਿਵਾਰ ਨੂੰ ਬਾਬਾ ਜੀ ਦਾ ਹੁਕਮ ਦੱਸਿਆ, ਇਹ ਸਾਰੇ ਹੀ ਬਾਬਾ ਜੀ ਦੇ ਪ੍ਰੇਮੀ ਅਤੇ ਡੇਰੇ ਦੇ ਸ਼ਰਧਾਲੂ ਸਨ। ਕਹਿਣ ਲੱਗੇ, ਹੁਣ ਇਹ ਬਚ ਜਾਵੇਗਾ, ਛੇਤੀ ਇਸ਼ਨਾਨ ਕਰਵਾਓ। ਮਹਾਂਪੁਰਸ਼ਾਂ ਦਾ ਬਚਨ ਸਫਲਾ ਹੁੰਦਾ ਹੈ। ਜਦੋਂ ਇਹਨਾਂ ਨੇ ਇਸ ਨੂੰ ਬੇਹੋਸ਼ੀ ਵਿੱਚ ਪਕੜ ਕੇ ਖੂਹ ਦੇ ਪਾਸ ਲਿਆ ਕੇ ਮੂਲ ਮੰਤਰ ਦਾ ਜਾਪ ਕਰਦਿਆਂ ਜਲ ਦੀ 11 ਗਾਗਰਾਂ ਉੱਪਰ ਪਾਈਆਂ ਤਾਂ ਇਸ ਨੂੰ ਸੁਰਤ ਪਰਤੀ, ਅੱਖਾਂ ਪੁੱਟੀਆਂ ਤੇ ਸਰੀਰ ਦੇ ਅੰਗ ਹਿਲਾਏ। ਬਸ ਫਿਰ ਕੀ ਸੀ, ਜਿਉਂ ਜਿਉਂ ਉੱਪਰ ਪਾਣੀ ਪਾਉਂਦੇ ਸਨ ਸਰੀਰ ਅਰੋਗ ਹੁੰਦਾ ਜਾ ਰਿਹਾ ਸੀ। ਜਦੋਂ 21 ਗਾਗਰਾਂ ਪੈ ਗਈਆਂ ਤਾਂ ਉਹ ਉੱਠ ਕੇ ਬੈਠ ਗਿਆ, ਆਪ ਹੀ ਸੁੱਕੇ ਬਸਤਰ ਬਦਲੇ, ਮਿਸ਼ਰੀ ਤੇ ਮੱਖਣ ਮੰਗ ਕੇ ਖਾਧਾ। ਕੁਝ ਕਮਜ਼ੋਰੀ ਸੀ, ਉਹ ਵੀ ਥੋੜੇ ਦਿਨਾਂ ਵਿੱਚ ਬਿਲਕੁਲ ਦੂਰ ਹੋ ਗਈ। ਬੜੀ ਭਾਵਨਾ ਨਾਲ ਆਪਣੇ ਪਾਸ ਭੇਟਾ ਲਈ ਅਤੇ ਹੋਤੀ ਡੇਰੇ ਪੁੱਜਾ। ਹਜ਼ੂਰ ਦੇ ਦਰਸ਼ਨ ਕਰਕੇ ਭੇਟਾ ਅਰਪੀ, ਪਾਵਨ ਚਰਨਾਂ ਦੀ ਧੂੜ ਮੱਥੇ ਲਾ ਕੇ ਆਪਣੀ ਸਾਰੀ ਵਿਥਿਆ ਸੁਣਾ ਕੇ ਬਾਬਾ ਜੀ ਦੀ ਉਸਤਤੀ ਕਰਨ ਲੱਗਾ। ਜੀ ਦਾਨ ਦੇ ਭਗਤੀ ਲਾਇਨ, ਹਰ ਸਿਓ ਲੈਨ ਮਿਲਾਏ। ਭੋਗ ਮੋਖ ਦੇ ਦਾਤੇ ਨੇ ਇਸ ਨੂੰ ਥਾਪੜਾ ਦੇ ਕੇ ਹੁਕਮ ਕੀਤਾ, ਹੀਰਾਨੰਦ ਨਾਮ ਜਪ ਤੇ ਭਲਿਆਈ ਦੇ ਕੰਮ ਕਰ ਤੇ ਇਸ ਜ਼ਿੰਦਗੀ ਨੂੰ ਸਫਲਾ ਬਣਾ। ਇਹ ਮਨੁੱਖਾ ਜਨਮ ਬਾਰੰਬਾਰ ਨਹੀਂ ਮਿਲਦਾ। ਹੁਣ ਤੇਰੇ ਤੇ ਨਿਰੰਕਾਰ ਦੀ ਕਿਰਪਾ ਹੋਈ ਹੈ, ਜਿਸ ਕਰਕੇ ਤੇਰੀ ਜ਼ਿੰਦਗੀ ਪਰਤ ਆਈ। ਟੁੱਟੀ ਹੋਈ ਉਮਰ ਅਕਾਲ ਪੁਰਖ ਨੇ ਮੁੜ ਗੰਢ ਦਿੱਤੀ, ਟੁੱਟੀ ਗਾਂਢਨ ਹਾਰ ਗੋਪਾਲ। ਬਾਬਾ ਜੀ ਦੇ ਇਹ ਬਚਨ ਸੁਣ ਕੇ ਇਸ ਨੇ ਸਾਰੀ ਜ਼ਿੰਦਗੀ ਬਾਬਾ ਜੀ ਦੇ ਚਰਨਾਂ ਵਿੱਚ ਰਹਿ ਕੇ ਡੇਰੇ ਦੀ ਸੇਵਾ ਕਰਦਿਆਂ ਸਫਲੀ ਕੀਤੀ। ਧੰਨ ਬਾਬਾ ਕਰਮ ਸਿੰਘ ਜੀ ਮਹਾਰਾਜ। ਸੇਠ ਗਣਪਤ ਰਾਏ ਦਾ ਅਧਰੰਗ ਦੂਰ ਕਰਨਾ। ਗਣਪਤ ਰਾਏ ਨਾਮ ਦਾ ਇੱਕ ਸੇਠ ਸੀ। ਉਸ ਦਾ ਕੋਈ ਪਿਛਲਾ ਮੰਦ ਕਰਮ ਫਲ ਦੇਣ ਨੂੰ ਅੱਗੇ ਆਇਆ, ਜਿਸ ਕਰਕੇ ਉਸ ਦੇ ਸਰੀਰ ਨੂੰ ਅਧਰੰਗ ਦਾ ਰੋਗ ਹੋ ਗਿਆ। ਇੱਕ ਪਾਸਾ ਬਿਲਕੁਲ ਹੀ ਮਾਰਿਆ ਗਿਆ, ਜ਼ੁਬਾਨ ਵੀ ਬੰਦ ਹੋ ਗਈ, ਲੱਕ ਤੋਂ ਹੇਠਾਂ ਸਾਰਾ ਸਰੀਰ ਜੜ ਹੋ ਗਿਆ। ਪਰਿਵਾਰ ਨੇ ਬੜੇ ਸਿਆਣੇ ਸਿਆਣੇ ਵੈਦ ਸੱਦੇ। ਉਹਨਾਂ ਨੇ ਆ ਕੇ ਆਪੋ ਆਪਣੇ ਇਲਾਜ ਸ਼ੁਰੂ ਕਰ ਦਿੱਤੇ, ਪਰ ਰੰਚਕ ਮਾਤਰ ਵੀ ਆਰਾਮ ਨਾ ਆਇਆ। ਇਸ ਇਲਾਕੇ ਦਾ ਮੰਨਿਆ ਹੋਇਆ ਸ਼ਿਵ ਦਿਆਲ ਨਾਮ ਦਾ ਬੜਾ ਸਿਆਣਾ ਵੈਦ ਸੀ। ਉਸ ਨੇ ਕਾਫੀ ਦੇਰ ਤੱਕ ਆਪਣਾ ਇਲਾਜ ਜਾਰੀ ਰੱਖਿਆ। ਜਦੋਂ ਫਿਰ ਵੀ ਬਿਮਾਰੀ ਨੂੰ ਮੋੜ ਨਾ ਪਿਆ ਤਾਂ ਅਖੀਰ ਨੂੰ ਇਸ ਨੇ ਵੀ ਜਵਾਬ ਦੇ ਦਿੱਤਾ ਕਿ ਹੁਣ ਇਹ ਰੋਗ ਮੇਰੇ ਵਾਸਤੋਂ ਬਾਹਰ ਹੈ, ਕਿਸੇ ਹੋਰ ਵੈਦ ਨੂੰ ਦਿਖਾਓ। ਇਹ ਸੁਣ ਕੇ ਸਾਰੇ ਪਰਿਵਾਰ ਤੇ ਹੋਸ਼
ਉੱਡ ਗਏ ਤੇ ਕਹਿਣ ਲੱਗੇ ਕਿ ਸਾਨੂੰ ਤਾਂ ਕਿਸੇ ਚੰਗੇ ਵੈਦ ਦਾ ਪਤਾ ਨਹੀਂ, ਤੁਸੀਂ ਹੀ ਦੱਸੋ। ਤਾਂ ਇਸਨੇ ਕਿਹਾ ਕਿ ਇੱਕ ਬਹੁਤ ਪੁਰਾਣਾ ਤਜਰਬੇਕਾਰ ਵੈਦ ਪਿਛੌਰ ਰਹਿੰਦਾ ਹੈ, ਉਹ ਮੇਰਾ ਚੰਗਾ ਵਾਕਫ ਹੈ, ਮੈਂ ਤੁਹਾਡੇ ਨਾਲ ਚੱਲਦਾ ਹਾਂ, ਸੇਠ ਨੂੰ ਉਸ ਦੇ ਪਾਸ ਲੈ ਜਾਓ, ਸ਼ਾਇਦ ਇਹ ਬਿਮਾਰੀ ਉਸ ਦੇ ਸਮਝ ਵਿੱਚ ਪੈ ਜਾਵੇ ਤੇ ਇਹਨਾਂ ਦੀ ਜ਼ਿੰਦਗੀ ਬਚ ਜਾਵੇ। ਇਹ ਰਾਏ ਸਾਰੇ ਪਰਿਵਾਰ ਨੂੰ ਚੰਗੀ ਲੱਗੀ, ਹੋਰ ਕਰ ਵੀ ਕੀ ਸਕਦੇ ਸਨ। ਸੇਠ ਦੇ ਪੁੱਤਰ ਤੇ ਹੋਰ ਸੰਬੰਧੀ ਰਾਹ ਦਾ ਖਰਚ ਲੈ ਕੇ ਨੌਕਰਾਂ ਦੇ ਸਿਰਾਂ ਤੇ ਇਸ ਦਾ ਮੰਜਾ ਰਖਵਾ ਕੇ ਚੱਲ ਪਏ। ਜਦੋਂ ਹੋਤੀ ਡੇਰੇ ਦੇ ਪਾਸ ਪੁੱਜੇ, ਇਧਰੋਂ ਹੀ ਰਸਤਾ ਸੀ ਕਿਉਂਕਿ ਇਹਨਾਂ ਮਰਦਾਨ ਤੋਂ ਗੱਡੀ ਬੈਠਣਾ ਸੀ। ਵੈਦ ਸ਼ਿਵ ਦਿਆਲ ਚੰਗਾ ਸੂਝ ਵਾਲਾ ਗੁਰਮੁਖ ਸੀ, ਇਹ ਸੰਤਾਂ ਦੀ ਮਹਿਮਾ ਨੂੰ ਜਾਣਦਾ ਸੀ। ਇਸ ਨੇ ਸੇਠ ਦੇ ਸੰਬੰਧੀਆਂ ਨੂੰ ਪ੍ਰੇਰ ਕੇ ਉਸ ਦਾ ਮੰਜਾ ਡੇਰੇ ਪਾਸ ਲਿਆ ਕੇ ਰੱਖ ਦਿੱਤਾ ਤੇ ਆਪ ਵੈਦ ਨੇ ਸੇਠ ਦੇ ਪਰਿਵਾਰ ਸਮੇਤ ਹਜ਼ੂਰ ਦੇ ਚਰਨਾਂ ਤੇ ਬੜੀ ਭਾਵਨਾ ਨਾਲ ਮੱਥਾ ਟੇਕਿਆ ਤੇ ਸਾਰਿਆਂ ਨੇ ਸੇਠ ਦੀ ਅਰੋਗਤਾ ਲਈ ਅਰਜ਼ ਕੀਤੀ ਕਿ ਗਰੀਬ ਨਿਵਾਜ, ਕਿਰਪਾ ਕਰੋ, ਸੇਠ ਬੜਾ ਭਲਾ ਲੋਕ ਹੈ, ਇਸ ਦਾ ਰੋਗ ਦੂਰ ਹੋ ਜਾਵੇ। ਐਸ ਵੇਲੇ ਅਧਰੰਗ ਦੀ ਬਿਮਾਰੀ ਨਾਲ ਬੜਾ ਦੁਖੀ ਹੈ, ਆਪ ਉਸ ਦੀ ਪੀੜਾ ਨਿਵਿਰਤ ਕਰੋ। ਉਸ ਸਮੇਂ ਦੁਖੀ ਹਿਰਦਿਆਂ ਦੇ ਦਰਦਵੰਦ ਬਾਬਾ ਕਰਮ ਸਿੰਘ ਜੀ ਇਕਾਂਤ ਵਿੱਚ ਬੈਠੇ ਪ੍ਰੇਮੀਆਂ ਦੀਆਂ ਅਰਜ਼ਾਂ ਸੁਣ ਰਹੇ ਸਨ। ਹੁਕਮ ਕੀਤਾ, ਸੇਠ ਨੂੰ ਬੌਲੀ ਦੇ ਜਲ ਨਾਲ ਇਸ਼ਨਾਨ ਕਰਾਓ, ਫਿਰ ਪਿੰਡ ਪਾ ਕੇ ਦਹੀਂ ਖਵਾਓ, ਠੀਕ ਹੋ ਜਾਵੇਗਾ। ਸਿਆਲ ਦੇ ਦਿਨ ਸਨ, ਫਿਰ ਅਧਰੰਗ ਦੇ ਰੋਗੀ ਨੂੰ ਦਹੀਂ ਤੇ ਇਸ਼ਨਾਨ। ਇਹ ਅਨੋਖਾ ਇਲਾਜ ਸੁਣ ਕੇ ਸਾਰੇ ਹੀ ਹੈਰਾਨ ਸਨ, ਪਰ ਵੈਦ ਸ਼ਰਧਾਲੂ ਸੀ, ਉਸ ਨੇ ਸਲਾਹ ਦਿੱਤੀ ਕਿ ਸੰਤਾਂ ਦਾ ਬਚਨ ਨਾ ਮੋੜੋ, ਜ਼ਰੂਰ ਹੀ ਰਾਜੀ ਹੋ ਜਾਵੇਗਾ। ਸੇਠ ਦਾ ਮੰਜਾ ਬੌਲੀ ਪਾਸ ਲਿਆਂਦਾ ਗਿਆ, ਇਸ ਨੇ ਬਥੇਰਾ ਰੌਲਾ ਪਾਇਆ, ਹਾਲ ਪਾਹਰਿਆ ਕਰੀ ਕਿ ਮੈਨੂੰ ਇਉਂ ਦੁਖੀ ਕਰਕੇ ਤੇ ਤਰਸਾ ਕੇ ਨਾ ਮਾਰੋ। ਪਰ ਜਦੋਂ ਚਾਰ ਬੰਦਿਆਂ ਨੇ ਫੜ ਕੇ ਬੌਲੀ ਦੇ ਜਲ ਨਾਲ ਇਸ਼ਨਾਨ ਕਰਾਇਆ, ਉਸ ਸਮੇਂ ਸੇਠ ਦਾ ਮਰਿਆ ਹੋਇਆ ਪਾਸਾ ਇਉਂ ਹਿੱਲਣ ਲੱਗ ਪਿਆ ਜਿਵੇਂ ਬਿਜਲੀ ਦੇ ਕਰੰਟ ਨਾਲ ਝਰਨਾਹਟ ਦੌੜਦੀ ਹੈ, ਮਾਨੋ ਕਿਸੇ ਨੇ ਅੰਦਰੋਂ ਖਿੱਚ ਕੇ ਰੋਗ ਬਾਹਰ ਕੱਢ ਦਿੱਤਾ। ਫਿਰ ਤਾਂ ਆਪ ਹੀ ਸੇਠ ਨੇ ਕਿਹਾ ਕਿ ਹੋਰ ਪਾਣੀ ਪਾਓ। ਜਦੋਂ ਹੋਰ ਜਲ ਪਾਇਆ ਤਾਂ ਸਾਰਾ ਸਰੀਰ ਅਰੋਗ ਹੋ ਗਿਆ। ਉਸ ਨੇ ਆਪ ਹੀ ਉੱਠ ਕੇ ਬਸਤਰ ਬਦਲੇ, ਕੁਝ ਕੁ ਜ਼ੁਬਾਨ ਵਿੱਚ ਕਸਰ ਰਹਿ ਗਈ ਸੀ, ਉਹ ਵੀ ਦਹੀਂ ਦੇ ਖਾਦਿਆਂ ਠੀਕ ਹੋ ਗਈ, ਕੋਇਲ ਵਰਗੀ ਆਵਾਜ਼ ਹੋ ਗਈ। ਤਾਂ ਸੇਠ ਡੰਡੌਤਾਂ ਕਰਦਾ ਅਰਜ਼ੀ ਦਾਤੇ ਦੇ ਚਰਨਾਂ ਵਿੱਚ ਹਾਜ਼ਰ ਹੋਇਆ। ਜੋ ਕੁਝ ਵੀ ਪਾਸ ਸੀ ਸਾਰਾ ਹੀ ਭੇਟਾ ਕਰਕੇ ਭਾਵਨਾ ਨਾਲ ਮੱਥਾ ਟੇਕਿਆ ਤੇ ਬਾਬਾ ਜੀ ਦੀ ਉਸਤਤੀ ਕਰਨ ਲੱਗਿਆ। ਸੰਤਾਂ ਨੇ ਆਖਿਆ ਕਿ ਪਰਮੇਸ਼ਰ ਦੀ ਉਸਤਤੀ ਕਰੋ, ਪੰਚਮ ਪਾਤਸ਼ਾਹ ਜੀ ਦਾ ਪਾਵਨ ਹੁਕਮ ਹੈ, ਉਸਤਤ ਮਨ ਮਹੇ ਕਾਰ ਨਿਰੰਕਾਰ ਕਾਰ ਮਨ ਮੇਰੇ ਸਤ ਵਿਵਹਾਰ। ਹੁਕਮ ਕੀਤਾ ਕਿ ਰੋਜ਼ ਨੇਮ ਨਾਲ ਸੁਖਮਨੀ ਸਾਹਿਬ ਜੀ ਦਾ ਪਾਠ ਕਰੋ ਤੇ ਨੇਕੀ ਵਾਲਾ ਵਿਵਹਾਰ ਕਰੋ, ਇਹ ਅਰੋਗਤਾ ਤੁਹਾਨੂੰ ਪਰਉਪਕਾਰ ਨੇਕੀ ਤੇ ਸਿਮਰਨ ਵਾਸਤੇ ਮਿਲੀ ਹੈ। ਦੁਨੀਆਂ ਵਿੱਚ ਚੰਗੇ ਕੰਮ ਕਰਕੇ ਜਸ ਖੱਟੋ, ਫਿਰ ਅੰਤ ਨੂੰ ਆਪਣਾ ਉਜਲਾ ਮੁਖ ਲੈ ਕੇ ਪਰਲੋਕ ਨੂੰ ਜਾਵੋਗੇ। ਕਹੋ ਨਾਨਕ ਸੋਭਾ ਸੰਗ ਜਾਵੋ ਪਾਰ ਬ੍ਰਹਮ ਕੈ ਦੁਆਰੇ। ਇਉਂ ਸੰਤਾਂ ਦੀ ਕਿਰਪਾ ਕਰਕੇ ਇਸ ਦਾ ਰੋਗ ਦੂਰ ਹੋ ਗਿਆ। ਫਿਰ ਤਾਂ ਗਣਪਤ ਰਾਏ ਚੰਗੇ ਜੀਵਨ ਵਾਲਾ ਬਣ ਗਿਆ, ਸਾਰੀ ਜ਼ਿੰਦਗੀ ਬਾਬਾ ਜੀ ਦਾ ਸ਼ਰਧਾਲੂ ਬਣ ਕੇ ਡੇਰੇ ਹੀ ਸੇਵਾ ਕਰਦਾ ਰਿਹਾ। ਇਸ ਦਾ ਪਰਿਵਾਰ ਤੇ ਸ਼ਿਵ ਦਿਆਲ ਵੈਦ ਸੰਤਾਂ ਦੀ ਆਗਿਆ ਪਾ ਕੇ ਮਹਿਮਾ ਕਰਦੇ ਹੋਏ ਵਾਪਸ ਮੁੜੇ। ਧੰਨ ਬਾਬਾ ਕਰਮ ਸਿੰਘ ਜੀ ਮਹਾਰਾਜ। ਕੋਠੇ ਤੋਂ ਡਿੱਗੇ ਬੱਚੇ ਨੂੰ ਰਾਜ਼ੀ ਕਰਨਾ। ਹੋਤੀ ਪਿੰਡ ਦੇ ਰਹਿਣ ਵਾਲੇ ਇੱਕ ਧਨਾੜ ਖੱਤਰੀ ਦੁਨੀ ਚੰਦ ਦਾ ਇਕਲੌਤਾ ਪੁੱਤਰ ਹਰੀ ਰਾਮ, ਜਿਸ ਦੀ ਉਮਰ 5 ਸਾਲਾਂ ਦੀ ਸੀ, ਹੋਰ ਬੱਚਿਆਂ ਨਾਲ ਖੇਡਦਾ ਖੇਡਦਾ ਮਕਾਨ ਦੀ ਛੱਤ ਤੋਂ ਹੇਠਾਂ ਧਰਤੀ ਤੇ ਆ ਡਿੱਗਾ। ਡਿੱਗਦਿਆਂ ਸਾਰ ਹੀ ਬੱਚਾ ਬੇਹੋਸ਼ ਹੋ ਗਿਆ, ਸਿਰ ਫਟ ਗਿਆ, ਹੋਰ ਵੀ ਬਹੁਤ ਸਾਰੀਆਂ ਸੱਟਾਂ ਲੱਗੀਆਂ, ਖੂਨ ਵਗ ਰਿਹਾ ਸੀ। ਇਸ ਦੇ ਪਿਤਾ ਨੇ ਡਾਕਟਰ ਹਕੀਮ ਬੁਲਾਏ ਪਰ ਸਭ ਜਵਾਬ ਦੇ ਗਏ। ਅਖੀਰ ਸਾਰੇ ਪਾਸਿਆਂ ਤੋਂ ਨਿਰਾਸ਼ ਹੋ ਕੇ ਹਜ਼ੂਰ ਬਾਬਾ ਕਰਮ ਸਿੰਘ ਜੀ ਦੇ ਪਾਸ ਡੇਰੇ ਲੈ ਆਏ। ਆਪ ਜੀ ਉਸ ਸਮੇਂ ਕਲਪਾਣੀ ਦੇ ਕਿਨਾਰੇ ਬਰੇਤੀ ਵਿੱਚ ਬੈਠੇ ਸਨ। ਇਹਨਾਂ ਨੇ ਬੱਚੇ ਨੂੰ ਚਰਨਾਂ ਤੇ ਲਿਟਾ ਦਿੱਤਾ ਅਤੇ ਰੋ ਰੋ ਕੇ ਅਰਜ਼ ਕੀਤੀ, ਗਰੀਬ ਨਿਵਾਜ, ਕਈ ਘਰਾਂ ਵਿੱਚ ਇਹ ਇਕੱਲਾ ਹੀ ਪੁੱਤਰ ਹੈ ਜੋ ਮਸਾਂ ਹੀ ਸੁੱਖਾਂ ਸੁੱਖਦਿਆਂ ਨੂੰ ਮਿਲਿਆ ਹੈ।
ਆਪ ਕਿਰਪਾ ਕਰਕੇ ਇਸ ਨੂੰ ਜੀਵਨ ਦਾਨ ਬਖਸ਼ੋ। ਸੰਤਾਂ ਨੇ ਬੱਚੇ ਦੇ ਸਿਰ ਤੇ ਹੱਥ ਰੱਖ ਕੇ ਹੁਕਮ ਕੀਤਾ, ਇਸ ਨੂੰ ਕਲਪਾਣੀ ਵਿੱਚ ਇਸ਼ਨਾਨ ਕਰਵਾ ਕੇ ਪਾਸ ਬੈਠ ਕੇ ਪੰਜ ਸ੍ਰੀ ਜਪਜੀ ਸਾਹਿਬ ਜੀ ਦੇ ਪਾਠ ਕਰੋ। ਉਪਰੰਤ ਗੁਰਦੁਆਰੇ ਸਾਹਿਬ ਕੜਾ ਪ੍ਰਸ਼ਾਦ ਕਰਵਾ ਕੇ ਅਰਦਾਸ ਕਰਵਾਓ, ਠੀਕ ਹੋ ਜਾਵੇਗਾ। ਬਾਬਾ ਜੀ ਦਾ ਹੁਕਮ ਮੰਨ ਕੇ ਸਾਰੇ ਪਰਿਵਾਰ ਨੇ ਇਸੇ ਤਰ੍ਹਾਂ ਹੀ ਕੀਤਾ। ਹਜ਼ੂਰ ਦੀ ਬਖਸ਼ਿਸ਼ ਨਾਲ ਬੱਚਾ ਰਾਜ਼ੀ ਹੋ ਗਿਆ। ਸਾਰਾ ਪਰਿਵਾਰ ਬੜਾ ਪ੍ਰਸੰਨ ਹੋਇਆ। ਫਿਰ ਤਾਂ ਇਸ ਬੱਚੇ ਨੇ ਸਾਰਾ ਜੀਵਨ ਡੇਰੇ ਦੀ ਸੇਵਾ ਵਿੱਚ ਹੀ ਬਤੀਤ ਕੀਤਾ। ਜੰਮੂ ਕਸ਼ਮੀਰ ਦੇ ਮਹਾਰਾਜਾ ਪ੍ਰਤਾਪ ਸਿੰਘ। ਸਾਰੇ ਸੰਸਾਰ ਵਿੱਚ ਬਾਬਾ ਕਰਮ ਸਿੰਘ ਮਹਾਰਾਜ ਦੀ ਮਹਿਮਾ ਤੇ ਵਡਿਆਈ ਫੈਲ ਗਈ। ਸੁਣੀ ਅਰਦਾਸ ਸਵਾਮੀ ਮੇਰਾ ਸਰਬ ਕਲਾ ਬਣ ਆਈ, ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰ ਨਾਨਕ ਕੀ ਵਡਿਆਈ। ਸੁਣੀ ਅਰਦਾਸ ਸਵਾਮੀ ਮੇਰਾ ਸਰਬ ਕਲਾ ਬਣ ਆਈ, ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰ ਨਾਨਕ ਕੀ ਵਡਿਆਈ। ਅੰਗ 611। ਜੰਮੂ ਰਿਆਸਤ ਦਾ ਮਾਲਕ ਮਹਾਰਾਜਾ ਪ੍ਰਤਾਪ ਸਿੰਘ ਬਾਬਾ ਕਰਮ ਸਿੰਘ ਜੀ ਦੀ ਮਹਿਮਾ ਸੁਣ ਕੇ ਸ਼ਰਧਾ ਸਹਿਤ ਵਜ਼ੀਰਾਂ ਅਹਿਲਕਾਰਾਂ ਤੇ ਆਪਣੇ ਪਰਿਵਾਰ ਸਮੇਤ ਦਰਸ਼ਨਾਂ ਵਾਸਤੇ ਤਿਆਰ ਹੋਇਆ, ਜਿਸ ਦੇ ਨਾਲ ਫੌਜੀ ਸਿਪਾਹੀਆਂ ਤੋਂ ਇਲਾਵਾ ਇਸ ਦਾ ਭਰਾ ਅਮਰ ਸਿੰਘ ਵੀ ਸੀ। ਆਉਣ ਤੋਂ ਪਹਿਲਾਂ ਹੋਤੀ ਸ਼ਹਿਰ ਖਬਰ ਭੇਜੀ ਗਈ। ਡਿਪਟੀ ਕਮਿਸ਼ਨਰ ਨੇ ਸਰਕਾਰੀ ਬੰਗਲਾ ਖਾਲੀ ਕਰਵਾਇਆ ਤੇ ਨਾਲ ਹੀ ਤੋਪਾਂ ਤੇ ਬੰਦੂਕਾਂ ਦੀ ਸਲਾਮੀ ਦਾ ਪ੍ਰਬੰਧ ਕਰ ਲਿਆ। ਜਦੋਂ ਮਹਾਰਾਜੇ ਨੂੰ ਪਤਾ ਲੱਗਾ ਤਾਂ ਉਸ ਨੇ ਡਿਪਟੀ ਕਮਿਸ਼ਨਰ ਨੂੰ ਸਲਾਮੀ ਤੋਂ ਰੋਕ ਦਿੱਤਾ ਕਿ ਮੈਂ ਤਾਂ ਕਿਸੇ ਬਖਸ਼ੀ ਰੂਹ ਦੇ ਦੀਦਾਰ ਕਰਨ ਵਾਸਤੇ ਮੁਰੀਦ ਬਣ ਕੇ ਆਇਆ ਹਾਂ, ਮਹਾਰਾਜਾ ਬਣ ਕੇ ਨਹੀਂ ਆਇਆ, ਗਰੀਬੀ ਦਾਅਵੇ ਵਿੱਚ ਜਾਣਾ ਹੈ। ਇਉਂ ਭਾਵਨਾ ਧਾਰਨ ਕਰਕੇ ਹੋਤੀ ਆ ਕੇ ਸਰਕਾਰੀ ਬੰਗਲੇ ਵਿੱਚ ਉਤਰਿਆ। ਦੂਸਰੇ ਦਿਨ ਤਿਆਰੀ ਕਰਕੇ ਪਰਿਵਾਰ ਦੇ ਸਮੇਤ ਦੀਵਾਨ ਸਮੇਂ ਡੇਰੇ ਪੁੱਜਾ। ਅੱਗੇ ਅਰਸ਼ੀ ਦਾਤੇ ਦਾ ਦੀਵਾਨ ਸਜਿਆ ਹੋਇਆ ਸੀ। ਹਿੰਦੂ, ਮੁਸਲਮਾਨ, ਅਮੀਰ, ਗਰੀਬ, ਮਾਈ, ਭਾਈ ਤੇ ਸ਼ਰਧਾਵਾਨ ਗੁਰਸਿੱਖ ਗੁਰੂ ਮਹਾਰਾਜ ਤੇ ਸੰਤਾਂ ਦੇ ਦਰਸ਼ਨ ਕਰਦੇ ਹੋਏ ਇਲਾਹੀ ਬਾਣੀ ਦਾ ਅਖੰਡ ਕੀਰਤਨ ਸੁਣ ਰਹੇ ਸਨ। ਭਾਵਨਾ ਅਨੁਸਾਰ ਸਭ ਦੀਆਂ ਮਨੋਕਾਮਨਾਵਾਂ ਪੂਰੀਆਂ ਹੋ ਰਹੀਆਂ ਸਨ। ਸੇਵਾਦਾਰ ਨੇ ਜੋ ਚੌਬਦਾਰ ਦੀ ਡਿਊਟੀ ਤੇ ਖੜਾ ਸੀ, ਸੰਤਾਂ ਪਾਸ ਜਾ ਕੇ ਅਰਜ਼ ਕੀਤੀ, ਗਰੀਬ ਨਿਵਾਜ, ਜੰਮੂ ਦਾ ਰਾਜਾ ਪ੍ਰਤਾਪ ਸਿੰਘ ਦਰਸ਼ਨਾਂ ਲਈ ਆਇਆ ਹੈ, ਹਜ਼ੂਰ ਦਾ ਕੀ ਹੁਕਮ ਹੈ? ਸੰਤਾਂ ਨੇ ਆਗਿਆ ਕੀਤੀ, ਉਸ ਨੂੰ ਬਾਹਰ ਖੁੱਲੇ ਪੰਡਾਲ ਵਿੱਚ ਡੇਰਾ ਕਰਵਾਓ ਤੇ ਲੰਗਰੋਂ ਜਲ ਪਾਣੀ ਛਕਾਓ, ਫਿਰ ਦੀਵਾਨ ਵਿੱਚ ਪੁੱਜ ਕੇ ਸੰਗਤਾਂ ਦੇ ਦਰਸ਼ਨ ਕਰ ਲਵੇ। ਬਖਸ਼ਿੰਦ ਦਾਤੇ ਦਾ ਹੁਕਮ ਪਾ ਕੇ ਪਹਿਲਾਂ ਬਾਹਰ ਡੇਰਾ ਕੀਤਾ, ਗੁਰੂ ਕੇ ਲੰਗਰੋਂ ਜਲ ਪਾਣੀ ਛੱਕ ਕੇ ਫਿਰ ਬਾਬਾ ਜੀ ਦੀ ਆਗਿਆ ਅਨੁਸਾਰ ਬਹੁਤ ਕੀਮਤੀ ਭੇਟਾ ਲੈ ਕੇ ਦੀਵਾਨ ਵਿੱਚ ਹਾਜ਼ਰ ਹੋਇਆ। ਪਾਵਨ ਚਰਨਾਂ ਵਿੱਚ ਸੀਸ ਰੱਖਿਆ, ਤਪਦੇ ਮਨ ਨੂੰ ਸ਼ਾਂਤੀ ਪ੍ਰਦਾਨ ਹੋਈ। ਦਰਸ਼ਨ ਡਿੱਠੇ ਲਾਹਨ ਵਿਜੋਗਾ ਜੀਓ, ਸੰਤਾਂ ਨੇ ਸਤਿਕਾਰ ਨਾਲ ਪਾਸ ਬਿਠਾ ਕੇ ਸੁਖ ਆਨੰਦ ਪੁੱਛੀ। ਇਕਾਗਰ ਮਨ ਨਾਲ ਕੁਝ ਕੁ ਸਮਾਂ ਰੱਬੀ ਬਾਣੀ ਦੇ ਕੀਰਤਨ ਦਾ ਆਨੰਦ ਮਾਣਿਆ। ਫਿਰ ਦੀਵਾਨ ਦੀ ਸਮਾਪਤੀ ਉਪਰੰਤ ਸੰਤ ਮਹਾਰਾਜ ਜੀ ਗੁਫਾ ਵੱਲ ਨੂੰ ਚੱਲੇ ਤਾਂ ਮਹਾਰਾਜ ਪ੍ਰਤਾਪ ਸਿੰਘ ਵੀ ਪਰਿਵਾਰ ਨੂੰ ਡੇਰੇ ਛੱਡ ਕੇ ਹਜ਼ੂਰ ਦੇ ਨਾਲ ਹੀ ਗੁਫਾ ਵੱਲ ਤੁਰ ਪਿਆ। ਦਿਲਾਂ ਦੀ ਜਾਣਨਹਾਰ ਦਾਤੇ ਨੇ ਬਾਹਰ ਨਦੀ ਦੇ ਕਿਨਾਰੇ ਬਰੇਤੀ ਤੇ ਪੁੱਜ ਕੇ ਪਾਲਕੀ ਚੋਂ ਉਤਰ ਕੇ ਇਸ ਨੂੰ ਪਾਸ ਬੁਲਾਇਆ ਤਾਂ ਇਸ ਦਾ ਲੂ ਲੂ ਹਰਾ ਹੋ ਗਿਆ, ਪਾਵਨ ਚਰਨਾਂ ਤੇ ਟਹਿ ਪਿਆ। ਐਸਾ ਆਨੰਦ ਆਇਆ ਕਿ ਸੀਸ ਰੱਖ ਕੇ ਚੁੱਕਣ ਦਾ ਚਿੱਤ ਹੀ ਭੁੱਲ ਗਿਆ। ਭਾਵਨਾ ਨਾਲ ਨਮਸਕਾਰ ਕਰਨ ਵਿੱਚ ਵੀ ਕੋਈ ਖੁਮਾਰੀ ਹੈ, ਮਸਤੀ ਹੈ, ਜਿਹਾ ਕਿ ਡਾਕਟਰ ਇਕਬਾਲ ਨੇ ਆਪਣਾ ਖਿਆਲ ਪ੍ਰਗਟ ਕੀਤੇ ਹਨ। ਅਗਰ ਕੁਛ ਆਸ਼ਨਾ ਹੋਤਾ ਮਜ਼ਾ ਕੇ ਜਵਾ ਸਾਈ ਸੇ ਤੋ ਸੰਗ ਆਸਤੀਨੇ ਕਾਬਾ ਜਾ ਮਿਲਤਾ ਜਬੀਨੋ ਸੇ। ਭਾਵ, ਜੇਕਰ ਕਾਬੇ ਦੀ ਦਹਿਲੀਜ ਨੂੰ ਉਸ ਸਵਾਦ ਜਾਂ ਰਸ ਦਾ ਪਤਾ ਲੱਗ ਜਾਂਦਾ ਜੋ ਉਸ ਉੱਤੇ ਮੱਥਾ
ਰੱਖ ਕੇ ਮੱਥਾ ਟੇਕਣ ਵਾਲੇ ਨੂੰ ਆਉਂਦਾ ਹੈ ਤਾਂ ਪੱਥਰ ਦੀ ਦਹਿਲੀਜ ਵਾਲੀ ਆਪਣੀ ਹਸਤੀ ਨੂੰ ਤਿਆਗ ਕੇ ਸ਼ਰਧਾਲੂ ਦਾ ਮੱਥਾ ਜਾ ਬਣਦੀ, ਕਿਉਂਕਿ ਪੱਥਰ ਦੀ ਦਹਿਲੀਜ ਤਾਂ ਪੱਥਰ ਹੀ ਰਹਿੰਦੀ ਹੈ। ਐ ਪਰ ਸਾਰਾ ਸਵਾਦ ਤਾਂ ਉਸ ਉੱਤੇ ਨਿਮਰਤਾ ਨਾਲ ਝੁਕਣ ਵਾਲੇ ਮੱਥੇ ਹੀ ਲੈ ਜਾਂਦੇ ਹਨ। ਹਜ਼ੂਰ ਨੇ ਆਪਣੇ ਪਾਵਨ ਹੱਥਾਂ ਨਾਲ ਇਸ ਦਾ ਸਿਰ ਉੱਚਾ ਚੁੱਕਿਆ, ਧੀਰਜ ਬਖਸ਼ੀ ਪਾਸ ਬਿਠਾ ਕੇ ਆਉਣ ਦਾ ਕਾਰਨ ਪੁੱਛਿਆ। ਇਸ ਨੇ ਸੇਜਲ ਨੇਤਰੀ ਹੱਥ ਜੋੜ ਕੇ ਅਰਜ਼ ਕੀਤੀ, ਹੇ ਦੀਨ ਦਿਆਲ ਬਖਸ਼ਿੰਦ ਦਾਤਾ ਜੀ, ਮੈਨੂੰ ਬੜਾ ਭਿਆਨਕ ਭਗੰਦਰ ਦਾ ਰੋਗ ਹੈ। ਬੜੇ ਬੜੇ ਇਲਾਜ ਕਰਵਾਏ ਪਰ ਆਰਾਮ ਨਹੀਂ ਆਇਆ। ਆਪਣੇ ਕੀਤੇ ਕਰਮਾਂ ਦਾ ਫਲ ਅਸਾਧ ਰੋਗ ਜਾਣ ਕੇ ਦੁੱਖ ਭੋਗ ਰਿਹਾ ਹਾਂ। ਫਲ ਅਸਾਧ ਰੋਗ। ਤੁਹਾਡਾ ਜਸ ਸੁਣ ਕੇ ਤੇ ਇਹ ਨਿਸ਼ਚਾ ਕਰਕੇ ਹਜ਼ੂਰੀ ਵਿੱਚ ਪੁੱਜਿਆ ਹਾਂ। ਸੰਤ ਕੀ ਧੂਰ ਮੇਟੇ ਅੱਗ ਕੋਟ, ਸੰਤ ਪ੍ਰਸਾਦ ਜਨਮ ਮਰਨ ਤੇ ਛੋਟ। ਤੁਹਾਡੇ ਦਰਸ਼ਨ ਕਰਕੇ ਤੇ ਤੁਹਾਡੀ ਕਿਰਪਾ ਨਾਲ ਅਸਾਧ ਰੋਗ ਵੀ ਮਿਟਦੇ ਹਨ। ਦੂਜੀ ਬੇਨਤੀ ਕਿ ਆਪ ਕਿਰਪਾ ਕਰਕੇ ਗੱਦੀ ਦਾ ਵਾਰਸ ਵੀ ਬਖਸ਼ੋ। ਬੜੇ ਉਪਾਅ ਕੀਤੇ ਪਰ ਇਹ ਮਨ ਦੀ ਸਦਰ ਪੂਰੀ ਨਹੀਂ ਹੋਈ। ਹੁਣ ਸੱਚੀ ਦਰਗਾਹ ਦੇ ਬਸੀਟ ਅਸਲੀ ਰਹਿਬਰ ਮਿਲ ਗਏ ਹੋ। ਹੁਣ ਆਪ ਮਿਹਰ ਕਰੋ, ਜਿਵੇਂ ਹੋਰਨਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਦੇ ਹੋ, ਮੇਰੇ ਤੇ ਵੀ ਤਰਸ ਪਾਓ। ਮਿਹਰਾਂ ਦੇ ਘਰ ਵਿੱਚ ਆ ਕੇ ਸੰਤਾਂ ਨੇ ਹੁਕਮ ਕੀਤਾ ਕਿ ਰੋਗ ਦੀ ਨਿਵਰਤੀ ਲਈ ਰੋਜ਼ ਸਵੇਰੇ ਅੰਮ੍ਰਿਤ ਵੇਲੇ ਜਾ ਕੇ ਜਲ ਵਿੱਚ ਬੈਠ ਕੇ ਪੰਜ ਸ੍ਰੀ ਜਪਜੀ ਸਾਹਿਬ ਜੀ ਦੇ ਪਾਠ ਕਰਿਆ ਕਰੋ। ਸਤਿਗੁਰਾਂ ਦਾ ਪਾਵਨ ਹੁਕਮ ਹੈ, ਸਰਵ ਰੋਗ ਕਾ ਔਖਦੋ ਨਾਮ। ਅਤੇ ਜਿਤਨਾ ਸਮਾਂ ਜਲ ਵਿੱਚ ਬੈਠੋ ਪਾਠ ਕਰਦਿਆਂ ਹੋਇਆ, ਉਤਨਾ ਸਮਾਂ ਰੋਗ ਵਾਲੀ ਥਾਂ ਨੂੰ ਪਾਣੀ ਨਾਲ ਮਲਦੇ ਰਹਿਣਾ। ਪਾਠ ਕਰਨ ਉਪਰੰਤ ਬਾਹਰ ਆ ਕੇ ਮਿਸ਼ਰੀ ਬਦਾਮ ਮੱਖਣ ਖਾਣਾ ਗੁਰੂ ਭਲੀ ਕਰੇਗਾ। ਦਿਨ ਦੇ ਸਮੇਂ ਸਾਧੂਆਂ ਅਭਿਆਗਤਾਂ ਦੀ ਸੇਵਾ ਕਰਨੀ ਅਤੇ ਹਰ ਰੋਜ਼ ਸਵੇਰੇ ਸੁਖਮਨੀ ਸਾਹਿਬ ਜੀ ਦਾ ਪਾਠ ਸ਼ੁਰੂ ਹੋਣ ਤੋਂ ਪਹਿਲਾਂ ਗੁਰਦੁਆਰੇ ਜਾ ਕੇ ਮੰਜੀ ਸਾਹਿਬ ਦੇ ਹੇਠਾਂ ਪਵਿੱਤਰ ਜਲ ਰੱਖ ਦੇਣਾ। ਅਰਦਾਸ ਹੋਣ ਤੋਂ ਬਾਅਦ ਉਹ ਜਲ ਆਪ ਛਕਣਾ ਤੇ ਰਾਣੀ ਸਾਹਿਬਾਂ ਨੂੰ ਛਕਾਉਣਾ। ਕਰਤਾਰ ਤੁਹਾਡੇ ਪੁੱਤਰ ਦੀ ਭਾਵਨਾ ਵੀ ਪੂਰੀ ਕਰੇਗਾ। ਗੁਰੂ ਨਾਨਕ ਜੀ ਦੇ ਘਰ ਕੋਈ ਘਾਟਾ ਨਹੀਂ, ਕੇਵਲ ਸ਼ਰਧਾ ਦੀ ਲੋੜ ਹੈ। ਇਹ ਪਵਿੱਤਰ ਬਚਨ ਸੁਣ ਕੇ ਇਸ ਦਾ ਮਨ ਬੜਾ ਪ੍ਰਸੰਨ ਹੋਇਆ। ਵੈਰਾਗ ਦਾ ਨੇਤਰਾਂ ਵਿੱਚ ਜਲ ਆ ਗਿਆ। ਆਗਿਆ ਪਾ ਕੇ ਨਮਸਕਾਰ ਕਰ ਡੇਰੇ ਵਿੱਚ ਪੁੱਜਾ, ਪਰਿਵਾਰ ਨੂੰ ਸਾਰੀ ਗੱਲ ਦੱਸੀ। ਸਭਨਾਂ ਨੇ ਹਜ਼ੂਰ ਦਾ ਵਰ ਸੁਣ ਕੇ ਬੜੀਆਂ ਖੁਸ਼ੀਆਂ ਮਨਾਈਆਂ। ਉਸ ਤੋਂ ਬਾਅਦ ਇਹ ਚਾਰ ਦਿਨ ਹੋਰ ਠਹਿਰਿਆ, ਫਿਰ ਡੇਰੇ ਹੀ ਰਿਹਾ, ਵਾਪਸ ਬੰਗਲੇ ਨਹੀਂ ਗਿਆ। ਦਿਨੇ ਸਾਰੇ ਪਰਿਵਾਰ ਲੰਗਰ ਦੀ ਸੇਵਾ ਕਰਦੇ ਤੇ ਆਪ ਦੋਵੇਂ ਸਮੇਂ ਬਾਬਾ ਜੀ ਦੀ ਸੰਗਤ ਕਰਦਾ ਹੋਇਆ ਰੱਬੀ ਜਸ ਸੁਣਦਾ। ਫਿਰ ਹੱਥ ਜੋੜ ਕੇ ਆਗਿਆ ਮੰਗੀ। ਮਹਾਂਪੁਰਸ਼ਾਂ ਨੇ ਪ੍ਰਸੰਨ ਹੋ ਕੇ ਸਿਰ ਪਾਓ ਮਿਸ਼ਰੀ ਤੇ ਬਦਾਮਾਂ ਦਾ ਪ੍ਰਸ਼ਾਦ ਦੇ ਕੇ ਪਿੱਠ ਤੇ ਥਾਪੜਾ ਦਿੱਤਾ। ਉਪਰੰਤ ਇਹ ਨਮਸਕਾਰ ਕਰਕੇ ਆਪਣੇ ਘਰ ਪੁੱਜਾ। ਬਾਬਾ ਜੀ ਦੇ ਬਚਨਾਂ ਤੇ ਚੱਲਦੇ ਹੋਏ ਜਪਜੀ ਸਾਹਿਬ ਦੇ ਪਾਠ ਕਰਦਿਆਂ ਰੋਗ ਵੀ ਹਟ ਗਿਆ ਅਤੇ ਸਾਲ ਤੋਂ ਬਾਅਦ ਘਰ ਵਿੱਚ ਪੁੱਤਰ ਵੀ ਪੈਦਾ ਹੋ ਗਿਆ। ਸਾਰਾ ਜੰਮੂ ਕਸ਼ਮੀਰ ਦਾ ਇਲਾਕਾ ਬਾਬਾ ਜੀ ਦਾ ਪ੍ਰੇਮੀ ਹੋ ਗਿਆ ਅਤੇ ਇਹ ਵੀ ਸਾਰੀ ਜ਼ਿੰਦਗੀ ਸ਼ਰਧਾਲੂ ਰਿਹਾ।